ਹੰਕਾਰੇ ਹੋਏ, ਕਹਿੰਦੇ ਨਾ ਬਾਬੇ ਬੋੜ ਨੂੰ ਹਰਾਤਾ। ਕੀ ਹਰਾਤਾ? ਮੈਂ ਤਾਂ ਲੋਕਾਂ ਨੂੰ ਕਹਿੰਦੀ ਹਾਂ ਸੱਚੀ ਸ਼ਰਧਾਂਜਲੀ ਬਾਪੂ ਬਾਦਲ ਨੂੰ ਉਹ ਹੋਊਗੀ ਕਿ ਜਿੰਨੇ ਵੋਟਾਂ ਉਹਨਾਂ ਦੇ ਹੁੰਦੀਆਂ ਨਹੀਂ ਪੈਂਦੀਆਂ ਸੀ, ਉਹਦੇ 4 ਗੁਣਾ ਉਹਨਾਂ ਦੇ ਹੋਣ ਤੋਂ ਬਾਅਦ, ਜਾਣ ਤੋਂ ਬਾਅਦ ਪੈ ਜਾਣ, ਤਾਂ ਕਿ ਇਹ ਹੰਕਾਰੇ ਵਾਲਿਆਂ ਨੂੰ ਪਤਾ ਲੱਗ ਜਾਏ ਕਿ ਤੁਹਾਡੀ ਸੇਵਾ ਤਾਂ ਕੀ ਉਹਨਾਂ ਦੀ ਚਿੱਚੀ ਦੀ ਬਰਾਬਰ ਵੀ ਨਹੀਂ, ਕਿੱਥੇ ਹੋ ਤਾਂ ਕਿੱਥੇ ਤੁਸੀਂ। ਨਿਸ਼ਾਨਾ ਤਿੰਨੋਂ ਦਾ ਇੱਕੋ ਹੀ ਹੈ, ਅਕਾਲੀ ਦਲ ਨੂੰ ਖਤਮ ਕਰਨਾ, ਬੀਬਾ ਨੂੰ ਹਰਾਉਣਾ ਹੈ। ਜਿਵੇਂ ਕਿਵੇਂ ਹਰਾ ਸਕਦੇ ਨੇ? ਅਮਰਿੰਦਰ ਸਿੰਘ ਉਸ ਟਾਈਮ ਉਹ ਹੰਕਾਰਿਆ ਹੋਇਆ ਸੀ, ਬਾਦਲਾਂ ਨੂੰ ਕੱਢਾਂਗੇ ਇੱਥੋਂ। ਉਹਦੇ ਬਾਅਦ ਮਨਪ੍ਰੀਤ ਬਾਦਲ ਤਾਂ ਸਾਰੀ ਪਾਰਟੀ ਦਾ ਯੂਨੈਨਮਸ ਕੈਂਡੀਡੇਟ ਬਣ ਕੇ ਆਏ, ਤੇ ਤੀਜੀ ਵਾਰੀ ਤਾਂ ਸਰਕਾਰ ਬੜਿੰਗ ਸਾਹਿਬ ਦੀ ਸੀਗੀ, ਸੋ ਇਹਨਾਂ ਨੇ ਵੀ ਪੂਰਾ ਜ਼ੋਰ ਲਾ ਲਿਆ। ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ, ਐਸਾ ਕੀ ਆ ਜਾਂ ਐਸੀ ਕੀ ਖਟਾਸ ਆ ਕਿ ਭਾਈ ਇਹ ਨਾਮ ਜ਼ਰੂਰ ਹਰ ਸਪੀਚ ਦੇ ਵਿੱਚ ਉਹਨਾਂ ਨੇ ਲੈਣੇ ਹੋ? ਜਿਸ ਤੋਂ ਬੰਦਾ ਡਰਦਾ ਉਹਦੇ ਉੱਤੇ ਅਟੈਕ ਕਰਦਾ। ਪਰ ਉਹ ਤਾਂ ਕਹਿੰਦੇ ਪਾਰਲੀਮੈਂਟ ਦੇ ਵਿੱਚ ਬੀਬਾ ਜੀ ਨੂੰ ਮੈਂ ਹੀ ਚੁੱਪ ਕਰਵਾਉਂਦਾ ਰਿਹਾ। ਸੀਐਮ ਮਰਿਆ ਤਾਂ ਉਹ ਸਾਰੇ ਪਾਰਲੀਮੈਂਟ ਨੂੰ ਹੈਕ ਕਹਿੰਦੇ, ਆਪਕੇ ਲੋਕਾਂ ਨੇ ਇਸਕੋ ਬਣਾ ਦਿਆ, ਇਸਕੋ 13 ਸੀਟਾਂ ਆ ਗਈਆਂ ਵੀ ਤੈਨੂੰ 92 ਦਿੱਤੇ, ਤੂੰ ਕਿਹੜੇ ਚੰਦ ਚਾੜੇ ਕਿ ਤੈਨੂੰ 13 ਹੋਰ ਦੇ ਦੇ। 600 ਪਿੰਡਾਂ 'ਚ ਮੈਂ ਦੌਰਾ ਕਰ ਲਿਆ, ਹਰ ਪਿੰਡ 'ਚ ਮੈਂ ਪੁੱਛਿਆ ਕਿ ਨੌਕਰੀ ਆਈ, ਮੁਆਵਜ਼ਾ ਮਿਲਿਆ, ₹1,000 ਮਿਲੇ, ਹਰ ਪਿੰਡ 'ਚ ਇੱਕ ਹੱਥ ਨਹੀਂ ਕੋਈ ਖੜਾ ਕਰਦਾ। ਇਹ ਸੜਕਾਂ 'ਚ ਲਿਖਿਆ ਹੁੰਦਾ ਹੈ ਡੋਨਟ ਡਰਿੰਕ ਐਂਡ ਡਰਾਈਵ, ਇਹ ਤਾਂ ਡਰਿੰਕ ਕਰਕੇ ਸਾਰੇ ਸਟੇਟ ਨੂੰ ਡਰਾਈਵ ਕਰ ਰਿਹਾ, ਤਾਂ ਸਟੇਟ ਨੇ ਜਾਣਾ ਕਿੱਥੇ ਹੈ? ਬੀਬੀ ਜੀ ਕਿਹੜੇ ਪਾਸਿਓਂ ਨਿਮਾਣੇ ਲੱਗਦੇ ਨੇ ਜਾਂ ਬਾਦਲ ਪਰਿਵਾਰ ਕਿਹੜੇ ਪਾਸਿਓਂ ਕਹਿੰਦੇ ਨਿਮਾਣਾ ਲੱਗਦਾ ਤੁਹਾਨੂੰ? ਕਦੇ ਤੁਸੀਂ ਕਿਸੇ ਪਾਰਟੀ 'ਚ ਸੁਣਿਆ ਕਿ ਸਾਰਾ ਹਲਕਾ ਇਕੱਠਾ ਹੋ ਕੇ ਪ੍ਰਧਾਨ ਨੂੰ ਕਹੇ ਵੀ ਇਹਨੂੰ ਕੱਢੋ? ਤਾਂ ਇਹ ਕੱਢਿਆ ਗਿਆ, ਪ੍ਰਧਾਨ ਭੱਜ ਗਿਆ ਲੁਧਿਆਣੇ, ਤੇ ਇਹੋ ਜਿਹੇ ਬੰਦੇ ਨੂੰ ਲੈ ਕੇ ਜਿਹਨੂੰ ਕੋਈ ਜਾਣਦਾ ਨਹੀਂ ਹੈਗਾ। ਬੀਬੀ ਜੀ ਸੁੱਖ ਬਿਲਾਸ ਤੇ ਤੰਜ ਬੜੇ ਕੱਸਦੇ ਨੇ ਭਗਵੰਤ ਸਿੰਘ ਮਾਨ, ਸਕੂਲ ਬਣਾਉਣਾ ਕਹਿੰਦੇ ਜਿਹਦੇ ਹਰ ਕਲਾਸਰੂਮ ਕੋਲੇ ਪੂਲ ਹੋਵੇ, ਤੇ ਕੌਣ ਰੋਕ ਰਿਹਾ? ਕਰ ਲੈ, ਕਿਹਨੇ ਰੋਕਿਆ? 2.5 ਸਾਲ ਕਾਹਨੂੰ ਵੇਟ ਕੀਤੇ? ਕਹਿੰਦੇ ਫਾਈਲਾਂ ਹੁਣ ਆਈਆਂ ਮੇਰੇ ਕੋਲੇ, ਤਾਂ ਹੀ ਤਾਂ ਜਿਹੜੇ ਨਸ਼ੇ 10 ਦਿਨਾਂ 'ਚ ਖਤਮ ਕਰਨੇ ਸੀ ਗਾਰੰਟੀ ਦਿੱਤੀ ਸੀ, 2.5 ਸਾਲ ਉਹ ਵੀ ਨਿਕਲ ਗਏ। ਬੀਬੀ ਜੀ ਕਹਿੰਦੇ ਕਿ ਮਲੂਕਾ ਸਾਹਿਬ ਸਾਡੇ ਨਾਲ ਹੀ ਨੇ, ਇੰਟਰਵਿਊ ਦੇ ਵਿੱਚ ਕਈ ਕਬੂਲ ਚੁੱਕੇ ਨੇ। ਨਾਲ ਹੁਣ ਪਿਓ ਪੁੱਤ ਨੂੰ ਤਾਂ ਛੱਡ ਨਹੀਂ ਸਕਦਾ ਨਾ, ਬੀਬੀ ਜੀ ਹੋਣ ਜਾਂ ਫਿਰ ਉਹਨਾਂ ਦੇ ਬੇਟੇ ਹੋਣ, ਉਹਨਾਂ ਦੀ ਆਪ ਦੀ ਪੋਲੀਟੀਕਲ ਕੰਟਰੀਬਿਊਸ਼ਨ ਕੀ ਹੈ? 0 ਹੈਗੀ। ਉਹ ਤਾਂ ਮੈਂ ਕਹਿੰਦੀ ਮੌਕਾ ਪ੍ਰਸਤ ਸਟਾਰ ਪ੍ਰਚਾਰਕ ਬਣੇ ਹੋਏ ਨੇ, ਜਿਹੜਾ ਜੇਲ੍ਹ ਕੱਟ ਕੇ ਆਇਆ, ਜਿਹਨਾਂ ਨੇ ਭ੍ਰਿਸ਼ਟਾਚਾਰੀ, ਉਹ ਸਟਾਰ ਪ੍ਰਚਾਰਕ ਨੇ ਤੁਹਾਡੇ? ਉਹ ਕਹਿੰਦੇ ਟੰਗੇ ਵੀ ਅਸੀਂ ਆਪਦੇ ਆਪ ਹੀ ਆ, ਜਾਂ ਤਾਂ ਪਾਰਟੀ ਤੋਂ ਕੱਢੇ ਵੀ ਭ੍ਰਿਸ਼ਟਾਚਾਰ ਕੀਤਾ ਹੈ, ਜਾਂ ਫਿਰ ਦੱਸੇ ਵੀ ਭ੍ਰਿਸ਼ਟਾਚਾਰ ਨਹੀਂ ਕੀਤਾ ਹੈ। ਦੋਨੋਂ ਪਾਸੇ ਕਿਵੇਂ ਕਿ ਭ੍ਰਿਸ਼ਟਾਚਾਰ ਵੀ ਕੀਤਾ ਹੈ, ਨਾਲੇ ਸਾਡੇ ਲਾਗੇ ਬੈਠਣਗੇ, ਨਾਲੇ ਸਾਡੇ ਸਟਾਰ ਪ੍ਰਚਾਰਕ ਹੋਣਗੇ। ਸਾਨੂੰ ਜਾਣ ਦੀ ਦੇਰ ਹੈ, ਸਾਡੇ ਕਿਸਾਨ ਵੀ ਕੁੱਟੇ ਗਏ, ਸਾਡੇ ਧਾਰਮਿਕ ਸਥਾਨ ਵੀ ਪੱਟੇ ਗਏ, ਸਾਡੇ ਬੰਦੀ ਸਿੱਖਾਂ ਨੂੰ 19 ਨੂੰ ਅਪੀ ਕਰਾ ਕੇ ਅਸੀਂ 20 ਦੇ ਬਾਅਦ ਮੁੱਕਰ ਗਏ, ਹੁਣ ਸਾਡੇ ਪਾਣੀ ਖੋਣ ਨੂੰ ਤਿਆਰ ਨੇ? ਇਹਨਾਂ ਮਿੰਟਲਾਨਾ ਬਣਾ ਦੇਣਾ, ਤੇ ਦਿੱਲੀ ਦਾ ਏਜੰਡਾ ਚਲਾ ਰਹੇ ਨੇ, ਇਹ ਤਾਂ ਪੂਰਾ ਦਿੱਲੀ ਦੇ ਨਾਲ ਰਲਿਆ ਹੋਇਆ। ਹਰੇਕ ਖੰਬੇ 'ਚ ਫੋਟੋ, ਹਰੇਕ ਬੈਨਰ 'ਚ ਝੂਠ, ਹਰੇਕ ਟੀਵੀ ਚੈਨਲ 'ਚ, ਹਰੇਕ ਅਖਬਾਰ 'ਚ, ਪੰਜਾਬ 'ਚ ਭ੍ਰਿਸ਼ਟਾਚਾਰ ਖਤਮ, ਪੰਜਾਬ 'ਚ ਬੇਰੋਜ਼ਗਾਰੀ ਖਤਮ, ਪੰਜਾਬ 'ਚ ਨਸ਼ੇ ਖਤਮ, ਪੰਜਾਬ 'ਚ ਬਿਜਲੀ ਦਾ ਬਿੱਲ ਨਹੀਂ ਆਉਂਦਾ। ਉਹ ਝੂਠਾ ਇੱਥੇ ਮਾਰਿਆ ਸੀ ਦਿੱਲੀ ਵਾਲਾ, ਹੁਣ ਇੱਥੇ ਦਾ ਮਾਰਿਆ ਸਾਰੇ ਦੇਸ਼ 'ਤੇ, ਹੁਣ ਪੰਜਾਬ ਦੇ ਲੋਕ ਜਵਾਬ ਦੇਣਗੇ। ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ, ਉਮੀਦ ਕਰਦਾ ਠੀਕ ਠਾਕ ਹੋਵੋਗੇ। ਵੋਟਾਂ ਦੀ ਰੁੱਤ ਆਪਣੇ ਜੋਬਨ 'ਤੇ ਆ, ਹਰ ਉਮੀਦਵਾਰ ਦਾ ਇਹੋ ਜ਼ੋਰ ਲੱਗਿਆ ਕਿ ਕਿਵੇਂ ਕਿਸੇ ਤਰ੍ਹਾਂ ਦੇ ਨਾਲ ਸੀਟ ਆਪਣੀ ਪਾਰਟੀ ਦੀ ਝੋਲੀ ਦੇ ਵਿੱਚ ਪਾਈ ਜਾਵੇ। ਜਦੋਂ ਪੰਜਾਬ ਦੀ ਸਿਆਸਤ ਦੀ ਗੱਲ ਹੁੰਦੀ ਆ ਤਾਂ ਪੰਜਾਬ ਦੀਆਂ ਹੌਟ ਸੀਟਾਂ ਦੀ ਗੱਲ ਪਹਿਲੇ ਆਧਾਰ 'ਤੇ ਹੁੰਦੀ ਆ, ਅਤੇ ਪੰਜਾਬ ਦੇ ਹੌਟ ਸੀਟਾਂ ਦੇ ਵਿੱਚੋਂ ਮੰਨੀ ਜਾਣ ਵਾਲੀ ਸੀਟ ਬਠਿੰਡਾ ਦੀ ਸੀਟ 'ਤੇ ਅੱਜ ਗੱਲਬਾਤ ਕਰਾਂਗੇ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ ਸਾਡੇ ਨਾਲ ਹੋਣਗੇ, ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਬੀਬੀ ਜੀ ਦਾ ਸਵਾਗਤ ਕਰੀਏ, ਫਿਰ ਅਗਲੀ ਗੱਲ ਵੱਲ ਵਧਾਂਗੇ। ਬੀਬੀ ਜੀ ਸਵਾਗਤ ਆ ਰਮੀਟਲ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਠੀਕ ਠਾਕ ਹੋ ਜੀ? ਵਧੀਆ, ਮਾਲਿਕ ਦੀ ਕਿਰਪਾ। ਕੀ ਕਹਿੰਦਾ ਜੀ ਬਠਿੰਡਾ ਇਸ ਵਾਰ? ਇਹ ਤਾਂ ਬਠਿੰਡੇ ਵਾਲੇ ਹੀ ਦੱਸ ਸਕਦੇ ਨੇ। ਤੁਸੀਂ ਵਿਚਰਦੇ ਹੋ ਬਠਿੰਡੇ ਦੇ ਲੋਕਾਂ ਦੇ ਵਿੱਚ, ਕੀ ਕਹਿੰਦੇ? ਪਿਛਲੇ 15 ਸਾਲਾਂ ਤੋਂ ਵਿਚਰ ਰਹੀ ਹਾਂ, ਮੈਨੂੰ ਤਾਂ ਹਮੇਸ਼ਾ ਲੋਕਾਂ ਦਾ ਪਿਆਰ ਮਿਲਿਆ,
ਉਹਨਾਂ ਦੇ ਪਿਆਰ ਸਤਿਕਾਰ ਸਦਕਾ ਹੀ ਇੱਥੇ ਤਾਈਂ ਪਹੁੰਚੀਆਂ। ਪਰ ਇਸ ਵਾਰੀ 9 ਹਲਕਿਆਂ ਦੇ ਵਿੱਚ ਹਨੇਰੀ ਆਮ ਆਦਮੀ ਪਾਰਟੀ ਦੀ ਵੀ ਆਈ ਹੋਈ ਸੀ, ਮੈਂ ਤਾਂ ਪੁੱਛ ਰਿਹਾ ਕਿ ਹੁਣ ਬਠਿੰਡਾ ਕੀ ਕਹਿ ਰਿਹਾ? ਪਿਛਲੀ ਵਾਰੀ ਵੀ 9 ਵਿੱਚੋਂ 7 ਕਾਂਗਰਸ ਦੇ ਕੋਲ ਸੀਗੀਆਂ, ਹੁਣ ਉਹ ਕਾਂਗਰਸ ਦੀ ਜਗ੍ਹਾ ਆਮ ਆਦਮੀ ਬੈਠੀ ਹੈ, ਉਹਦਾ ਕੋਈ ਫਰਕ ਨਹੀਂ ਪੈਂਦਾ। ਐਮਐਲਏ ਇਲੈਕਸ਼ਨ ਕੁਝ ਹੋਰ ਹੁੰਦੀ ਹੈ, ਐਮਪੀ ਦੀ ਕੁਝ ਹੋਰ ਹੁੰਦੀ ਹੈ। ਅੱਛਾ, ਇੱਕ ਸਵਾਲ ਜ਼ਰੂਰ ਮੈਂ ਲੈਣਾ ਚਾਹੂੰਗਾ। ਭਗਵੰਤ ਸਿੰਘ ਮਾਨ ਜਿਹੜੇ ਨੇ, ਜਦੋਂ ਵੀ ਸਪੀਚ ਸ਼ੁਰੂ ਕਰਦੇ ਨੇ, ਇੱਕ ਨਾਮ ਉਹਨਾਂ ਦੀ ਜ਼ੁਬਾਨ 'ਤੇ ਹੁੰਦਾ, ਜਾਂ ਬਾਦਲ ਪਰਿਵਾਰ 'ਤੇ ਜਾਂ ਸ਼੍ਰੋਮਣੀ ਅਕਾਲੀ ਦਲ, ਉਹਦੀ ਹਰ ਸਪੀਚ ਦੇ ਵਿੱਚ ਜ਼ਿਕਰ ਜਿਹੜਾ ਜ਼ਰੂਰ ਆਉਂਦਾ, ਤੁਹਾਨੂੰ ਕੀ ਲੱਗਦਾ ਕਿ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਐਸਾ ਕੀ ਆ ਜਾਂ ਐਸੀ ਕੀ ਖਟਾਸ ਆ ਕਿ ਭਾਈ ਇਹ ਨਾਮ ਜ਼ਰੂਰ ਹਰ ਸਪੀਚ ਦੇ ਵਿੱਚ ਉਹਨਾਂ ਨੇ ਲੈਣਾ ਹੀ ਹੁੰਦਾ? ਇਹਦਾ ਜਵਾਬ ਉਹੀ ਦੇ ਸਕਦੇ ਨੇ, ਮੈਨੂੰ ਕੀ ਪਤਾ ਉਹਨਾਂ ਦੇ ਮਨ 'ਚ ਕੀ ਚੱਲਦਾ। ਮੇਰੇ ਹਿਸਾਬ ਨਾਲ ਜਿਸ ਤੋਂ ਬੰਦਾ ਡਰਦਾ ਉਹਦੇ ਉੱਤੇ ਹੀ ਅਟੈਕ ਕਰਦਾ। ਸੋ ਪਹਿਲੇ ਵੀ ਇਹ ਬੜਦੇ ਦੇ ਪਿੱਛੇ ਦੋਨੋਂ ਇਕੱਠੇ ਹੀ ਸੀਗੇ, ਦੋਨਾਂ ਨੇ ਇਕੱਠੇ ਹੋ ਕੇ ਇੱਕ ਦੂਜੇ ਨੂੰ ਤਾਂ ਅਟੈਕ ਕਰਦੇ ਹੀ ਨਹੀਂ ਸੀ। ਇਹਨਾਂ ਦਾ ਅਟੈਕ ਤਾਂ 2015 ਤੋਂ ਅਕਾਲੀ ਦਲ ਹੀ ਰਿਹਾ ਹੈਗਾ। ਅਕਾਲੀ ਦਲ ਦੇ ਉੱਤੇ ਅਟੈਕ, ਝੂਠੇ ਗੰਦੇ ਇਲਜ਼ਾਮ, ਅਤੇ ਦੂਜੇ ਪਾਸੇ ਲਾਰੇ ਲੱਪੇ, ਨਕਲੀ ਗਾਰੰਟੀਆਂ, ਨਕਲੇ ਵਾਦੀ, ਬਸ ਆਹੀ ਕੁਛ ਇਹਨਾਂ ਦਾ ਚੱਲ। ਕਿਹੜੀ ਗੱਲ ਦਾ ਹੋ ਸਕਦਾ ਇਹ? ਕਿਉਂ ਮੈਨੂੰ ਇਹ ਤਾਂ ਡਰ, ਮੈਂ ਉਹੀ ਜਾਣਦੇ ਨੇ, ਮੈਨੂੰ ਕੀ ਪਤਾ ਕਾਹਦਾ ਡਰ ਹੈ। ਆਹ ਪਾਰਟੀ ਦਾ ਹੀ ਡਰ ਹੋਊਗਾ, 103 ਸਾਲ ਪੁਰਾਣੀ ਪਾਰਟੀ ਹੈ, ਪਿੰਡ ਪਿੰਡ 'ਚ ਵੱਸਦੀ ਹੈ, ਹਰੇਕ ਦੇ ਦਿਲ 'ਚ ਪੰਥ ਦੀ ਪਾਰਟੀ ਹੈ, ਅਤੇ ਇਹਨਾਂ ਨੂੰ ਤਾਂ ਆਹੀ ਡਰ ਹੋਊਗਾ। ਹੋਰ ਕੀ ਕੀ, ਪੰਥ ਦੀ ਪਾਰਟੀ ਨੇ ਅੱਜ ਨਹੀਂ ਤਾਂ ਕੱਲ੍ਹ ਆਉਣਾ ਹੀ ਹੈਗਾ, ਹੋਰ ਕਿੱਥੇ ਜਾਊਗੀ? ਇਹਨਾਂ ਦੀ ਤਰ੍ਹਾਂ ਦੂਜੇ ਸੂਬਿਆਂ 'ਚ ਥੋੜ੍ਹੀ ਨਾ ਭੱਜੂਗੀ। ਨਾਲੇ ਪੰਥ ਦੀ ਪਾਰਟੀ ਨੇ ਨਾ ਕਦੇ ਝੂਠੀ ਗਾਰੰਟੀ ਦਿੱਤੀ ਹੈ, ਨਾ ਕਦੇ ਝੂਠੇ ਲਾਰੇ ਲਾਏ, ਝੂਠੇ ਵਾਅਦੇ ਕੀਤੇ। ਠੀਕ ਹੈ, ਪੰਥ ਦੀ ਪਾਰਟੀ ਦਾ ਨੁਕਸਾਨ ਹੋਇਆ ਇਹਨਾਂ ਦੇ ਝੂਠ ਕਰਕੇ, ਲੇਕਿਨ ਪਾਰਟੀ ਤੋਂ ਜ਼ਿਆਦਾ ਪੰਜਾਬ ਦਾ ਨੁਕਸਾਨ ਇਹਨਾਂ ਨੇ ਕੀਤਾ। ਇਹਨਾਂ 8 ਸਾਲਾਂ 'ਚ ਜੇ ਬਾਦਲ ਸਾਹਿਬ ਆਉਂਦੇ, ਇਹਨਾਂ ਪੰਜਾਬ ਨੇ ਕਿਤੋਂ ਤੋਂ ਕਿਤੋਂ ਲੈ ਜਾਣਾ ਸੀਗਾ। ਅੱਜ ਇਹਨਾਂ ਦੋਵਾਂ ਦੀ, ਕਾਂਗਰਸ ਦੀ ਅਤੇ ਝਾੜੂ ਦੀ, ਇਹ ਭਾਈਵਾਲੀ ਦੀ ਬਦੌਲਤ ਅੱਜ ਨਸ਼ੇ ਸਿਖਰਾਂ ਤਾਂ ਹੀ ਪਹੁੰਚੇ ਹੋਏ ਨੇ। ਬੇਰੁਜ਼ਗਾਰੀ ਘਰ ਘਰ ਤਾਂ ਹੀ ਪਹੁੰਚੀ ਹੋਈ ਹੈ, ਪੜ੍ਹੇ ਲਿਖੇ ਬੱਚੇ ਬਾਹਰ ਜਾ ਰਹੇ ਨੇ, ਲੁੱਟਾਂ, ਖੂਹਾਂ, ਚੋਰੀਆਂ, ਡਕੈਤੀਆਂ, ਗੈਂਗਸਟਰਾਂ ਦਾ ਰਾਜ ਚੱਲੇ, ਸਰਕਾਰ ਨਾਮ ਦੀ ਤਾਂ ਚੀਜ਼ ਨਹੀਂ, ਅਤੇ ਕਰਜ਼ਾ ਤਾਂ ਇੰਨਾ ਚੜ੍ਹਾਤਾ ਜਿਹੜਾ 50 ਸਾਲ 'ਚ ਕਿਸੇ ਨੇ ਨਹੀਂ ਚੜ੍ਹਾਇਆ ਸੀਗਾ। ਕਿੱਥੇ ਜਾ ਰਹੇ ਨੇ ਪੈਸੇ? ਕਿਉਂਕਿ ਸਹੂਲਤਾਂ ਬੰਦ ਨੇ, ਵਿਕਾਸ ਬੰਦ ਹੈ, ਸਾਰੇ ਵਰਗ ਤਪੇ ਹੋਏ ਨੇ, ਲੋਕੀ ਇੰਨੇ ਦੁਖੀ ਨੇ। ਮੈਨੂੰ ਤਾਂ ਤਰਸ ਆਉਂਦਾ ਹੈ ਕਿ ਗਰੀਬਾਂ ਦਾ ਹਾਲ ਕੀ ਕਰ ਛੱਡਿਆ ਇਹਨਾਂ ਨੇ, ਤੇ ਸਰਕਾਰ ਨਾਮ ਦੀ ਤਾਂ ਕੋਈ ਚੀਜ਼ ਹੀ ਨਹੀਂ। ਜਿਹੜਾ ਬੰਦਾ ਜਾ ਕੇ ਕੇਜਰੀਵਾਲ ਦੇ ਪੈਰਾਂ 'ਚ ਡਿੱਗ ਜਾਂਦਾ ਹੈ ਆਪਦੀ ਕੁਰਸੀ ਖਾਤਰ, ਤੇ ਪੰਜਾਬ ਨੂੰ ਤਾਂ ਵੇਚ ਛੱਡਿਆ ਇਹਨੇ। ਹੁਣ ਤੁਸੀਂ ਬੇਰੁਜ਼ਗਾਰੀ ਦੀ ਗੱਲ ਕਰਦੇ ਹੋ, ਨੌਕਰੀਆਂ ਦੀ ਗੱਲ ਕਰਦੇ ਹੋ, 43,000 ਨੌਕਰੀਆਂ ਕਹਿੰਦੇ ਪਿਛਲੀਆਂ ਸਰਕਾਰਾਂ ਨੇ ਦਿੱਤੀਆਂ ਨਹੀਂ ਜਿਹੜੀਆਂ ਅਸੀਂ ਦੋਵਾਂ ਸਾਲਾਂ 'ਚ ਦਿੱਤੀਆਂ? ਤਾਂ ਗੱਲਾਂ ਹੀ ਤਾਂ ਆਉਂਦੀਆਂ, ਇਹਨੂੰ ਗੱਲਾਂ ਤੋਂ ਇਲਾਵਾ ਆਉਂਦਾ ਕੀ ਹੈਗਾ? ਜਿਹੜੇ ਬੰਦੇ ਨੇ ਸਾਰੀ ਉਮਰ ਸਟੇਜ ਹੀ ਚਲਾਏ, ਗੱਲਾਂ ਮਾਰ ਕੇ ਤਾਂ ਢਿੱਡ ਪਾ ਲਿਆ ਹੈਗਾ, ਉਹ ਗੱਲਾਂ ਮਾਰਦਾ ਮਾਰਦਾ ਇਹੋ ਜਿਹਾ ਜਾਲ 'ਚ ਫਸਾ ਤਾ ਪੰਜਾਬੀਆਂ ਨੂੰ, ਤਾਂ ਹੀ ਤਾਂ 3 ਮਹੀਨੇ ਬਾਅਦ ਆਪਦੀ ਸੀਟ ਹਾਰ ਗਿਆ ਸੰਗਰੂਰ ਦੀ। ਅਤੇ ਹੁਣ ਪਤਾ ਲੱਗੂਗਾ ਇਹ ਲੋਕ ਸਭਾ ਚੋਣਾਂ 'ਚ, ਜਿਹੜਾ ਕਹਿੰਦਾ ਨਾ 13 ਸੀਟਾਂ ਆਉਣਗੀਆਂ, ਵੀ ਤੈਨੂੰ 92 ਦਿੱਤੇ, ਤੂੰ ਕਿਹੜੇ ਚੰਦ ਚਾੜੇ ਕਿ ਤੈਨੂੰ 13 ਹੋਰ ਦੇ ਦੇ? ਉਹ ਕਹਿੰਦੇ 13 ਹੱਥ ਹੋਰ ਦੇ ਦਿਓ। ਹਾਂ, ਕਾਹਦੇ ਵਾਸਤੇ ਤੈਨੂੰ 92 ਦਿੱਤੇ? ਕੀ ਮਿਲਿਆ ਲੋਕਾਂ ਨੂੰ? ਬੀਬੀਆਂ ਨੂੰ 1,000 ਰੁਪਇਆ ਮਿਲ ਗਿਆ, ਰੰਗਲਾ ਪੰਜਾਬ ਹਰੇਕ ਨੂੰ ਨੌਕਰੀ ਮਿਲ ਗਈ, ਜਿਹੜੀ 43,000 ਦੀ ਤੁਸੀਂ ਕਹਿੰਦੇ ਹੋ, ਤਾਂ ਵੇਰਵਾ ਤੋਂ ਦੱਸੇ ਕਿਹੜੇ ਪਿੰਡ? ਪਤਾ ਲੱਗੂਗਾ ਕਿੰਨੇ ਜੀਂਦ ਨੂੰ ਗਏ, ਕਿਵੇਂ ਹਰਿਆਣੇ ਗਏ, ਕਿੰਨੇ ਰਾਜਸਥਾਨ ਗਏ। 60% ਤਾਂ ਬਾਹਰ ਵਾਲਿਆਂ ਨੂੰ ਦੇ ਛੱਡਿਆ ਉਹਨੇ, ਖਜ਼ਾਨਾ ਪੰਜਾਬ ਦਾ, ਬੇਰੁਜ਼ਗਾਰ ਪੰਜਾਬ ਦੇ ਬੱਚੇ ਲਾਹਾ ਲੈ ਰਹੇ, ਦੂਜੇ ਉੱਥੇ ਵੋਟਾਂ ਪੱਕੀਆਂ ਕਰਦਾ ਫਿਰਦਾ ਆਪਣੇ ਬੱਚਿਆਂ ਦਾ ਹੱਕ ਮਾਰ ਕੇ, ਤਾਂ ਹੀ ਤਾਂ ਡੇਟਾ ਨਹੀਂ ਦਿੰਦਾ ਹੈਗਾ। ਸੋ ਇਹਦੀ ਇਸ਼ਤਿਹਾਰਬਾਜ਼ੀ 'ਚ ਜਿਹੜਾ 20 ਕਰੋੜ ਦਾ ਬਜਟ ਸਾਡੇ ਟਾਈਮ 'ਚ ਹੁੰਦਾ, ਉਹ 1,000 ਕਰੋੜ ਦਾ ਇਸ਼ਤਿਹਾਰ ਦਾ ਬਜਟ ਹੈ। ਹਰੇਕ ਖੰਬੇ 'ਚ ਫੋਟੋ, ਹਰੇਕ ਬੈਨਰ 'ਚ ਝੂਠ, ਹਰੇਕ ਟੀਵੀ ਚੈਨਲ 'ਚ, ਹਰੇਕ ਅਖਬਾਰ 'ਚ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ, ਪੰਜਾਬ 'ਚ ਬੇਰੁਜ਼ਗਾਰੀ ਖਤਮ, ਪੰਜਾਬ 'ਚ ਨਸ਼ੇ ਖਤਮ, ਪੰਜਾਬ 'ਚ ਬਿਜਲੀ ਦਾ ਬਿੱਲ ਨਹੀਂ ਆਉਂਦਾ। ਉਹ ਝੂਠਾ ਇੱਥੇ ਮਾਰਿਆ ਸੀ ਦਿੱਲੀ ਵਾਲਾ, ਹੁਣ ਇੱਥੇ ਦਾ ਮਾਰਿਆ ਸਾਰੇ ਦੇਸ਼ 'ਚ, ਹੁਣ ਪੰਜਾਬ ਦੇ ਲੋਕ ਜਵਾਬ ਦੇਣਗੇ। ਤੁਸੀਂ ਭ੍ਰਿਸ਼ਟਾਚਾਰ ਕਹਿੰਦੇ ਹੋ, ਕਹਿੰਦੇ ਕਿ ਜੇਕਰ ਮੈਂ 1 ਰੁਪਿਆ ਵੀ ਖਾਊਂਗਾ ਤਾਂ ਸਲਫਾਸ ਦੀ ਗੋਲੀ ਦੇ ਬਰਾਬਰ ਹੋਊਗਾ, ਮੈਂ ਨਹੀਂ ਭ੍ਰਿਸ਼ਟਾਚਾਰ ਕਰ ਸਕਦਾ। ਉਹ ਸਲਫਾਸ ਦੀ ਗੋਲੀ ਬੜੀ ਛੇਤੀ ਅਸਰ ਦਿਖਾ ਦੋਗੀ,
ਜਿਹੜੇ ਭ੍ਰਿਸ਼ਟਾਚਾਰੀ ਹੁਣ ਮੇਰੇ ਹਲਕੇ ਤੋਂ ਹੀ ਲੈ ਲਓ ਤੁਸੀਂ ਬਾਲਾਦੂਰ ਕਾਹਨੂੰ ਕਹਿੰਦੇ ਹੋ ਜੀ, ਆਹ ਅੰਮ੍ਰਿਤ ਰਤਨ ਨਾਲ ਦਾ ਸਾਡਾ ਹਲਕਾ ਬਠਿੰਡਾ ਰੂਰਲ, ਰੰਗੇ ਹੱਥ ਫੜਿਆ ਗਿਆ ਜੀ, ਜੇਲ੍ਹ ਕੱਟ ਕੇ ਆਇਆ ਜੀ, ਉਹ ਸਿੰਗਲਾ ਸਾਹਿਬ ਮਾਨਸੇ ਦੇ ਮੇਰੇ ਨਾਲ ਦੇ ਜ਼ਿਲ੍ਹੇ ਦੇ, ਇਹਦੇ ਇਹਦੇ ਦਫ਼ਤਰੋਂ ਪਤਾ ਨਹੀਂ ਇਹਦੇ ਸੀਐਮ ਹਾਊਸ ਤੋਂ ਅੰਦਰ ਇਹ ਨਹੀਂ ਬਰਖਾਸਤ ਕੀਤਾ ਨਾ ਕਿ ਫਿਰ ਅੱਜ ਸਟਾਰ ਪ੍ਰਚਾਰਕ ਬਣੇ ਹੋਏ ਨੇ ਜਿਹੜਾ ਜੇਲ੍ਹ ਕੱਟ ਕੇ ਆਇਆ ਜਿਹਨਾਂ ਨੇ ਭ੍ਰਿਸ਼ਟਾਚਾਰ, ਉਹ ਸਟਾਰ ਪ੍ਰਚਾਰਕ ਨੇ ਤੁਹਾਡੇ, ਉਹ ਕਹਿੰਦੇ ਟੰਗੇ ਵੀ ਅਸੀਂ ਆਪਦੇ ਆਪ ਹੀ ਆ, ਹਾਂ ਤਾਂ ਟੰਗ ਕੇ ਫਿਰ ਦੱਸਣ ਨਾ ਵੀ ਟੰਗ 'ਤੇ ਤਾਂ ਫਿਰ ਤੁਹਾਡੇ ਨਾਲ ਅੱਜ ਕਿਵੇਂ ਬੈਠੇ ਨੇ, ਅੱਜ ਤੁਹਾਡੇ ਸਟਾਰ ਪ੍ਰਚਾਰਕ ਜਾਂ ਤਾਂ ਪਾਰਟੀ ਤੋਂ ਕੱਢੇ ਵੀ ਭ੍ਰਿਸ਼ਟਾਚਾਰ ਕੀਤਾ ਹੈ, ਜਾਂ ਫਿਰ ਦੱਸੇ ਵੀ ਭ੍ਰਿਸ਼ਟਾਚਾਰ ਨਹੀਂ ਕੀਤਾ ਹੈ, ਦੋਨੋਂ ਪਾਸੇ ਕਿਵੇਂ ਕਿ ਭ੍ਰਿਸ਼ਟਾਚਾਰ ਵੀ ਕੀਤਾ ਹੈ, ਨਾਲੇ ਸਾਡੇ ਲਾਗੇ ਬੈਠਣਗੇ ਨਾਲੇ ਸਾਡੇ ਸਟਾਰ ਪ੍ਰਚਾਰਕ ਹੋਣਗੇ, ਕੁਛ ਸਿਰ ਪੈਰ ਤੋਂ ਹੋਏ ਕਿ ਬੋਲ ਕੀ ਰਹੇ ਨੇ, ਨਾਲੇ ਉਹ ਹੋਟਲਾਈਨ ਹੋਟਲਾਈਨ ਜਿਹੜੀ ਖੋਲੀ ਸੀ ਉਹ ਤਾਂ ਇੰਨੀ ਜੈਮ ਹੋ ਗਈ, ਉਹਦੇ ਬਾਅਦ ਲੋਕਾਂ ਦਾ ਹੋਇਆ ਕਿ ਤਾਂ ਦੱਸੇ ਤਾਂ ਸਹੀ ਹੈ, ਤਾਂ ਗੱਲਾਂ ਇਹਦੀ ਹੈਗੀਆਂ, ਤਾਂ ਗੱਲਾਂ ਹੁਣ ਕੋਈ ਸੀਰੀਅਸ ਨਹੀਂ ਲੈਂਦਾ, ਹੁਣ ਤਾਂ ਲੋਕਾਂ ਗੱਲਾਂ ਦਾ ਜਵਾਬ ਦੇਣ ਨੂੰ ਬੈਠੇ ਹੋਏ ਨੇ। ਖੁਸ਼ਹਾਲ ਪੰਜਾਬ ਦੀ ਗੱਲ ਕਰਦੇ ਨੇ, ਦੇਖਿਆ ਖੁਸ਼ਹਾਲ ਪੰਜਾਬ ਲੋਕਾਂ ਦੇ ਵਿੱਚ ਹੁਣ ਫਿਰਦੇ ਹੋ, ਜਿਹੜੇ ਖੁਸ਼ਹਾਲ ਪੰਜਾਬ ਦੀ ਉਹ ਗੱਲ ਕਰਦੇ ਨੇ, 2-2.5 ਸਾਲਾਂ ਦੇ ਵਿੱਚ ਕਹਿੰਦੇ ਮੈਂ ਪੰਜਾਬ ਨੂੰ ਖੁਸ਼ਹਾਲ ਬਣਾ ਦਿੱਤਾ, ਖੁਸ਼ ਬਹੁਤ ਨੇ ਪੰਜਾਬ ਦੇ ਲੋਕ ਸਾਡੇ। ਇਹੀ ਜਿਹੜਾ ਕਹਿੰਦਾ ਸੀ ਨਾ ਸਰਕਾਰੀ ਮਕਾਨ ਨਹੀਂ ਚਾਹੀਦੇ ਸਾਨੂੰ, ਸਿਕਿਉਰਿਟੀਆਂ ਦੀ ਕੀ ਲੋੜ, ਸਿਕਿਉਰਿਟੀ ਤਾਂ ਉਹ ਰੱਖਦੇ ਨੇ ਜਿਹੜੇ ਲੋਕਾਂ ਤੋਂ ਡਰਦੇ ਨੇ, ਨਾ ਸਾਨੂੰ ਗੱਡੀਆਂ ਨਾ ਸਿਕਿਉਰਿਟੀਆਂ ਨਾ ਮਕਾਨ, ਅਤੇ ਹੁਣ ਗੱਡੀ ਤਾਂ ਚੱਕੀ ਜਾਂਦੇ ਸੀ ਉਸ ਟਾਈਮ ਤਾਂ ਕਹਿੰਦਾ ਸੀ, ਹੁਣ ਤਾਂ ਕਿਉਂ ਚੜਿਆ ਫਿਰਦਾ ਥੱਲੇ ਆ ਕੇ ਲੋਕਾਂ ਦੇ ਵਿੱਚ, ਤਾਂ ਜਾਵੇ ਨਾ ਸਿਕਿਉਰਿਟੀ ਦਾ, ਕਿੰਨੇ ਖੁਸ਼ਹਾਲ ਨੇ ਤਾਂ ਤੈਨੂੰ ਦੱਸਣ ਵਾਸਤੇ ਬੈਠੇ ਨੇ, ਹੁਣ ਤਾਂ ਉਹ ਥੱਲੇ ਆਉਂਦਾ ਹੀ ਨਹੀਂ ਹੈਗਾ, ਉਹ ਟਰੱਕ 'ਤੇ ਚੜ ਕੇ ਉੱਥੋਂ ਹੀ ਬੋਲ ਬੋਲ ਕੇ ਉੱਥੇ ਹੀ ਉੱਡ ਗਿਆ, ਹੈਲੀਕਾਪਟਰ ਇੱਥੇ ਗਿਆ ਉੱਥੇ ਗਿਆ। ਜਿਹੜੇ ਮੁੱਖ ਮੰਤਰੀ ਨੇ 2 ਸਾਲਾਂ 'ਚ ਮੈਨੂੰ ਲੱਗਦਾ ਹੈ 1 ਸਾਲ ਤਾਂ ਪੰਜਾਬ ਤੋਂ ਬਾਹਰ ਹੀ ਕੱਢਿਆ। ਜਿਹੜੇ ਬਾਦਲ ਸਾਹਿਬ ਨੂੰ ਕੋਈ ਕਹਿੰਦਾ ਸੀ ਨਾ 2 ਦਿਨਾਂ ਵਾਸਤੇ ਵੀ ਦਿੱਲੀ ਕਮੇਟੀ ਦੀ ਚੋਣ ਹੈ ਤੁਸੀਂ 2 ਦਿਨ ਦੇ ਦਿਓ, ਬੇਟਾ ਮੇਰੇ ਕੋਲ 2 ਦਿਨ ਕੋਈ ਨਹੀਂ, ਮੈਂ 2 ਘੰਟਿਆਂ ਵਾਸਤੇ ਆ ਜਾਵਾਂ, ਪੰਜਾਬ 'ਚ ਕੰਮ ਬਹੁਤ ਹੈ। ਇਹਨਾਂ ਨੂੰ ਪੰਜਾਬ 'ਤੇ ਕੰਮ ਹੀ ਉਹਨਾਂ ਹੁੰਦਾ ਸੀ ਕਿ ਨਿਕਲਣ ਦਾ ਟਾਈਮ ਨਹੀਂ, ਅਤੇ ਇਹਨੂੰ ਤਾਂ ਭਾਵੇਂ ਕਰਨਾਟਕ ਲੈ ਜਾਓ, ਭਾਵੇਂ ਗੁਜਰਾਤ ਲੈ ਜਾਓ, ਭਾਵੇਂ ਮਹਾਰਾਸ਼ਟਰ ਲੈ ਜਾਓ, ਦੁਨੀਆ ਦੇਸ਼ ਭਰ ਘੁੰਮਾ ਦਿਓ, ਉਹਨੂੰ ਪੰਜਾਬ ਵਾਸਤੇ ਸਮਾਂ ਕਿੱਥੇ? ਅਫਸਰਾਂ ਨੂੰ ਪੁੱਛੋ ਜਿੰਨੀਆਂ ਫਾਈਲਾਂ ਪਾਈਲਅਪ ਹੋ ਗਈਆਂ ਨੇ, ਨਾ ਅਫਸਰ ਕੰਮ ਕਰ ਰਹੇ ਨੇ ਕਿਉਂਕਿ ਮੁੱਖ ਮੰਤਰੀ ਨੂੰ ਤਾਂ ਕੰਮ ਕਰਨਾ ਆਉਂਦਾ ਹੀ ਨਹੀਂ। ਪਹਿਲੇ ਉਹ ਰਾਘਵ ਚੱਡੇ ਵਰਗੇ ਨੂੰ ਬਿਠਾਇਆ ਹੋਇਆ ਸੀ ਜਿਹੜਾ ਸਾਰਾ ਸਾਂਭ ਰਹੇ ਸੀ, ਹੁਣ ਉਹਨੂੰ ਭੱਜਣਾ ਪਿਆ ਉਹ ਸ਼ਰਾਬ ਦੇ ਘੁਟਾਲੇ ਕਰਕੇ ਜਿਹੜਾ ਇਹਨੇ ਖੁਦ ਕੀਤਾ ਹੈ, ਅਤੇ ਜਿਸ ਦਿਨ ਇਹ ਕੇਜਰੀਵਾਲ ਨੂੰ ਅੰਦਰ ਧੱਕਿਆ ਇਹਨੂੰ ਪਤਾ ਅਗਲਾ ਨੰਬਰ ਮੇਰਾ, ਕਿਉਂਕਿ ਉਹੀ ਘੁਟਾਲਾ ਮੈਂ ਵੀ ਕੀਤਾ ਹੈ। ਸੋ ਹੁਣ ਜਾ ਕੇ ਪਹਿਲੇ 2 ਸਾਲ ਕੇਜਰੀਵਾਲ ਦੇ ਹਵਾਲੇ ਹੋ ਕੇ ਉਹਦੇ ਘੁਟਨੇ ਟੇਕ ਕੇ ਸਾਰਾ ਪੰਜਾਬ ਵੇਚ ਛੱਡਿਆ ਕੇਜਰੀਵਾਲ ਨੂੰ ਚਮਕਾਉਣ ਵਾਸਤੇ, ਹੁਣ ਨਾਲ ਦੀ ਨਾਲ ਸੈਂਟਰ ਦੇ ਹੱਥ ਵਿੱਚ ਉਹਨਾਂ ਦੇ ਹੱਥ ਵਿੱਚ ਆ ਗਿਆ, ਕੇਜਰੀਵਾਲ ਜੇਲ੍ਹ ਗਿਆ ਮੈਂ ਨਾ ਜਾਵਾਂ ਉਹਦੇ। ਹੁਣ ਤੁਸੀਂ ਦੇਖ ਹੀ ਰਹੋ ਕਿ ਪਾਣੀਆਂ ਦੇ ਨਾਲ ਕਿੰਨਾ ਸੰਜੀਦਾ ਮੁੱਦਾ ਹੈਗਾ, ਬਿਲਕੁਲ, ਮਤਲਬ ਪਾਣੀ ਤੋਂ ਬਿਨਾਂ ਪੰਜਾਬ ਖਤਮ, ਬਿਲਕੁਲ। ਅਤੇ ਇਹ ਬੰਦਾ ਪਟਵਾਰੀਆਂ ਦੇ ਉੱਤੇ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਸਸਪੈਂਡ ਕਰਕੇ ਜ਼ਬਰਦਸਤੀ ਗਲਤ ਫਿਗਰਸ ਫੱਜ ਕਰਕੇ ਅਦਾਲਤ 'ਚ ਦੇ ਗਏ, ਕੱਲ੍ਹ ਅਦਾਲਤ ਨੇ ਕਹਿਣਾ ਤੁਹਾਡੇ ਕੋਲ ਵਾਧੂ ਪਾਣੀ ਹੈ ਕੱਢੋ ਨਹਿਰ, ਅਤੇ ਮੋਦੀ ਨੇ ਤਾਂ ਮਿੰਟ 'ਚ ਫੌਜ ਲਾ ਕੇ ਨਹਿਰ ਕੱਢ ਕੇ ਪਾਣੀ ਲੈ ਜਾਣਾ, ਇੱਥੇ 40-30 ਦਿਨ ਕੋਈ ਬੰਦੀ ਹੋ ਜਾਏ ਲੋਕੀ ਤਰਾਹੀ ਤਰਾਹੀ ਮੱਚ ਜਾਂਦੀ ਹੈ, ਹਮੇਸ਼ਾ ਵਾਸਤੇ ਬੰਦੀ ਹੋ ਗਈ, ਖੇਤ 'ਚ ਪਾਣੀ ਨਹੀਂ ਰਿਹਾ ਤਾਂ ਦਾਣੇ ਨਹੀਂ ਰਹੇ, ਨਾ ਦਾਣੇ ਹੋਣਗੇ ਤਾਂ ਜੇਬ 'ਤੇ ਦਵਾਨੀ ਹੋਊਗੀ, ਨਾ ਪੀਣ ਦਾ ਪਾਣੀ ਹੋਊਗਾ, ਅਤੇ ਕਿੱਥੇ ਜਾਊਗਾ ਪੰਜਾਬ? ਇਹ ਤਾਂ ਹੁਣ ਪੰਜਾਬ ਦੇ ਪਾਣੀ ਇਹਨੇ ਸਾਰੇ ਹੱਕ ਵੇਚ ਛੱਡੇ, ਇੱਥੋਂ ਤਾਂ ਹੈ ਕਿ ਪਰਸੋਂ ਇੱਕ ਹੋਰ ਘੱਟਤਾ ਕਿ ਮਾਮਲਾ ਜਿਹੜਾ ਬਾਦਲ ਸਾਹਿਬ ਨੇ ਮਾਫ਼ ਕੀਤਾ ਸੀ, ਹੁਣ ਆਰਡਰ ਦਿੱਤੇ ਸਾਰਿਆਂ ਨੂੰ ਕਿ ਸਾਲ 1,000 ਰੁਪਏ ਦੀ ਏਕੜ ਦੇ ਨਾਲ ਪ੍ਰਤੀ ਏਕੜ ਹਰ ਕਿਸਾਨ ਤੋਂ ਮਾਮਲਾ ਵਸੂਲਿਆ ਜਾਏ, 400-500 ਕਰੋੜ ਤਾਂ ਹੀ ਇਹਨੇ ਬਣਾ ਲਏ। ਸੋ ਪਹਿਲੇ ਤੁਸੀਂ ਦੇਖਿਆ 1-1.5 ਮਹੀਨਾ ਪਹਿਲੇ ਉਹ ਜਿਹੜੇ 3 ਕਾਲੇ ਕਾਨੂੰਨ ਵਾਪਸ ਕਰਾ ਕੇ ਆਏ ਸੀ, ਜਿਹਦੇ ਵਿੱਚ ਇੱਕ ਸੀਗਾ ਕਿ ਇਹ ਮੰਡੀ ਸਰਕਾਰੀ ਮੰਡੀ ਕਰਨ ਨੂੰ ਪ੍ਰਾਈਵੇਟਾਈਜ਼ ਨਾ ਕੀਤਾ ਜਾਏ, ਅਤੇ ਚੁੱਪ ਚੁੱਪੀ ਅਤੇ ਰਾਤੋਂ ਰਾਤ ਜਦ ਕੇਜਰੀਵਾਲ ਅੰਦਰ ਗਿਆ ਨਾਲ ਦੀ ਨਾਲ ਸੈਂਟਰ ਦਾ ਏਜੰਡਾ ਲੈ ਕੇ 9 ਜ਼ਿਲ੍ਹਿਆਂ 'ਚ ਪ੍ਰਾਈਵੇਟ ਮੰਡੀਆਂ ਨੂੰ ਖਰੀਦ ਬਣਾ ਦਾ ਅਡਾਨੀ ਵਰਗਿਆਂ ਵੱਲੋਂ, ਉਹਨਾਂ ਦੇ ਸਾਈਲੋਜ਼ ਨੂੰ ਖਰੀਦ ਸੈਂਟਰ ਬਣਾਤਾ, ਜਦ ਆਪਾਂ ਰੌਲਾ ਪਾਇਆ ਤਾਂ ਯੂਟਰਨ ਕੀਤਾ, ਪਰ ਮਨਸ਼ਾ ਤਾਂ ਕਲੀਅਰ ਹੋ ਗਈ ਨਾ, ਜਿਹੜੇ ਬੰਦਿਆਂ ਦੇ ਨਾਲ ਇਹਨੇ ਰਲ ਮਿਲ ਕੇ ਉਹਨਾਂ ਨੇ
ਜ਼ਮੀਨਾਂ ਕਰੋੜਾਂ ਦੀ ਖਰੀਦੀਆਂ, ਕਰੋੜਾਂ ਦੇ ਸਾਈਲੋਜ਼ ਬਣਾਏ, ਇਹਦੀ ਸਹਿਮਤੀ ਤੋਂ ਬਿਨਾਂ ਤਾਂ ਨਹੀਂ ਬਣ ਗਏ। ਸੋ ਇਹ ਤਾਂ ਪੰਜਾਬ ਨੂੰ ਮੰਜਣ 'ਚ ਲੱਗਿਆ ਹੋਇਆ ਹੈ, ਜਿਹਦੇ ਕਰਕੇ ਹੁਣ ਤਨਖਾਹਾਂ ਦੇਣ ਵਾਸਤੇ ਤਾਂ ਇਹਨੂੰ ਕਰਜ਼ਾ ਲੈਣਾ ਪੈਂਦਾ ਹੈਗਾ। ਸੋ ਪੰਜਾਬ ਦਾ ਹਰ ਸਹੂਲਤ ਬੰਦ ਕਰਤੀ, ਕਿਸੇ ਵਰਗ ਨੂੰ ਨਾ ਮੁਆਵਜ਼ਾ ਦਿੱਤਾ, ਜਿਹੜਾ ਕਹਿੰਦਾ ਸੀ ਸੱਥਾਂ ਤੋਂ ਚੱਲੂਗੀ ਸਰਕਾਰ, ਮੁਆਵਜ਼ਾ ਤੁਹਾਡੇ ਕੋਲ ਪਹਿਲੇ ਪਹੁੰਚੂਗਾ, 20,000 ਗੁਰਦੁਆਰੀਆਂ ਬਾਅਦ ਨੂੰ ਹੋਣਗੀਆਂ, ਅਤੇ MSP ਤਾਂ ਚੁਟਕੀਆਂ 'ਚ ਮਿਲ ਜੂਗੀ। ਫਿਰ ਕਾਹਨੂੰ ਬਾਰਡਰਾਂ 'ਚ ਮੁੰਡੇ ਮਰਾਈ ਜਾਂਦਾ ਹੈ, ਕਾਹਨੂੰ ਕਿਸਾਨ ਕੁਟਵਾਈ ਜਾਂਦਾ। ਪਿੰਡ ਦੀ ਕਿਸੇ ਸੱਥ ਤੋਂ ਪੁੱਛਿਆ ਕਿ ਪਤਾ ਕਿਸੇ ਸੱਥ ਤੋਂ ਚੱਲੀ ਹੋਵੇ, ਕਿਸੇ ਸੱਥ ਤੋਂ ਪੁੱਛਿਆ ਕਿਉਂ ਸੱਥਾਂ ਦੇ ਵਿੱਚ ਜਾਂਦੇ ਹੋ? ਸੱਥ 600 ਪਿੰਡਾਂ 'ਚ ਮੈਂ ਦੌਰਾ ਕਰ ਲਿਆ, ਹਰ ਪਿੰਡ 'ਚ ਮੈਂ ਪੁੱਛਿਆ ਕਿ ਨੌਕਰੀ ਆਈ, ਮੁਆਵਜ਼ਾ ਮਿਲਿਆ, 1,000 ਰੁਪਏ ਮਿਲੇ, ਹਰ ਪਿੰਡ 'ਚ ਇੱਕ ਹੱਥ ਨਹੀਂ ਕੋਈ ਖੜਾ ਕਰਦਾ। ਹਕੀਕਤ ਆ ਹੈ ਕਿ ਨਾ ਨੌਕਰੀ ਮਿਲੀ ਹੈ, ਨਾ ਦਵਾਨੀ ਮੁਆਵਜ਼ਾ ਆਇਆ ਹੈ, ਨਾ 1,000 ਰੁਪਏ ਆਇਆ, ਇਹਦੀ ਇਕੱਲੀ ਗੱਲਾਂ ਫੋਕੀ ਹਵਾਈ ਫਾਇਰ ਚੱਲ ਰਹੇ ਨੇ ਸਾਰੇ। ਤੇ ਹੁਣ ਚੰਗੇ ਰਲ ਗਏ ਨੇ ਦੋਨੋਂ, ਪਹਿਲੇ ਇਹਨੇ 1,000 ਰੁਪਏ ਦਾ ਕੱਢਤਾ, ਹੁਣ ਉਹ ਕਾਂਗਰਸ ਕਹਿੰਦੀ ਅਸੀਂ 1,00,000 ਰੁਪਇਆ ਦੇਵਾਂਗੇ। ਸੋ ਇਹਨਾਂ ਨੇ ਤਾਂ ਫੋਕੇ ਛੱਡਨੇ ਜਿੰਨੇ ਮਰਜ਼ੀ ਮਾਰੇ ਚੱਲਣ, ਤੇ ਲੋਕੀ ਸਮਝ ਗਏ ਨੇ, ਹੁਣ ਉਸ ਦਾ ਜਵਾਬ ਜ਼ਰੂਰ ਦੇਣਗੇ। ਬੀਬੀ ਜੀ, ਸੁੱਖ ਬਿਲਾਸ 'ਤੇ ਤੰਜ ਬੜੇ ਕੱਸਦੇ ਨੇ ਭਗਵੰਤ ਸਿੰਘ ਮਾਨ। ਪਿਛਲੇ ਦਿਨਾਂ ਦੇ ਵਿੱਚ ਤਾਂ ਇਹ ਕਹਿੰਦੇ ਸੀ, ਕਹਿੰਦੇ ਲੋਕ ਉਦਘਾਟਨ ਕਰ ਕਮਲਾਂ ਦੇ ਨਾਲ ਕਰਦੇ ਹੁੰਦੇ ਨੇ, ਕਹਿੰਦੇ ਮੈਂ ਆਪਣੇ ਪੈਰਾਂ ਦੇ ਨਾਲ ਉਦਘਾਟਨ ਕਰੂੰਗਾ, JCB ਦੇ ਕਲੱਚ ਕਹਿੰਦੇ ਪੈਰਾਂ ਦੇ ਨਾਲ ਛੱਡ ਕੇ ਮੈਂ ਸੁੱਖ ਬਿਲਾਸ 'ਤੇ ਉਦਘਾਟਨ ਕਹਿੰਦੇ ਮੈਂ ਕਰੂੰਗਾ, ਸਕੂਲ ਬਣਾਉਣਾ ਕਹਿੰਦੇ ਜਿਹਦੇ ਹਰ ਕਲਾਸਰੂਮ ਕੋਲ ਪੂਲ ਹੋਵੇ। ਤਾਂ ਕੌਣ ਰੋਕ ਰਿਹਾ, ਕਰ ਲੈ, ਕਿਹਨੇ ਰੋਕਿਆ? 2-2.5 ਸਾਲ ਕਾਹਨੂੰ ਵੇਟ ਕੀਤੇ? ਕਹਿੰਦੇ ਫਾਈਲਾਂ ਹੁਣ ਆਈਆਂ ਮੇਰੇ ਕੋਲ। ਫਿਰ ਇਹਦਾ ਕੰਮ ਬੜਾ ਹੀ ਸਲੋ ਚੱਲਦਾ, ਜੇ 2.5 ਸਾਲ ਬਾਅਦ ਇਹਦੇ ਕੋਲ ਫਾਈਲ ਆਉਂਦੀ ਹੈ। ਤਾਂ ਹੀ ਤਾਂ ਜਿਹੜੇ ਨਸ਼ੇ 10 ਦਿਨਾਂ 'ਚ ਖਤਮ ਕਰਨੇ ਸੀ, ਗਾਰੰਟੀ ਦਿੱਤੀ ਸੀ, 2.5 ਸਾਲ ਉਹ ਵੀ ਨਿਕਲ ਗਏ। ਅਤੇ ਇਸ ਕਰਕੇ ਇਹ ਜਿਹੜੀ ਬੇਅਦਬੀਆਂ ਇਹਨਾਂ ਨੇ ਬੰਦੇ ਫੜ ਕੇ ਬੰਦ ਕਰਨੇ ਸੀ, 2.5 ਸਾਲ ਉਹ ਵੀ ਨਿਕਲ ਗਏ ਨੇ। ਅਤੇ ਇਹਦਾ ਕੰਮ ਕਰਦਾ ਸਪੀਡ ਹੀ ਇਹਦੇ ਨਾਲ ਸਮਝ ਲਓ ਕਿ ਸਮਾਂ ਕਿੰਨਾ ਲਾਉਂਦਾ ਕੰਮ ਕਰਨ 'ਚ। ਜਿਹੜਾ ਬੰਦਾ ਪਾਰਲੀਮੈਂਟ 'ਚ 11 ਵਜੇ ਡੱਕਿਆ ਹੋਇਆ ਜਾਂਦਾ ਸੀ, ਹੁਣ ਡੱਕਿਆ ਹੋਇਆ ਬੰਦਾ ਕਿੰਨਾ ਕੰਮ ਕਰ ਲੂਗਾ ਪਾਰਲੀਮੈਂਟ 'ਚ? ਤੁਸੀਂ ਸੋਚੋ, ਸਾਰੇ MPs ਨੇ ਆਸ ਪਾਸ ਇਕੱਠੇ ਹੋ ਕੇ ਸਪੀਕਰ ਨੂੰ ਜਾ ਕੇ ਕਿਹਾ ਵੀ ਸਾਡੀ ਕੁਰਸੀ ਬਦਲੋ, ਇਸ ਬੰਦੇ ਦੇ ਲਾਗੇ ਨਹੀਂ। ਇਹ ਤਾਂ ਖੁਦ ਦੇ ਪਾਰਟੀ ਦੇ ਬੰਦਿਆਂ ਨੇ ਕਿਹਾ, ਅਤੇ ਅਕਲ ਤਾਂ ਬੰਦੇ ਦੀ ਇੰਨੀ ਸੀ, ਜਿਹੜਾ ਮੈਨੂੰ ਲੱਗਦਾ 70 ਸਾਲ 75 ਸਾਲ ਕਿਸੇ MP ਨੇ ਨਹੀਂ ਕੀਤਾ ਹੋਊਗਾ, ਕਿ ਪਹਿਲੇ ਦਿਨ ਹੀ ਪਾਰਲੀਮੈਂਟ ਦੇ ਵਿੱਚ ਵੜਦੇ ਸਾਹ ਜਾ ਕੇ ਪੂਰੀ ਮੂਵੀ ਬਣਾਤੀ ਵੀ ਅੰਦਰ ਕਿਵੇਂ ਜਾਂਦੇ, ਬਾਹਰ ਦਾ ਦਰਵਾਜ਼ਾ ਕਿੱਥੇ ਆਇਆ, ਕਿਵੇਂ ਹੁੰਦਾ ਪੂਰੇ ਪਾਰਲੀਮੈਂਟ। ਇੰਨੀ ਸਿਕਿਉਰਿਟੀ ਦੀ ਧੱਜੀਆਂ ਉਡਾਈਆਂ, ਜਿੱਥੇ ਇੱਕ ਅਟੈਕ ਹੋ ਕੇ ਹਟਿਆ ਕੁਛ ਸਾਲ ਪਹਿਲੇ, ਸਾਡੇ ਜਵਾਨ ਸ਼ਹੀਦ ਹੋ ਗਏ, ਜਿਹਦੇ ਕਰਕੇ ਤੁਹਾਨੂੰ ਹੈਰਾਨੀ ਹੋ ਗਈ ਪੂਰੇ ਸੈਸ਼ਨ ਵਾਸਤੇ ਇਹਨੂੰ ਬਾਹਰ ਕੱਢਿਆ ਗਿਆ ਸੀ। ਇਹ ਤਾਂ ਇਹਦੇ ਕਾਰਨਾਮੇ ਨੇ। ਉਹ ਮੈਂ ਅਕਸਰ ਕਹਿੰਦੀ ਹਾਂ ਕਿ ਸੜਕਾਂ 'ਚ ਲਿਖਿਆ ਹੁੰਦਾ ਹੈ ਡੋਂਟ ਡਰਿੰਕ ਐਂਡ ਡਰਾਈਵ, ਮਤਲਬ ਤੁਸੀਂ ਆਪਣੇ ਆਪ ਨੂੰ ਹੀ ਖਤਰਾ, ਦੂਜਿਆਂ ਦਾ ਖਤਰਾ। ਇਹ ਤਾਂ ਡਰਿੰਕ ਕਰਕੇ ਸਾਰੇ ਸਟੇਟ ਨੂੰ ਡਰਾਈਵ ਕਰ ਰਿਹਾ, ਤਾਂ ਸਟੇਟ ਨੇ ਜਾਣਾ ਕਿੱਥੇ ਹੈ? ਜੇ ਸ਼ਰਾਬੀ ਬੰਦਾ ਗੱਡੀ ਚਲਾਉਂਦਾ ਹੈ, ਜੋ ਉਸ ਗੱਡੀ ਦਾ ਅਤੇ ਪੈਸੰਜਰ ਦਾ ਹਾਲ ਹੁੰਦਾ ਹੈ, ਉਹੀ ਪੰਜਾਬ ਦਾ ਹਾਲ ਹੋ ਰਿਹਾ। ਪਰ ਉਹ ਤਾਂ ਕਹਿੰਦੇ ਪਾਰਲੀਮੈਂਟ ਦੇ ਵਿੱਚ ਬੀਬਾ ਜੀ ਨੂੰ ਮੈਂ ਹੀ ਚੁੱਪ ਕਰਵਾਉਂਦਾ ਰਿਹਾ, ਕਹਿੰਦੇ ਮੈਂ ਯਾਦ ਦਵਾਉਂਦਾ ਰਿਹਾ ਲੋਕਾਂ ਦੇ ਮੁੱਦੇ, ਮੈਂ ਚੁੱਪ ਕਰਵਾਉਂਦਾ ਹੁੰਦਾ ਸੀ ਕਹਿੰਦੇ। ਅੱਛਾ, ਇਹ ਤਾਂ ਮੋਏ ਦੇ ਹਿਸਾਬ ਨਾਲ ਤਾਂ ਮੋਦੀ ਨੂੰ ਕੀ ਪੁੱਟਣ ਨੂੰ ਚੁੱਪ ਕਰਾ ਦੇ, ਇਹਦੀ ਗੱਲਾਂ ਹੈਗੀਆਂ ਇਹਦੇ ਚੁਟਕਲੇ ਇਹਦੇ ਉੱਤੇ। ਲੋਕ ਮੈਨੂੰ ਉੱਥੇ ਜਦ ਇਹਨੂੰ ਵੋਟਾਂ ਪੈ ਗਈਆਂ, ਪਹਿਲੇ ਤਾਂ ਲੋਕਾਂ ਨੇ ਮੱਥਾ ਮਾਰਿਆ ਕਿ ਇਹ ਦੁਬਾਰਾ ਜਿੱਤ ਗਿਆ, ਉਹਦੇ ਬਾਅਦ ਜਦ ਇਹਨੂੰ ਕਿਹਾ ਕਿ ਇਹ CM ਬਣਿਆ, ਤਾਂ ਉਹ ਸਾਰੇ ਪਾਰਲੀਮੈਂਟ ਨੂੰ ਹੈਕ ਕਹਿੰਦੇ ਆਪਕੇ ਲੋਕ ਨੇ ਇਸਕੋ ਬਣਾ ਦਿਆ ਇਸਕੋ। ਸੋ ਇਹ ਤਾਂ ਹੁਣ ਆਈ ਲੋਕ ਵੀ ਆ ਕਹਿ ਰਹੇ ਕਿ ਕਿਹਨੂੰ ਬਣਾ ਛੱਡੇ। ਸੋ ਇਹ ਤਾਂ ਹੈਗਾ, ਚਲੋ ਇਹਦੀ ਕਿਸਮਤ ਸੀਗੀ ਲੋਕਾਂ ਨੇ ਬਣਾਤਾ, ਬਦਲਾਵ ਇੰਨਾ ਵੱਡਾ ਆ ਗਿਆ, ਉਸ ਬਦਲਾਵ ਨੂੰ ਲੋਕ ਦੇਖ ਰਹੇ ਨੇ ਕਿ ਇੱਕ ਜਿਹੜੇ ਸੂਬੇ ਦੀ ਇੱਜ਼ਤ ਹੁੰਦੀ ਹੈ ਨਾ ਉਹਦੇ ਮੁਖੀ ਦੇ ਨਾਲ। ਹੁਣ ਜਿਹੜਾ ਮੁਖੀ ਲੁਫਤੈਂਜ਼ਾ ਦੀ ਫਲਾਈਟ ਤੋਂ ਇੰਨਾ ਡੱਕਿਆ ਹੋਇਆ ਕਿ ਫਲਾਈਟ ਮੁੱਖ ਮੰਤਰੀ ਨੂੰ ਆਫਲੋਡ ਕਰੇ, ਇਹ ਕਲੰਕ ਪੰਜਾਬ ਦੇ ਉੱਤੇ। ਜਿਹੜਾ ਮੁੱਖ ਮੰਤਰੀ ਵਿਧਾਨ ਸਭਾ 'ਚ ਜਿਹੋ ਜਿਹੀ ਸ਼ਬਦਾਵਲੀ ਇਸਤੇਮਾਲ ਕਰੇ, ਇਹ ਕਲੰਕ ਪੰਜਾਬ ਦੇ ਉੱਤੇ। ਜਿਹੜਾ ਮੁੱਖ ਮੰਤਰੀ ਆਪ ਖਾਣ ਪੀਣ ਦਾ ਆਦੀ ਹੈ, ਇਹਨੇ ਬੱਚਿਆਂ ਨੂੰ ਕੀ ਸਿਖਾਉਣਾ ਸੀ? ਗਲੀ ਗਲੀ 'ਚ ਨਸ਼ੇ ਹੀ ਰੋਲਣੇ ਸੀ ਨਾ, ਹੋਰ ਆਪਾਂ ਕੀ ਆਸ ਰੱਖਦੇ ਸੀ? ਹੁਣ ਮਾਵਾਂ ਇਹਨਾਂ ਗੱਲਾਂ ਨੂੰ ਸਮਝ ਰਹੀਆਂ ਨੇ। ਸੋ ਜਿਹੜੀ ਇੱਕ ਪੰਜਾਬ ਦੀ ਇੱਜ਼ਤ ਹੁੰਦੀ ਸੀ,
ਬਾਦਲ ਸਾਹਿਬ ਦੇ ਹੁੰਦੇ ਜਿੱਥੇ ਉਹਨਾਂ ਦੀ ਇੱਜ਼ਤ ਕਰਕੇ ਸੂਬੇ ਦੀ ਇੱਜ਼ਤ ਹੁੰਦੀ ਸੀ, ਉਹ ਇਹ ਨੇ ਤਾਂ ਬੇਇੱਜ਼ਤ ਕਰ ਛੱਡਿਆ ਆਪਣੇ ਆਪ ਨੂੰ ਤਾਂ ਜਿਹੜਾ ਕੀਤਾ। ਅਤੇ ਪੰਜਾਬ ਦੇ ਹਾਲਾਤ ਤੁਸੀਂ ਦੇਖੋ, ਅੱਜ ਜਿਹੜਾ ਕਹਿੰਦੇ ਧਰਨਾ ਨਹੀਂ ਲੱਗੂਗਾ, ਟੈਂਕੀ 'ਚ ਕਿਹੜਾ ਵਰਗ ਹੈ ਜਿਹੜਾ ਧਰਨੇ 'ਚ ਨਹੀਂ ਬੈਠਿਆ ਹੈ? ਕਿਸਾਨ ਹੋਏ, ਨੌਜਵਾਨ ਹੋਏ, ਮੁਲਾਜ਼ਮ ਹੋਣ, ਬਸ ਬੀਬੀਆਂ ਨੂੰ ਛੱਡ ਕੇ ਬਾਕੀ ਤਾਂ ਸਾਰੇ ਹੀ ਬੈਠੇ ਨੇ, ਉਹ ਬੀਬੀਆਂ ਘਰੇ ਝਾੜੂ ਲਈ ਬੈਠੀਆਂ ਨੇ। ਤੁਸੀਂ ਇੱਕ ਨਾਰਾ ਇਸ ਵਾਰੀ ਜਿਹੜਾ ਦੇ ਰਹੇ ਹੋ, ਤੁਹਾਡੀ ਨਿਮਾਣੀ ਸੇਵਾਦਾਰ। ਮੈਂ ਪਿਛਲੇ ਦਿਨ ਜੀਤਮਿੰਦਰ ਸਿੱਧੂ ਹੋਰਾਂ ਦੀ ਇੰਟਰਵਿਊ ਕਰ ਰਿਹਾ ਸੀ ਤਾਂ ਮੈਂ ਇਹ ਸਵਾਲ ਉਹਨਾਂ ਨੂੰ ਜ਼ਰੂਰ ਕੀਤਾ। ਤਾਂ ਕਹਿੰਦੇ ਨੇ ਕਿ ਬੀਬੀ ਜੀ ਕਿਹੜੇ ਪਾਸਿਓਂ ਨਿਮਾਣੇ ਲੱਗਦੇ ਨੇ, ਜਾਂ ਬਾਦਲ ਪਰਿਵਾਰ ਕਿਹੜੇ ਪਾਸਿਓਂ ਕਹਿੰਦੇ ਨਿਮਾਣਾ ਲੱਗਦਾ ਤੁਹਾਨੂੰ? ਉਹ ਤਾਂ ਉਹੀ ਜਾਣੇ, ਉਹ ਤਾਂ ਆਪਣੇ ਆਪ ਨੂੰ ਨਿਮਾਣਾ ਸਮਝਦਾ ਹੋਊਗਾ। ਜਿੱਥੇ ਹਲਕੇ ਦੇ 500 ਬੰਦਿਆਂ ਨੇ ਧਰਨਾ ਮਾਰਿਆ ਸੁਖਬੀਰ ਜੀ ਦੇ ਸਾਹਮਣੇ ਕਿ ਬਦਤਮੀਜ਼ ਬੰਦਾ, ਬੋਲਣ ਦੀ ਇਹਨੂੰ ਤਮੀਜ਼ ਨਹੀਂ, ਸਾਡੀ ਬੇਇੱਜ਼ਤੀ ਕਰਦਾ ਹੈਗਾ। ਹਲਕੇ 'ਚ ਕਦੇ ਆਉਂਦਾ ਨਹੀਂ, 1000 ਵੋਟਾਂ ਦੇ ਨਾਲ ਆਪਾਂ ਇਹਨੂੰ 32,000 ਵੋਟਾਂ ਪਏ, ਸ਼ੁਕਰਾਨਾ ਕਰਨ ਤੱਕ ਨਹੀਂ ਆਇਆ। ਹਲਕੇ 'ਚ ਵੜਦਾ ਹੀ ਨਹੀਂ ਹੈ, ਨਾ ਫੋਨ ਚੱਕਦਾ ਹੈ, ਪਰਚੇ ਅੱਡ ਕਰਾਉਂਦਾ ਹੈ, ਬੋਲਣ ਦਾ ਤੌਰ ਤਰੀਕਾ ਨਹੀਂ। ਧਰਨਾ ਲਾਇਆ ਕਿ ਜਾਂ ਇਹਨੂੰ ਕੱਢੋ ਜਾਂ ਸਾਨੂੰ ਕੱਢੋ। ਇਹ ਕਦੇ ਤੁਸੀਂ ਕਿਸੇ ਪਾਰਟੀ 'ਚ ਸੁਣਿਆ ਕਿ ਸਾਰਾ ਹਲਕਾ ਇਕੱਠਾ ਹੋ ਕੇ ਪ੍ਰਧਾਨ ਨੂੰ ਕਹੇ ਵੀ ਇਹਨੂੰ ਕੱਢੋ, ਤਾਂ ਇਹ ਕੱਢਿਆ ਗਿਆ? ਸੋ ਇਹੋ ਜਿਹਾ ਬੰਦੇ ਨੂੰ ਇਹਨੂੰ ਨਿਮਾਣਾ ਦਾ ਮਤਲਬ ਹੀ ਨਹੀਂ, ਇਹ ਤਾਂ ਹੰਕਾਰ ਹੈ ਨਾ ਹੋਇਆ ਹੈ ਕਿ ਇਹ ਤਾਂ ਵੱਡਿਆਂ ਤੋਂ ਪੁੱਛੋ, ਹਲਕੇ 'ਚ ਮੈਨੂੰ ਨਾ ਪੁੱਛੋ, ਲੋਕ ਮੈਨੂੰ ਦੱਸਦੇ ਕਿ ਇਹਦੇ ਦੁਗਣੀ ਉਮਰ ਦੇ ਲੋਕਾਂ ਤੋਂ ਗੋਡੀ ਹੱਥ ਇਹ ਲਵਾਉਂਦਾ ਸੀ, ਮਤਲਬ ਪਿਓ ਦਾਦੇ ਦੀ ਉਮਰ 'ਚ ਤੁਸੀਂ ਉਹਨਾਂ ਤੋਂ ਮੱਥਾ ਟਿਕਾਓ, ਅਤੇ ਹਲਕਾ ਤਾਂ ਹੀ ਤਾਂ ਐਂ ਤਾਂ ਨਹੀਂ ਤੱਪਿਆ ਹੋਇਆ ਸੀ ਜਿਹੜਾ ਆ ਕੇ ਇਹਨੂੰ ਕਢਵਾਇਆ। ਪਰ ਉਹ ਤਾਂ ਕਹਿੰਦੇ ਨੇ ਕਿ ਮੇਰੇ ਮੁਕਾਬਲੇ ਦੇ ਵਿੱਚ ਤਾਂ ਇਕੱਲੀ ਭਾਜਪਾ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤਾਂ ਕਹਿੰਦੇ ਮੇਰੇ ਮੁਕਾਬਲੇ ਤੋਂ ਹੀ ਪਾਸੇ ਆ। ਨਹੀਂ, ਉਹ ਤਾਂ ਸਾਰੇ ਇਕੱਠੇ ਨੇ, ਮੁਕਾਬਲਾ ਕੀ ਹੈਗਾ ਇਹਨਾਂ 'ਚ, ਫਰਕ ਹੀ ਹੈ। ਸਾਰੇ ਅਕਾਲੀ ਦਲ ਦੇ ਬੰਦੇ ਪਟ ਪਟ ਕੇ ਜੇ ਖੜੇ ਕੀਤੇ ਨੇ, ਨਹੀਂ ਤਾਂ ਇਹਦੀ 4 ਮਹੀਨੇ ਪਹਿਲੇ ਅਕਾਲੀ ਦਲ ਤੋਂ ਕੱਢਿਆ ਹੋਇਆ ਹੈ, ਪੋਸਟਰ ਤੁਹਾਡੇ ਕਾਂਗਰਸ ਦੇ ਪ੍ਰਧਾਨ ਦੇ ਲੱਗੇ ਹੋਏ ਨੇ, ਪਰਿਵਾਰ ਉਹਦਾ ਡੋਰ ਟੂ ਡੋਰ ਮਹੀਨੇ ਤੋਂ ਕੱਢ ਰਿਹਾ ਹੈਗਾ। ਅਤੇ ਰਾਤੋ ਰਾਤ ਕੀ ਸਮਝੌਤਾ ਹੋਇਆ ਕਿ ਪ੍ਰਧਾਨ ਭੱਜ ਗਿਆ ਲੁਧਿਆਣੇ, ਅਤੇ ਇਹੋ ਜਿਹੇ ਬੰਦੇ ਨੂੰ ਲੈ ਕੇ ਜਿਹਨੂੰ ਕੋਈ ਜਾਣਦਾ ਨਹੀਂ ਹੈਗਾ, 4 ਮਹੀਨੇ ਪਹਿਲੇ ਪਾਰਟੀ ਦੇ ਵਰਕਰਾਂ ਨੇ ਕਢਵਾਇਆ, ਉਹਨੂੰ ਟਿਕਟ ਦੇਣ ਦੀ ਕੀ ਮਜਬੂਰੀ ਹੋ ਗਈ? ਕਲੀਅਰ ਹੈ ਕਿ ਅਕਾਲੀ ਦਲ ਤੋਂ ਅਕਾਲੀ ਦਲ ਦੀ ਵੋਟਾਂ ਨੂੰ ਖੋਰਾ ਲਾਊਗਾ, ਭਾਜਪਾ ਉਹਨਾਂ ਦੇ ਸਾਥੀ ਨਾਲ ਲੱਗੇ ਹੋਏ ਨੇ, ਇਹਨੇ ਵੱਡੇ ਵੱਡੀ ਪਾਰਟੀਆਂ ਨੂੰ ਗਿਰਾਉਣ ਵਾਲੇ, ਸਰਕਾਰਾਂ ਤੋੜਨ ਵਾਲੇ ਬਥੇਰੇ ਇਹਨਾਂ ਦੇ ਕੋਲ ਲੀਡਰ, ਤਾਂ ਫਿਰ ਇੱਕ ਟਕਸਾਲੀ ਅਕਾਲੀ ਪਰਿਵਾਰ ਦੀ ਨੂੰ ਪੱਟਣ ਨੂੰ ਮਿਲੀ ਕਲੀਅਰ ਕਿ ਉਹਨਾਂ ਨੂੰ ਕਿਨੇ ਖੋਰਾ ਲਾਉਣਾ। ਅਤੇ ਖੁੱਡੀਆ ਸਾਹਿਬ ਦੇ ਫਾਦਰ ਤੋਂ, ਇਹਨਾਂ ਦਾ ਪਿਛੋਕੜ ਤੋਂ ਤੁਹਾਨੂੰ ਪਤਾ ਹੀ ਹੈ, ਅਕਾਲੀ ਦਲ ਤੋਂ ਲੜੇ ਸੀਗੇ, ਅਤੇ ਬਾਦਲ ਸਾਹਿਬ ਦੇ ਗੜ੍ਹ ਤੋਂ ਮੰਤਰੀ ਸਾਹਿਬ ਨੂੰ ਖੜਾ ਕਰਤਾ ਤਾਂ ਕਿ ਉਹ ਆਪਦੇ ਜ਼ੋਰ ਜ਼ਬਰ ਦੇ ਨਾਲ ਇੱਥੇ ਅਕਾਲੀਆਂ ਨੂੰ ਤਮਾਸ਼ਾ, ਨਿਸ਼ਾਨਾ ਤਿੰਨੋਂ ਦਾ ਇੱਕੋ ਹੀ ਹੈ, ਅਕਾਲੀ ਦਲ ਨੂੰ ਖਤਮ ਕਰਨਾ, ਬੀਬਾ ਨੂੰ ਹਰਾਉਣਾ ਹੈ ਜਿਵੇਂ ਕਿਵੇਂ। ਸੋ ਇੱਕ ਪਾਸੇ ਆਹ ਤਿੰਨ ਹੈਗੇ ਜਿਨ੍ਹਾਂ ਨੇ ਸੱਤਾ ਸੀਗੀ, ਸਰਕਾਰਾਂ ਸੀਗੀਆਂ, ਲੋਕਾਂ ਦੀ ਸਾਰ ਨਹੀਂ ਲਿੱਤੀ, ਪਹਿਲੀ ਤਰੀਕ ਤੋਂ ਬਾਅਦ ਤਿੱਤਰ ਹੋ ਜਾਣਾ, ਲੋਕਾਂ ਦੇ ਵਿੱਚ ਨਹੀਂ ਜਾਣਾ, ਅਤੇ ਇੱਕ ਇਹਨਾਂ ਦੀ ਅਕਾਲੀ ਦਲ ਪਾਰਟੀ ਹੈ ਅਤੇ ਨਿਮਾਨੀ ਸੇਵਾਦਾਰ ਹੈ ਜਿਹੜਾ 15 ਸਾਲ ਇਹਨਾਂ ਦੇ ਵਿੱਚ ਰਹੀਏ। ਕੀ ਲੱਗਦਾ ਗੜ੍ਹ ਤੋਂ ਹਰਾ ਸਕਣਗੇ ਤੁਸੀਂ, ਕਿ ਸਭ ਦਾ ਇੱਕੋ ਨਿਸ਼ਾਨਾ ਕਿ ਬੀਬਾ ਜੀ ਨੂੰ ਹਰਾਉਣਾ, ਕੀ ਲੱਗਦਾ ਤੁਹਾਡਾ ਗੜ੍ਹ ਆ ਘਰ ਹੈ ਗੜ੍ਹ ਤੋਂ ਹਰਾ ਸਕਦੇ ਨੇ? ਸੋ ਇਹ ਪਹਿਲੀ ਵਾਰੀ ਤਾਂ ਨਹੀਂ ਹੈ, ਮੈਂ ਸਿਆਸਤ 'ਚ ਮੈਂ ਆਈ ਕਿਵੇਂ, ਮੇਰਾ ਤਾਂ ਕੋਈ ਸਿਆਸਤ 'ਚ ਆਉਣ ਦਾ ਕੋਈ, ਸਾਡੀ ਘਰ ਦੀ ਲੇਡੀਜ਼ ਤਾਂ ਕਦੇ ਸੀਗੀਆਂ ਨਹੀਂ ਨਾ, ਕਿਉਂ ਆਈ? ਕਿਉਂਕਿ ਉਹ ਅਮਰਿੰਦਰ ਸਿੰਘ ਉਸ ਟਾਈਮ ਉਹ ਹਨਕਾਰਿਆ ਹੋਇਆ ਸੀ ਬਾਦਲਾਂ ਨੂੰ ਕੱਢਾਂਗੇ ਇੱਥੋਂ, ਅਤੇ ਲੋਕਾਂ ਦੀ ਆਵਾਜ਼ ਆਈ ਵੀ ਬਾਦਲਾਂ ਤਾਂ ਆਪਣੇ ਮੁੰਡੇ ਨੂੰ ਲਿਆਇਆ, ਅਤੇ ਲੋਕਾਂ ਨੇ ਕਿਹਾ ਕਿ ਫਿਰ ਸਾਨੂੰ ਵੀ ਦਿਓ ਕੋਈ ਪਰਿਵਾਰ ਦਾ ਮੈਂਬਰ। ਸੋ ਸੁਖਬੀਰ ਜੀ ਆਲਰੇਡੀ MLA ਸੀਗੇ, ਬਾਦਲ ਸਾਹਿਬ ਮੁੱਖ ਮੰਤਰੀ ਸਨ, ਤਾਂ ਕੋ ਬੱਚਾ ਬੀਬੀ ਜੀ ਦੀ ਸਿਹਤ ਨਹੀਂ ਠੀਕ ਸੀ, ਸੋ ਉਸ ਕੁਦਰਤ ਨੇ ਇੱਕ ਤਰੀਕੇ ਨਾਲ ਮੈਨੂੰ ਉਹਦੇ ਵਿੱਚ ਧੱਕ ਹੀ ਦਿੱਤਾ ਨਾ, ਮੇਰਾ ਤਾਂ ਕੋਈ ਇਹਦੇ ਵਿੱਚ ਨਿਸ਼ਾਨਾ ਨਹੀਂ ਸੀ। ਤਾਂ ਉਹ ਵੀ ਇਹਨਾਂ ਪੂਰੇ 'ਚ ਇੱਥੇ ਯੂਥ ਦਾ ਪ੍ਰਧਾਨ ਸੀਗਾ, ਜਿਵੇਂ ਮੈਂ ਤੁਹਾਨੂੰ ਦੱਸਿਆ 9 ਵਿੱਚੋਂ 7 ਕਾਂਗਰਸ ਦੇ MLA ਸੀਗੇ, ਉਹਨਾਂ ਦੀ ਸਰਕਾਰ ਸਾਡੇ ਤੋਂ ਪਹਿਲੇ ਰਹਿ ਚੁੱਕੀ ਸੀ, 2007 ਤਾਂ ਹੀ ਉਹਨੇ ਸੀ, 9 'ਚ ਮੈਂ ਲੜੀ ਨਾ। ਸੋ ਉਹ ਪ੍ਰਧਾਨ ਇਸ ਜ਼ਿਲ੍ਹੇ ਦੇ ਸਾਰੇ ਇਸ ਇਲਾਕੇ 'ਚ ਯੂਥ ਦੇ ਪ੍ਰਧਾਨ ਹੁੰਦੇ ਸੀ, ਤਾਂ ਉਹ ਲੜਾਈ ਵੀ ਪੂਰੀ ਤਕੜੀ ਸੀਗੀ। ਉਹਦੇ ਬਾਅਦ ਮਨਪ੍ਰੀਤ ਬਾਦਲ ਤਾਂ ਸਾਰੀ ਪਾਰਟੀਜ਼ ਦਾ ਯੂਨੈਨਮਸ ਕੈਂਡੀਡੇਟ ਬਣ ਕੇ ਆਏ,
ਆਮ ਆਦਮੀ ਪਾਰਟੀ ਭਗਵੰਤ ਮਾਨ ਤੇ ਮਨਪ੍ਰੀਤ ਇਕੱਠੇ ਹੀ ਸੀਗੇ ਤੇ ਉਹਨਾਂ ਨੇ ਵੀ ਆਪਣੇ 10 ਦਿਨ ਦੇ ਕੈਂਪੇਨ ਦੇ ਬਾਅਦ ਉਹਦਾ ਬੰਦਾ ਵੀ ਭਜਾਤਾ ਆਪ ਉਹਨਾਂ ਦੀ ਆਪ ਕਿਹੜੀ ਕਿਹੜੀ ਪਾਰਟੀ ਪੀਪੀਪੀ ਇਹਨਾਂ ਦੀ ਹੁੰਦੀ ਸੀ ਜਿਹਨੂੰ ਰਾਤੋ ਰਾਤ ਡਿਸੋਲਵ ਕਰਕੇ ਕਾਂਗਰਸ 'ਚ ਆ ਗਏ ਸੋ ਇਕੱਠੇ ਸਾਰੇ ਇਹ ਵੀ ਹੋ ਗਏ ਕਾਮਰੇਡ ਵੀ ਇਹਨਾਂ ਦੇ ਨਾਲ ਲੱਗੇ ਸੀਗੇ ਸੋ ਤਾਂ ਵੀ ਯੂਨੈਨਮਸ ਇੱਕ ਕੈਂਡੀਡੇਟ ਅਗੇਂਸਟ ਹਰਸਿਮਰਤ ਬਾਦਲ ਤੇ ਤੀਜੀ ਵਾਰੀ ਤਾਂ ਸਰਕਾਰ ਵੜਿੰਗ ਸਾਹਿਬ ਦੀ ਸੀਗੀ ਆਪ ਸੀਗੇ ਤੇ ਇਹਨਾਂ ਦੇ ਆਪ ਦਾ ਸਰਕਾਰ ਦਾ ਪੂਰਾ ਇਹਨਾਂ ਨੂੰ ਨਸ਼ਾ ਸੀਗਾ ਸੋ ਇਹਨਾਂ ਨੇ ਵੀ ਪੂਰਾ ਜ਼ੋਰ ਲਾ ਲਿਆ ਸੋ ਮੈਨੂੰ ਤਾਂ ਆਦਤ ਹੈ ਕਿ ਜਿਹੜੇ ਆਉਂਦੇ ਇਕੱਠੇ ਹੀ ਆਉਂਦੇ ਨੇ ਇੱਕ ਨਿਸ਼ਾਨੇ ਦੇ ਨਾਲ ਅਤੇ ਲੋਕ ਵੀ ਜਾਂਦੇ ਨੇ ਉਹਦੇ ਬਾਅਦ ਭਾਵੇਂ ਅਮਰਿੰਦਰ ਸਿੰਘ ਦੀ ਸਰਕਾਰ ਆਈ ਉਹਦਾ ਮੁੰਡਾ ਮੁੜ ਕੇ ਨਹੀਂ ਆਇਆ ਭਾਵੇਂ ਮਨਪ੍ਰੀਤ ਜੀ ਵਿੱਤ ਮੰਤਰੀ ਬਣੇ ਇਲਾਕੇ ਨੂੰ ਕੀ ਫਾਇਦਾ ਹੋਇਆ ਇਲਾਕੇ ਵਾਲਿਆਂ ਨੇ ਆਪ ਹੀ ਦੱਸਣਗੇ ਅਤੇ ਤੀਜੀ ਵਾਰੀ ਆ ਰਾਜਾ ਵੜਿੰਗ ਵੀ ਮੰਤਰੀ ਬਣਿਆ ਸਰਕਾਰ ਸੀ ਮੈਂ ਸੋਚਿਆ ਬੱਸਾਂ ਹੀ 2-4 ਚਲਾ ਦੂਗਾ ਇੱਥੇ ਜਿੱਥੇ ਬੱਸਾਂ ਨਹੀਂ ਜਾਂਦੀਆਂ ਲੋਕਾਂ ਦੀ ਤਾਂ ਕੀ ਬੱਸਾਂ ਚਲਾਉਣੀ ਸੀ ਆਪ ਦੇ ਬੱਸਾਂ ਦੇ ਬੋਡੀ ਦੇ ਘਪਲੇ 'ਚ ਹੀ ਉਹਦਾ ਨਾਮ ਵਾਧੂ ਉਹਦੇ 'ਚ ਮੈਨੂੰ ਲੱਗਦਾ ਰੁਝਿਆ ਹੋਣਾ ਜਿਹੜਾ ਸੁਣਨ ਨੂੰ ਆਇਆ ਹੈਗਾ ਜੇ ਬੱਸਾਂ ਦੇ ਘਪਲੇ ਬੋਡੀਆਂ 'ਚ ਨਾਮ ਆ ਫਿਰ ਹੁਣ ਤੱਕ ਅੰਦਰ ਭਗਵੰਤ ਸਿੰਘ ਮਾਨ ਨੇ ਕਿਉਂ ਨਹੀਂ ਕੀਤਾ ਹੋਰ ਤਾਂ ਹਰ ਇੱਕ ਨੂੰ ਕਹਿੰਦੇ ਨੇ ਕਿ ਫਾਈਲ ਉਹ ਤਾਂ ਮੇਰਾ ਕਹਿ ਉਹਨੇ ਆਪਣੇ ਵਿਧਾਨ ਸਭਾ 'ਚ ਕਿਹਾ ਸੀ ਕਿ ਤੇਰੀ ਫਾਈਲ ਮੇਰੇ ਟੇਬਲ 'ਚ ਪਈ ਹੈ ਜਿਸ ਦਿਨ ਮੇਰੇ ਖਿਲਾਫ ਮੂੰਹ ਖੋਲਿਆ ਤੈਨੂੰ ਅੰਦਰ ਧੱਕਾਂਗਾ ਲੇਕਿਨ ਧੱਕ ਕਿਵੇਂ ਸਕਦਾ ਸਮਝੌਤਾ ਹੋਇਆ ਨਾ ਗੱਠਜੋੜ ਹੋਇਆ ਪਿਆ ਕਿ ਪਹਿਲੇ ਤੁਹਾਡਾ ਨੰਬਰ ਸੀਗਾ ਤੁਸੀਂ ਰੱਜ ਕੇ ਲੁੱਟ ਲਿਆ ਪੰਜਾਬ ਨੂੰ ਤੁਹਾਡਾ ਰਾਸ਼ਨ ਮੰਤਰੀ ਗਰੀਬਾਂ ਦੇ ਰਾਸ਼ਨ ਕਾਰਡ ਕੱਟ ਕੇ ਉਹ ਰੱਜ ਕੇ ਖਾ ਗਿਆ ਤੁਹਾਡਾ ਵਜ਼ੀਫਾ ਮੰਤਰੀ ਵਜ਼ੀਫੇ ਖਾ ਗਿਆ ਤੁਹਾਡਾ ਸਿਹਤ ਮੰਤਰੀ ਦਵਾਈਆਂ ਖਾ ਗਿਆ ਤੂੰ ਬੱਸਾਂ ਦੀ ਬੋੜੀਆਂ ਖਾ ਗਿਆ ਤੁਹਾਡਾ ਨੰਬਰ ਲੱਗ ਗਿਆ ਹੁਣ ਤੁਸੀਂ ਚੁੱਪ ਰਹੋ ਹੁਣ ਸਾਡਾ ਨਾਂ ਹੈ ਸਾਡੀ ਹੁਣ ਸਾਡਾ ਦਾਅ ਲੱਗਿਆ ਹੈਗਾ ਹੁਣ ਅਸੀਂ ਕੇਜਰੀਵਾਲ ਨੂੰ ਅਤੇ ਆਪਦੇ ਘਰ ਨੂੰ ਵਸਾਉਣ ਵਾਸਤੇ ਅਸੀਂ ਲੱਗੇ ਪਏ ਹਾਂ ਭਾਵੇਂ ਸ਼ਰਾਬ ਦਾ ਘੁਟਾਲਾ ਹੋਏ ਭਾਵੇਂ ਰੇਤਾ ਦਾ ਹੋਏ ਭਾਵੇਂ ਬਜਰੀ ਦਾ ਹੋਏ ਇਹਨਾਂ ਦੇ ਘੁਟਾਲੇ ਤਾਂ ਆਉਣ ਵਾਲੇ ਸਮੇਂ 'ਚ ਨਿਕਲਣਗੇ ਇੱਕ ਇੱਕ ਨੂੰ ਖੋਲ੍ਹ ਕੇ ਕੱਢਾਂਗੇ ਆਪਾਂ ਜੀ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਖੁੱਡੀਆਂ ਪਰਿਵਾਰ ਵਰਸਿਸ ਬਾਦਲ ਪਰਿਵਾਰ ਰਿਹਾ ਸੁਖਬੀਰ ਜੀ ਪਿਛਲੇ ਦਿਨੀਂ ਇੱਕ ਸਪੀਚ ਮੈਂ ਸੁਣ ਰਿਹਾ ਸੀ ਉਹ 'ਚ ਕਹਿੰਦੇ ਸੀ ਕਿ ਸਾਨੂੰ ਅਫਸੋਸ ਹੈ ਕਿ ਆਖਰੀ ਵਾਰ ਪ੍ਰਕਾਸ਼ ਸਿੰਘ ਬਾਦਲ ਹੋਰੀ ਹਾਰੇ ਨੇ ਇਸ ਵਾਰੀ ਫਿਰ ਖੁੱਡੀਆਂ ਪਰਿਵਾਰ ਵਰਸਿਸ ਬਾਦਲ ਪਰਿਵਾਰ ਆ ਅਤੇ ਮੌਕਾ ਹੈ ਇਸ ਵਾਰੀ ਕੋਲ ਇਹ ਇਸ ਚੀਜ਼ ਨੂੰ ਮੰਨਦੇ ਹੋ ਵੀ ਉਹ ਜਿਹੜੀ ਉਦੋਂ ਕਸਰ ਜਿਹੜੀ ਰਹਿ ਗਈ ਸੀ ਉਸ ਵਾਰੀ ਕੱਢਣੀ ਹੈ ਚਲੋ ਇਹ ਤਾਂ ਆਪਣੀ ਕਸਰ ਦੀ ਕੋਸ਼ਿਸ਼ ਕਰਦੇ ਰਹਿਣਗੇ ਲੇਕਿਨ ਇਹ ਕੌਣ ਹੁੰਦੇ ਨੇ ਬਾਦਲ ਸਾਹਿਬ ਨੂੰ ਹੈਰਾਨ ਵਾਲੇ ਇਹਨਾਂ ਦਾ ਝੂਠ ਇਹਨਾਂ ਦੀ ਲੋਕਾਂ ਨੂੰ ਜਿਹੜਾ ਝੂਠੇ ਲਾਰੇ ਝੂਠੇ ਵਾਦੇ ਇਹ ਇਹਨਾਂ ਦਾ ਝੂਠ ਹਰਾ ਗਿਆ ਬਾਦਲ ਸਾਹਿਬ ਨੂੰ ਇਹ ਨਹੀਂ ਹਰਾ ਸਕਦੇ ਜੇ ਹਰਾਉਣਾ ਹੈ ਤਾਂ ਬਾਦਲ ਸਾਹਿਬ ਦੇ ਬਰਾਬਰ ਦੇ ਕੰਮ ਕਰਕੇ ਉਸ ਤੋਂ ਵੱਧ ਕੇ ਤੁਸੀਂ ਹਰਾਓ ਜੇ ਹਰਾਉਣਾ ਹੈ ਤਾਂ ਬਾਦਲ ਸਾਹਿਬ ਦੀ ਸਹੂਲਤਾਂ ਨੂੰ ਕੱਟਣ ਤੋਂ ਬਜਾਏ ਉਸ ਤੋਂ ਵੱਧ ਸਹੂਲਤਾਂ ਦੇ ਕੇ ਹਰਾਓ ਤਾਂ ਲੋਕ ਹਾਰ ਮੰਨਣਗੇ ਤਾਂ ਹੀ ਅੱਜ ਲੋਕ ਬਾਦਲ ਸਾਹਿਬ ਨੂੰ ਯਾਦ ਕਰਦੇ ਨੇ ਬਾਦਲ ਸਾਹਿਬ ਦੇ ਦਿੱਤੇ ਹੋਏ ਕਾਰਡ 30 ਕਿਲੋ ਕਣਕ ਦਿੰਦੇ ਸੀਗੇ ਤਾਂ ਕਿ ਗਰੀਬ ਦੇ ਘਰ ਮਹੀਨੇ ਦੇ 30 ਦਿਨ ਰੋਟੀ ਪੱਕੇ ਅਤੇ ਦਾਲ ਦੇ ਨਾਲ ਉਹਦੇ ਬੱਚੇ ਰੋਟੀ ਖਾਣ ਕਾਂਗਰਸ ਹੀ ਆਏ ਕਾਰਡ ਵੀ ਕੱਟੇ ਅਤੇ ਕਣਕ ਨੂੰ ਵੀ 30 ਕਿਲੋ ਤੋਂ 15 ਕਿਲੋ ਕਰਕੇ ਬਾਕੀ ਮੰਤਰੀ ਉਹਨਾਂ ਦਾ ਬਾਜ਼ਾਰ 'ਚ ਵੇਚ ਕੇ ਮੋਟੇ ਪੈਸੇ ਕਮਾ ਗਿਆ ਜੇਲ੍ਹ ਕੱਟ ਕੇ ਆਇਆ ਉਹਦੇ ਬਾਅਦ ਇਹ ਝਾੜੂ ਵਾਲਿਆ ਇਹਨਾਂ 'ਤੇ ਇਹੋ ਜਿਹਾ ਝਾੜੂ ਲਾਇਆ ਕਿ ਉਹ 15 ਕਿਲੋ ਵੀ ਗਈ ਹੁਣ 5 ਕਿਲੋ ਆਟਾ ਰਹਿ ਗਿਆ 5 ਕਿਲੋ ਆਟਾ ਵੀ ਤੁਹਾਨੂੰ ਪਤਾ ਹੀ ਹੈ ਕਿ ਡੋਰ ਟੂ ਡੋਰ ਡਿਲੀਵਰੀ ਦੇ ਚੱਕਰ 'ਚ ਕੇਜਰੀਵਾਲ ਦੇ ਦਿੱਲੀ ਦੇ ਸੇਠ ਨੂੰ ਦਿੱਤਾ ਹੁਣ ਕਦੋਂ ਦਊਗਾ ਤਾਂ ਕੀ ਦਊਗਾ ਆਪੇ ਆਉਣ ਵਾਲੇ ਟਾਈਮ 'ਚ ਪਤਾ ਲੱਗ ਜੂ ਉਹ ਵੀ ਕੁਛ ਦਿਨਾਂ ਦਾ ਮਹਿਮਾਨ ਹੈਗਾ ਸੋ ਬਾਦਲ ਸਾਹਿਬ ਦੇ ਆਟੇ ਦਾਲ ਦੇ ਕਾਰਡ ਗਰੀਬ ਦੇ ਕੱਟਤੇ ਸ਼ਗਨ ਦੀ ਸਕੀਮ ਦੋਵਾਂ ਨੇ ਰੱਦ ਕਰਤੀ ਕੋਈ ਸ਼ਗਨ ਦਾ ਚੈੱਕ ਨਹੀਂ ਆਉਂਦਾ ਪੈਨਸ਼ਨਾਂ ਦੋਵਾਂ ਨੇ 2500 ਕੀਤੀਆਂ ਸੀ ਅੱਜ ਵੀ ਉਨੀਆਂ ਮਿਲਦੀ ਜਿਹੜਾ ਬਾਦਲ ਸਾਹਿਬ ਦਿੰਦੇ ਸੀ ਉਹ ਵੀ ਨਵੇਂ ਕਿਸੇ ਦੇ ਲੱਗੇ ਧੀਆਂ ਨੂੰ ਸਾਈਕਲਾਂ ਮਿਲਦੀਆਂ ਸੀਗੀਆਂ ਕੋਈ ਸਾਈਕਲ ਨਹੀਂ ਮਿਲਦੇ ਵਜ਼ੀਫੇ ਵੀ ਬੰਦ ਹੋ ਗਏ ਲੋਕਾਂ ਨੂੰ ਮਕਾਨਾਂ ਦੇ ਚੈੱਕ ਉਹ ਵੀ ਬੰਦ ਹੋ ਗਏ ਬਾਦਲ ਸਾਹਿਬ ਕਿਸੇ ਨੂੰ ਗੈਸ ਸਿਲੰਡਰ ਕਿਸੇ ਨੂੰ ਚੁੱਲ੍ਹਾ 200 ਯੂਨਿਟ ਬਿਜਲੀ ਮੁਫਤ ਬੱਚਿਆਂ ਨੂੰ ਖੇਡਾਂ ਦਾ ਸਮਾਨ ਪਿੰਡ ਪਿੰਡ 'ਚ ਜਿੰਮ ਵੱਡੇ ਵੱਡੇ ਵਰਲਡ ਕਬੱਡੀ ਕੱਪ ਮਤਲਬ ਸਾਡੇ ਤਾਂ ਬਣਾਏ ਹੋਏ ਆਰ ਓ ਸਿਸਟਮ ਵੀ ਬੰਦ ਕਰ ਚੁੱਕੇ ਇਹਨਾਂ ਨੇ ਸੇਵਾ ਕੇਂਦਰ ਵੀ ਬੰਦ ਕਰਤਾ ਸਾਰਾ ਕੁਛ ਬੰਦ ਕਰਕੇ ਕਰਜ਼ਾ ਚੜਾ ਕੇ ਇੱਕ
ਹਸਪਤਾਲ ਨਹੀਂ ਜਿਹੜਾ ਸਕੂਲ ਬਣਾਉਣੇ ਆਉਂਦੇ ਹਸਪਤਾਲ ਬਣਾਉਣੇ ਆਉਂਦੇ ਕਿਹੜੇ ਕੋਈ ਮੁਹੱਲਾ ਕਲੀਨਿਕ ਨੂੰ ਹਸਪਤਾਲ ਕੋਈ ਕਹਿੰਦਾ ਪੈਰਾਸੀਟਾਮੋਲ ਦੀ ਦਵਾਈ ਵਾਸਤੇ ਹਸਪਤਾਲ ਦੇਖਣਾ ਤਾਂ ਸਾਡਾ ਬਣਾਇਆ ਹੋਇਆ ਏਮਸ ਦੇਖੋ ਸਕੂਲ ਕਿਹੜਾ ਬਣਿਆ ਰੰਗ ਰੋਗਨ ਕਰਕੇ ਉਹ ਕੋਈ ਸਕੂਲ ਬਣ ਗਿਆ ਆਹ ਸਾਡਾ ਮੈਰੀਟੋਰੀਅਸ ਸਕੂਲ ਦੇਖੋ ਜਿੱਥੇ 24 ਬੱਚਿਆਂ ਨੇ ਪੰਜਾਬ ਟੌਪ ਕੀਤਾ ਹੈ ਹੁਣ ਉਹ ਇੰਜੀਨੀਅਰ ਡਾਕਟਰ ਜਦ ਬਣਨਗੇ ਉਹ ਜਿੰਦ ਮਜ਼ਦੂਰੀ ਕਰਕੇ ਗੋਹਾ ਸਿੱਟ ਕੇ ਆਹ ਬੱਚੇ ਜਿਹੜਾ ਮੈਰੀਟੋਰੀਅਸ ਸਕੂਲ ਬਾਲ ਸਾਹਿਬ ਦੇ ਬਣਾਏ ਹੋਏ ਕਰਕੇ ਇਹਨੇ ਵੱਡਾ ਉਹਨਾਂ ਦਾ ਭਵਿੱਖ ਬਣ ਜੂਗਾ ਆਉਣ ਵਾਲੀ ਪੀੜ੍ਹੀਆਂ ਉਹਨਾਂ ਦੀ ਬਦਲ ਜਾਣਗੀਆਂ ਅਤੇ ਤੁਸੀਂ ਸਾਡੇ ਕਦੇ ਸੇਵਾ ਕੇਂਦਰ ਨੂੰ ਰੰਗ ਕਰਕੇ ਉਹਨੂੰ ਮੁਹੱਲਾ ਕਲੀਨਿਕ ਬਣਾ ਦਿੰਦੇ ਹੋ ਕਦੇ ਸਾਡੇ ਸਕੂਲ ਆਫ ਐਮੀਨੈਂਸ ਸਾਡੇ ਮੈਰੀਟੋਰੀਅਸ ਸਕੂਲ 'ਚ ਰੰਗ ਕਰਕੇ ਰੰਗ ਰੋਗਣ ਵਾਲੇ ਇਹ ਤਾਂ ਦਿਖਾਵੇ ਦੀ ਸਰਕਾਰ ਹੈਗੀ ਅੱਜ ਦੀ ਡੇਟ 'ਚ ਦੁੱਖ ਹੁੰਦਾ ਹੈ ਕਿ ਪੰਜਾਬ ਕੀ ਬਣ ਗਿਆ ਲੋਕ ਇੰਨੇ ਔਖੇ ਨੇ ਗਰੀਬ ਇੰਨਾ ਗਰੀਬ ਦਾ ਬੁਰਾ ਹਾਲ ਹੈ ਬੱਚਿਆਂ ਨੂੰ ਨਿੱਕੇ ਨਿੱਕੇ ਬੱਚੇ ਹੁਣ ਨਸ਼ੇ ਦੇ ਆਦੀ ਮਤਲਬ ਸ਼ਰੇਆਮ ਨਸ਼ੇ ਇਸ ਤਰ੍ਹਾਂ ਵਿਕ ਰਹੇ ਨੇ ਜਿਵੇਂ ਕੋਈ ਰੋੜੀਆਂ ਵਿਕਦੀਆਂ ਨੇ ਜਿਨ੍ਹਾਂ ਨੇ ਕਿਹਾ ਸੀ ਮਗਰਮੱਛ ਫੜਾਂਗੇ ਮਗਰਮੱਛਾਂ ਦੇ ਨਾਲ ਇਹ ਹਿੱਸਾ ਪਾਈ ਬੈਠੇ ਨੇ ਮਹੀਨੇ ਬੰਨੀ ਬੈਠੇ ਨੇ ਪੈਸੇ ਪਹੁੰਚਣੇ ਚਾਹੀਦੇ ਜਾਓ ਪੰਜਾਬ ਦੀ ਜਵਾਨੀ ਖਾ ਜਾਓ ਪੰਜਾਬ ਦੀ ਜਵਾਨੀ ਨੂੰ ਖਾ ਕੇ ਕਮਾਈਆਂ ਹੋ ਰਹੀਆਂ ਨੇ ਸਰਕਾਰ ਦੀ ਇਹ ਇਕੱਲੇ ਮੈਂ ਨਹੀਂ ਇਹ ਕੁੰਵਰ ਵਿਜੇ ਪ੍ਰਤਾਪ ਇਹਨਾਂ ਦਾ ਐਮ ਐਲ ਏ ਹੈ ਨਾ ਮੇਰਾ ਤਾਂ ਹੈਰੀ ਜਿਹੜਾ ਸਟੇਜ ਚੜ੍ਹ ਕੇ ਕਹਿ ਰਿਹਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਤਾਂ ਪੈਸੇ ਉੱਤੇ ਜਾ ਰਹੇ ਨੇ ਅਤੇ ਲੋਕ ਵੀ ਸਮਝ ਗਏ ਇੰਨੀ ਸਰਕਾਰੀ ਸ਼ਹਿ ਤੋਂ ਬਿਨਾਂ ਇਹਨਾਂ ਸ਼ਰੇਆਮ ਨਸ਼ੇ ਮਾਵਾਂ ਰੋਂਦੀਆਂ ਨੇ ਉਹਨਾਂ ਦੇ ਇੱਕ ਇੱਕ ਨਹੀਂ ਦੋ ਦੋ ਨਹੀਂ ਤਿੰਨ ਤਿੰਨ ਪੁੱਤ ਪਰਿਵਾਰ 'ਚ ਮਰ ਗਏ ਨੇ ਉਹ ਰੋਂਦੀਆਂ ਹੋਈਆਂ ਖੁੱਡੀਆਂ ਸਾਹਿਬ ਦੇ ਆਪ ਦੇ ਪਿੰਡ 'ਚ ਮੈਂ ਅਫਸੋਸ ਕਰਕੇ ਆਇਆ ਉਹਦੇ ਘਰ ਦੇ ਸਾਹਮਣੇ ਇਕੱਲਾ ਨੌਜਵਾਨ ਮੁੰਡਾ ਉਹਨਾਂ ਨੂੰ ਇੰਨਾ ਸਮਾਂ ਨਹੀਂ ਸੀ ਕਿ ਮੈਂ ਆਪਦੇ ਪਿੰਡ ਤੋਂ ਹੀ ਨਸ਼ੇ ਖਤਮ ਹੋ ਪੁੱਛ ਲਾਂ ਵਿਚਾਰੀ ਮਾਂ ਨੂੰ ਵੀ ਕੌਣ ਵੇਚਦਾ ਸੀ ਕਿੱਥੋਂ ਉਹ ਰੋਂਦੀਆਂ ਨੇ ਕਹਿੰਦੇ ਅਸੀਂ ਜਾ ਕੇ ਦੱਸਦੇ ਹਾਂ ਇਹ ਬੰਦਾ ਵੇਚ ਰਿਹਾ ਹੈ ਇੱਥੋਂ ਆਉਂਦੇ ਨੇ ਕਹਿੰਦੇ ਜੇ ਪੁਲਿਸ ਫੜੂਗੀ ਘੰਟੇ 'ਚ ਛੱਡ ਦੂਗੀ ਪਹਿਲੇ ਗੱਲ ਤਾਂ ਫੜਦੀ ਨਹੀਂ ਜਿਹੜਾ ਦੱਸ ਰਿਹਾ ਉਹਦੇ ਖਿਲਾਫ਼ ਕਾਰਵਾਈ ਹੋ ਜਾਂਦੀ ਉਹਦੀ ਮਾਰਕੁੱਟ ਹੋ ਜਾਂਦੀ ਹੈ ਜਿਹਦੇ ਕਰਕੇ ਆ ਸ਼ਰੇਆਮ ਦਿਨ ਦਿਹਾੜੇ ਲੁੱਟਾਂ ਖੋਹਾਂ ਤੁਹਾਡੇ ਘਰ ਦੇ ਵਿੱਚ ਵੜ ਕੇ ਤੁਹਾਨੂੰ ਕੋਈ ਮਾਰ ਜਾਏ ਪੁਲਿਸ ਦੇ ਹੱਥ ਖੜੇ ਤੁਰਦੇ ਫਿਰਦੇ ਲੋਕ ਤੁਹਾਨੂੰ ਮੋਬਾਈਲ ਫੋਨ ਵੀ ਨਹੀਂ ਲੈ ਕੇ ਜਾਂਦੇ ਤੁਹਾਨੂੰ ਹੈਰਾਨੀ ਹੋਊਗੀ ਮੈਨੂੰ ਜਲੰਧਰ 'ਚ ਮੈਂ ਗੇਟਡ ਕਾਲੋਨੀ 'ਚ ਗਈ ਅਤੇ ਬੀਬੀਆਂ ਨੇ ਦੱਸਿਆ ਕਿ ਇੱਕ ਬੰਦਾ ਆਇਆ ਚੇਨੀ ਉਹਦੀ ਚੇਨ ਖਿੱਚ ਕੇ ਲੈ ਗਿਆ ਅਗਲੇ ਦਿਨ ਵਾਪਸ ਆਇਆ ਉਸ ਬੀਬੀ ਨੂੰ ਚਪੇੜਾ ਮਾਰ ਕੇ ਗਿਆ ਕਿ ਤੇਰੀ ਚੇਨ ਨਕਲੀ ਸੀ ਤੂੰ ਅਸਲੀ ਨਹੀਂ ਪਾ ਮੇਰਾ ਟਾਈਮ ਖਰਾਬ ਕੀਤਾ ਇਹ ਹਾਲਾਤ ਨੇ ਕਿੱਥੇ ਜਾਊਗਾ ਪੰਜਾਬ ਇੰਡਸਟਰੀ ਸਾਡੀ ਛੱਡ ਕੇ ਬਾਹਰ ਜਾ ਰਹੀ ਹੈ ਕਿਉਂਕਿ ਫਿਰੌਤੀਆਂ ਤੋਂ ਇੰਨੇ ਔਖੇ ਹੈ 5 ਲੱਖ ਕਰੋੜ ਦੀ ਇੰਡਸਟਰੀ ਚਲੀ ਗਈ ਹੈ ਇਹ ਤਾਂ ਕੱਲੇ BMW ਦੀ ਫੈਕਟਰੀ ਆ ਰਹੀ ਹੈ ਫਲਾਹ ਆ ਰਹੀ ਹੈ ਇਹ ਗੱਲਾਂ ਹੁਣ ਕੀ ਕਹੀਏ ਪੰਜਾਬ ਕਿੱਥੇ ਆ ਕੇ ਖੜ ਗਿਆ ਕੀ ਕਹੀਏ ਤੁਸੀਂ ਲੋਕਾਂ ਨੂੰ ਪੁੱਛੋ ਆਹ ਤਨਖਾਹਾਂ ਤਾਂ ਪਹਿਲੀ ਤਰੀਕ ਦੀ ਤਨਖਾਹ ਤਾਂ ਵਿਚਾਰੇ ਮੁਲਾਜ਼ਮਾਂ ਨੂੰ 24 ਤਰੀਕ ਨੂੰ ਮਿਲ ਰਹੀ ਹੈ ਕਰਜ਼ਾ ਚੱਕ ਕੇ ਇਹ ਗੱਲਾਂ ਤੋਂ ਇਲਾਵਾ ਪੰਜਾਬ 'ਚ ਹੋ ਕੀ ਰਿਹਾ ਹੈ ਮੈਨੂੰ ਤਾਂ ਬਹੁਤ ਦੁੱਖ ਹੁੰਦਾ ਹੈ ਕਿ ਕਿਵੇਂ ਆਪਾਂ ਦਿਨ ਰਾਤ ਇੱਕ ਕਰਕੇ ਸੜਕਾਂ ਦਾ ਜਾਲ ਬਣਿਆ ਕਿਵੇਂ ਇਹ ਹਵਾਈ ਅੱਡੇ ਬਣਾਏ ਕਿਵੇਂ ਸੀਵਰ ਵਾਟਰ ਸਪਲਾਈ ਪੀਰ ਹਰ ਸ਼ਹਿਰ 'ਚ ਹਰ ਪਿੰਡ 'ਚ ਬੈਸਟ ਡੈਸਟੀਨੇਸ਼ਨ ਫੋਰ ਇਨਵੈਸਟਮੈਂਟ ਸਿੰਗਲ ਵਿੰਡੋ ਸਿਸਟਮ ਕਰਕੇ ਇੰਡਸਟਰੀ ਇੰਨੀ ਆ ਰਹੀ ਸੀ ਪੰਜਾਬ ਅੱਗੇ ਵੱਧ ਰਿਹਾ ਸੀਗਾ ਹੁਣ ਅੱਗੇ ਕੀ ਵੱਧ ਰਿਹਾ ਪੜ੍ਹੇ ਲਿਖੇ ਬੱਚੇ ਸਾਰੇ ਬਾਹਰ ਚਲੇ ਗਏ ਨੇ ਇੱਥੇ ਸਾਰਿਆਂ ਨੂੰ ਨਸ਼ਿਆਂ ਦੇ ਆਦੀ ਬਣਾਈ ਜਾ ਰਿਹਾ ਹੈ ਕੀ ਹੈਗਾ ਨਾ ਕੋਈ ਹੁਣ ਪਾਣੀ ਜਿਹੜੇ ਖੋਹ ਲੈਣਗੇ ਤਾਂ ਕਿਸਾਨੀ ਵੀ ਨਹੀਂ ਰਹੂਗੀ ਤਾਂ ਰਹਿੰਦਾ ਕੀ 2019 ਦੇ ਵਿੱਚ ਬੀਬੀ ਜੀ ਇਕੱਠੇ ਲੜਦੇ ਹੋ ਸ਼੍ਰੋਮਣੀ ਅਕਾਲੀ ਦਲ ਅਤੇ BJP ਇਸ ਵਾਰੀ ਵੱਖੋ ਵੱਖੋ ਪਰਿਵਾਰ ਵੀ ਸਾਹਮਣੇ ਮਲੂਕਾ ਪਰਿਵਾਰ ਹੈ ਇਹ ਲੱਗਦਾ ਕਿ ਵੋਟਾਂ ਦਾ ਖੋਰਾ ਜਿਹੜਾ ਕਿਤੇ ਨਾ ਕਿਤੇ ਲਊਗਾ ਕਿਉਂਕਿ ਕਿਸੇ ਵੇਲੇ ਇੱਕ ਰਿਹਾ ਪਰਿਵਾਰ ਹੀ ਵੱਖ ਹੈ ਹਾਲਾਂਕਿ ਹੁਣ ਝੰਡਾ ਜਿਹੜਾ ਉਹ ਵੱਖੋ ਵੱਖਰਾ ਹੈ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਪਹਿਲੀ ਗੱਲ ਤਾਂ ਮਲੂਕਾ ਸਾਹਿਬ ਤਾਂ ਇਹ ਤਾਂ ਨਹੀਂ ਕਿ ਉਹਨਾਂ ਵਾਸਤੇ ਕੈਂਪੇਨ ਕਰ ਰਹੇ ਨੇ ਉਹਨਾਂ ਨੇ ਤਾਂ ਆਪਦੇ ਬੱਚਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬੀਬੀ ਜੀ ਕਹਿੰਦੇ ਕਿ ਮਲੂਕਾ ਸਾਹਿਬ ਸਾਡੇ ਨਾਲ ਹੀ ਨੇ ਇੰਟਰਵਿਊਆਂ ਦੇ ਵਿੱਚ ਕਈ 'ਚ ਕਬੂਲ ਚੁੱਕੇ ਨੇ ਨਹੀਂ ਨਾਲ ਹੁਣ ਪਿਓ ਪੁੱਤ ਨੂੰ ਤਾਂ ਛੱਡ ਨਹੀਂ ਸਕਦਾ ਨਾ
ਉਤਨੂੰ ਤਾਂ ਛੱਡ ਨਹੀਂ ਸਕਦਾ, ਪਰ ਉਹਨਾਂ ਦੇ ਕਿਹੜੇ ਪ੍ਰੋਗਰਾਮ 'ਚ ਉਹਨਾਂ ਦੇ ਨਾਲ ਗਏ ਨੇ? ਉਹ ਤਾਂ ਆਪ ਕਹਿੰਦੇ ਕਿ ਮੈਂ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਅਤੇ ਬੀਬੀ ਜੀ ਹੋਣ ਜਾਂ ਫਿਰ ਉਹਨਾਂ ਦੇ ਬੇਟੇ ਹੋਣ, ਉਹਨਾਂ ਦੀ ਆਪ ਦੀ ਪੋਲੀਟੀਕਲ ਕੰਟਰੀਬਿਊਸ਼ਨ ਕੀ ਹੈ? ਜ਼ੀਰੋ ਹੈਗੀ। ਉਹ ਤਾਂ ਮੈਂ ਕਹਿੰਦੀ ਮੌਕਾ ਪ੍ਰਸਤ ਕਿ ਅੱਜ ਜਿਹੜੀ ਪਾਰਟੀ ਤੁਹਾਡੇ ਸੂਬੇ ਦਾ ਪਾਣੀ ਖੋਣ ਨੂੰ ਫਿਰਦੀ ਹੈ, ਤੁਹਾਡੇ ਤੋਂ ਚੰਗੇ ਤੋਂ ਨਹਿਰੀ ਪਟਵਾਰੀ ਨਿਕਲੇ ਜਿਨ੍ਹਾਂ ਨੇ ਧਰਨਾ ਮਾਰ ਕੇ ਸਸਪੈਂਡ ਹੋ ਗਏ ਕਿ ਅਸੀਂ ਆਪਣਾ ਪਾਣੀ, ਪੰਜਾਬ ਦਾ ਨੁਕਸਾਨ ਅਸੀਂ ਨਹੀਂ ਕਰਾਂਗੇ ਗਲਤ ਕਾਗਜ਼ ਭਰ ਕੇ। ਉਹ ਵਿਚਾਰਾ ਗਰੀਬ ਜਿਹਦੀ ਸਾਰੀ ਕਮਾਈ ਸਿਰਫ ਉਹਦੀ ਸਰਕਾਰੀ ਨੌਕਰੀ ਹੈ, ਲੇਕਿਨ ਉਹ ਉਦੋਂ ਦਾਅ 'ਚ ਲਾ ਕੇ ਸਰਕਾਰ ਦੇ ਗਲਤ ਫੈਸਲੇ ਦੇ ਨਾਲ ਆਪਣੇ ਸੂਬੇ ਨੂੰ ਧੋਖਾ ਦੇਣ ਤੋਂ ਉਹੀ ਚੰਗਾ ਨਿਕਲਿਆ। ਤੁਸੀਂ ਤਾਂ ਉਹਨਾਂ ਦਾ ਸਾਥ ਦੇ ਰਹੇ ਹੋ ਜਿਨ੍ਹਾਂ ਨੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕੀਤੇ। ਹਰਿਆਣਾ ਕਮੇਟੀ, ਆਪਾਂ SGPC, ਸਾਡੇ ਵੱਡੇ ਵੱਡੇ ਨੇ ਖੂਨ ਡੋਲ ਕੇ ਅੰਗਰੇਜ਼ਾਂ ਤੋਂ ਛੁਡਾਈ ਸੀਗੀ ਆਪਣੇ ਧਾਰਮਿਕ ਸਥਾਨਾਂ ਦੀ ਰੱਖ ਰਖਾਵ, ਜਿਹੜਾ ਐਕਟ ਆਫ ਪਾਰਲੀਮੈਂਟ ਹੈ ਕੋਈ ਨਹੀਂ ਤੋੜ ਸਕਦਾ। ਇਹਨਾਂ ਨੇ ਆਪ ਦੀ ਪੁਲਿਸ ਭੇਜ ਕੇ ਹਰਿਆਣੇ 'ਚ ਚੁਣੇ ਹੋਏ ਬੰਦੇ ਚੱਕ ਕੇ ਬਾਹਰ ਸਿੱਟੇ ਅਤੇ ਆਪਦੇ ਹੱਥ ਠੋਕੇ ਬਿਠਾਤੇ ਉੱਥੇ, ਰੋਜ਼ ਜਲੂਸ ਕੱਢਦੇ ਨੇ। ਹਰਿਆਣਾ ਕਮੇਟੀ ਕਬਜ਼ੇ 'ਚ ਕਰਤੀ, ਦਿੱਲੀ ਕਮੇਟੀ ਡਰਾ ਧਮਕਾ ਕੇ ਕਬਜ਼ੇ 'ਚ, RSS ਦੇ ਥੱਲੇ ਦੋਨੋਂ ਕਰ ਲਿੱਤੀਆਂ। ਨੰਦੇੜ ਸਾਹਿਬ ਦਾ ਬੋਰਡ ਪੂਰੀ ਤਰ੍ਹਾਂ ਸਰਕਾਰੀ ਕਬਜ਼ੇ 'ਚ ਆ ਗਿਆ, ਪਟਨਾ ਸਾਹਿਬ ਦਾ ਬੋਰਡ ਆ ਗਿਆ। SGPC ਕਿਹੜੀ ਕੋਸ਼ਿਸ਼ ਨਹੀਂ ਕੀਤੀ? ਧਾਰਮਿਕ ਸਾਡੇ ਕਬਜ਼ੇ ਕਰ ਲਏ, ਸਾਡੇ ਬੰਦੀ ਸਿੱਖਾਂ ਦੇ ਲਿਖਤ 'ਚ ਦੇਣ ਤੋਂ ਬਾਵਜੂਦ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਦਿਹਾੜੇ 'ਚ ਨੋਟੀਫਿਕੇਸ਼ਨ ਕਦੋਂ ਮੁੱਕਰ ਗਏ? ਅੱਜ ਉਹਦੀ ਗੱਲ ਨਹੀਂ ਕਰਦੇ? ਸਾਡੇ ਬਹੁਤ ਸਤਿਕਾਰਯੋਗ ਸਾਡੇ ਸਾਹਿਬਜ਼ਾਦੇ ਜਿਹੜਾ ਸਾਡੇ ਵਾਸਤੇ ਰੱਬ ਦਾ ਰੂਪ ਨੇ, ਉਹਨਾਂ ਨੂੰ ਚੱਕ ਕੇ ਵੀਰ ਬਾਲ ਦਿਵਸ 'ਤੇ ਇਹ ਤਾਲੀਆਂ ਵਜਾ ਰਹੇ ਨੇ ਕਿ ਤੁਸੀਂ ਉਹਨਾਂ ਨੂੰ ਬਾਲ ਬਣਾ ਕੇ ਛੱਡਤਾ। ਬਾਲ ਤਾਂ ਆਮ ਘੁੰਮਦੇ ਨੇ, ਇਹ ਬਾਬੇ ਨੇ। ਸੋ ਕੁਛ ਜਿਹਨੂੰ ਕੁਛ ਧਰਮ ਦਾ ਹੀ ਨਹੀਂ ਪਤਾ, ਕਿਸਾਨਾਂ ਨੂੰ ਰੋਜ਼ ਕੁੱਟਮਾਰ, ਪਹਿਲੇ 750 ਦਿੱਲੀ ਦੀ ਬਰੂਹਾਂ 'ਚ ਸ਼ਹੀਦ ਕਰਤੇ ਇਹ ਕਾਂਗਰਸ ਨੇ, ਅਮਰਿੰਦਰ ਸਿੰਘ ਨੇ। ਜਾਂ ਕਿ ਜਾਓ ਆਪ ਦੇ ਆਪ ਲੜੋ, ਜੇ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਉਹ ਪਹਿਲੇ ਆਪ ਪਹੁੰਚੇ ਹੁੰਦੇ ਕਿਸਾਨਾਂ ਨੂੰ ਤਾਂ ਕਿਤੇ। ਇਹ ਇੱਕ ਵਾਰੀ ਘਰੋਂ ਨਿਕਲ ਕੇ ਗਿਆ ਨਹੀਂ ਕੋਈ ਕਾਂਗਰਸੀ ਪ੍ਰਧਾਨ ਮੰਤਰੀ ਨੂੰ ਕਹਿਣ ਵਾਸਤੇ। ਕਿਉਂ? ਕਿਉਂਕਿ ਤਾਰਾ ਕਿੱਥੇ ਜੁੜੀਆਂ ਹੋਈਆਂ ਸੀ? ਜਿੱਥੇ ਸਾਰੇ ਉੱਥੇ ਬੈਠੇ ਹੋਏ ਨੇ ਅੱਜ। 750 ਕਾਂਗਰਸੀਆਂ ਨੇ ਕਿਸਾਨ ਸਾਡੇ ਸ਼ਹੀਦ ਕਰਾਤੇ, ਅਤੇ ਹੁਣ ਤਾਂ ਉਹੀ ਮੰਗਾਂ ਮਨਾਉਣ ਵਾਸਤੇ ਜਦ ਆਪਣੇ ਪੰਜਾਬ ਦੀ ਧਰਤੀ 'ਚ ਬੈਠੇ ਨੇ, ਅਤੇ ਹਰਿਆਣੇ ਦੀ ਪੁਲਿਸ ਆ ਕੇ ਤੁਹਾਡੇ ਕਿਸਾਨਾਂ ਨੂੰ ਜ਼ਖਮੀ ਕਰਦੇ, ਨੌਜਵਾਨ ਮੁੰਡੇ ਨੂੰ ਗੋਲੀਆਂ ਨਾਲ ਮਾਰਦੇ, ਟਰੈਕਟਰ ਤੁਹਾਡੇ ਭੰਨਦੇ, ਇਹਦੀ ਲੱਤਾਂ ਇੰਨੀ ਵੀ ਨਹੀਂ ਚੱਲਦੀਆਂ ਕਿ ਤੂੰ ਕਹਿ ਕੇ ਬਸ ਮੇਰੇ ਸੂਬੇ 'ਚ ਆ ਕੇ ਤੁਹਾਡੀ ਪੁਲਿਸ ਦਾ ਕੀ ਮਤਲਬ? ਮੇਰੇ ਬੰਦਿਆਂ ਨੂੰ ਕੁੱਟੋ, ਕਿੱਲਾ ਹੈ ਗਾਂਢ 'ਤੇ, ਜਿਵੇਂ ਆਪਾਂ ਪਾਕਿਸਤਾਨ ਦਾ ਹਿੱਸਾ ਹੈ। ਸਾਡਾ ਮੁੱਖ ਮੰਤਰੀ ਉਹ ਜਾ ਕੇ ਕਦੇ ਅਮਿਤ ਸ਼ਾਹ ਦੇ ਓਥ ਲੈਣ, ਸਾਰੀ ਅਮਿਤ ਸ਼ਾਹ ਦੇ ਪੈਰਾਂ 'ਚ ਡਿੱਕੇ ਅੱਧਾ ਪੰਜਾਬ BSF ਦੇ ਹਵਾਲੇ ਕਰਤਾ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ ਕੁਛ ਹੁੰਦਾ? ਬਿਲਕੁਲ ਨਹੀਂ ਹੁੰਦਾ। ਹਰਿਆਣਾ ਕਮੇਟੀ ਅਸੀਂ ਹੋਣ ਦਿੱਤੀ ਜਦੋਂ ਤਾਂ ਅਕਾਲੀ ਦਲ ਅੰਦਰ ਸੀਗਾ, ਅਕਾਲੀ ਦਲ ਨੇ ਇਹਨਾਂ ਨੂੰ ਕਾਬੂ ਕਰਕੇ ਰੱਖਿਆ ਸੀਗਾ। ਸਾਨੂੰ ਜਾਣ ਦੀ ਦੇਰ ਹੈ, ਸਾਡੇ ਕਿਸਾਨ ਵੀ ਕੁੱਟੇ ਗਏ, ਸਾਡੇ ਧਾਰਮਿਕ ਸਥਾਨ ਵੀ ਪੱਟੇ ਗਏ, ਸਾਡੇ ਬੰਦੀ ਸਿੱਖਾਂ ਨੂੰ 19 ਨੂੰ ਅਪੀ ਕਰਾ ਕੇ ਅਸੀਂ 20 ਦੇ ਬਾਅਦ ਮੁੱਕਰ ਗਏ। ਹੁਣ ਸਾਡੇ ਪਾਣੀ ਖੋਣ ਨੂੰ ਤਿਆਰ ਨੇ? ਹੁਣ ਸਾਡਾ ਪਾਣੀ ਹੁਣ ਗਲਤ ਮਲਤ ਫਿਗਰ 'ਚ ਦਊਗਾ ਅਦਾਲਤ 'ਚ, ਅਤੇ ਅਦਾਲਤ ਨੇ ਤਾਂ ਫਿਗਰ ਦੇ ਹਿਸਾਬ ਦੇ ਨਾਲ ਹੀ ਕਹਿਣਾ ਪਾਣੀ ਵਾਧੂ ਹੈ, ਬਣਾਓ ਨਹਿਰ, ਅਤੇ ਨਾ ਮਿੰਟ ਲਾਉਣਾ ਬਣਾ ਦੇਣਾ। ਅਤੇ ਦਿੱਲੀ ਦਾ ਏਜੰਡਾ ਚਲਾ ਰਹੇ ਨੇ, ਇਹ ਤਾਂ ਪੂਰਾ ਦਿੱਲੀ ਦੇ ਨਾਲ ਰਲਿਆ ਹੋਇਆ, ਤਿੰਨੋਂ ਦਿੱਲੀ ਦੀ ਪਾਰਟੀਆਂ। ਅੱਜ ਲੋਕ ਜਦ MPs ਭੇਜਣਗੇ, ਲੋਕਾਂ ਨੂੰ ਵੀ ਸੋਚਣ ਦੀ ਲੋੜ ਹੈ। ਜਿਹੜੀ ਕਾਂਗਰਸ ਪਾਰਟੀ ਨੇ SYL ਬਣਾਉਣਾ, ਜਿਨ੍ਹਾਂ ਨੇ ਪਹਿਲੇ ਕਾਂਗਰਸ ਪਾਰਟੀ ਨੇ ਤਾਂ ਪੰਜਾਬ ਦਾ ਪਾਣੀ ਚੱਕ ਕੇ ਹਰਿਆਣੇ ਅਤੇ ਰਾਜਸਥਾਨ ਨੂੰ ਦਿੱਤਾ, ਹੁਣ ਬਾਕੀ ਬਚਿਆ ਹੋਇਆ ਜਿਹੜਾ ਅੱਧਾ ਪਾਣੀ ਰਹਿ ਗਿਆ ਪੰਜਾਬ ਦੇ ਕੋਲ, ਇਹ ਇੰਦਰਾ ਗਾਂਧੀ ਅਤੇ ਅਮਰਿੰਦਰ ਸਿੰਘ ਨੇ ਟੱਕ ਲਾਇਆ ਸੀ ਨਾ ਕਿ SYL ਦੀ ਨਹਿਰ ਬਣੇ, ਅਤੇ ਬਾਦਲ ਸਾਹਿਬ ਸੀਗੇ ਜਿਨ੍ਹਾਂ ਨੇ ਜ਼ਮੀਨਾਂ ਵਾਪਸ ਕੀਤੀਆਂ 2015 ਕਿ ਕਦੇ ਕੋਈ ਨਹਿਰ ਨਹੀਂ ਬਣੂਗੀ, ਨਾ ਹੀ ਇੱਕ ਬੂੰਦ ਪਾਣੀ ਜਾਊਗਾ। ਹੁਣ ਕਾਂਗਰਸ ਤੋਂ ਇਹਨੂੰ ਇਹਦੇ ਬਾਰੇ ਅੱਜ ਇਹ ਨਹਿਰੀ ਪਟਵਾਰੀਆਂ ਦੇ ਕੋਈ ਚਰਚਾ ਚੱਕ ਵੀ ਰਹੀ ਹੈ? ਇਕੱਲੇ ਅਕਾਲੀ ਦਲ ਕਿਉਂ ਬੋਲ ਰਿਹਾ? ਕਿਉਂਕਿ ਕਾਂਗਰਸ ਵੀ ਚਾਹੁੰਦੀ ਹੈ ਕਿ ਹਰਿਆਣੇ ਨੂੰ, ਰਾਜਸਥਾਨ ਨੂੰ, ਦਿੱਲੀ ਨੂੰ ਪਾਣੀ ਜਾਏ, BJP ਵੀ ਚਾਹੁੰਦੀ ਹੈ,
ਤੇ ਝਾੜੂ ਤਾਂ ਉੱਥੇ ਗਾਰੰਟੀਆਂ ਦਿੰਦਾ ਫਿਰਦਾ ਕਿ ਬਣਾ ਦਿਓ 5 ਮਹੀਨੇ 'ਚ, ਸਾਡੀ ਸਰਕਾਰ ਤਾਂ ਹਰਿਆਣੇ ਦੇ ਇੱਕ ਇੱਕ ਵੱਟ 'ਚ ਲਿਆਵਾਂਗੇ ਪਾਣੀ ਦਾ, ਪੰਜਾਬ ਦਾ ਪਾਣੀ ਤਾਂ। ਲੜ ਕੌਣ ਰਿਹਾ ਹੈ? ਲੜ ਇਕੱਲਾ ਅਕਾਲੀ ਦਲ ਰਿਹਾ। ਹੁਣ ਲੋਕਾਂ ਨੂੰ ਸੋਚਣਾ ਹੈ ਵੀ ਤੁਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਉੱਥੇ ਭੇਜਣਾ ਹੈ ਤਾਂ ਕਿ ਜਦ ਤੁਹਾਡਾ ਫਾਨੀ ਖੋਨ ਤੋਂ ਆਏ ਅਸੀਂ ਲੜਨ ਜੋਗੇ ਹੋਈਏ, ਜਾਂ ਤੁਸੀਂ ਆਪਦੇ ਗੱਲ 'ਚ ਫੰਦਾ ਖੁਦ ਮਾਰ ਕੇ ਖੁਦ ਹੀ ਟੰਗ ਜਾਣਾ ਹੈ ਇਹਨਾਂ ਤਿੰਨਾਂ ਨੂੰ ਵੋਟ ਪਾ ਕੇ? ਇਹ ਤਾਂ ਲੋਕਾਂ ਦੀ ਮਰਜ਼ੀ ਹੈ ਫਿਰ, ਜਿਹੜਾ ਫੈਸਲਾ ਵੋਟ ਤਾਂ ਲੋਕ ਬਣਾ ਪਾਉਂਦੇ ਨੇ ਨਾ, ਜਿਹੜਾ ਉਹਨਾਂ ਦਾ ਫੈਸਲਾ ਹੁੰਦਾ ਉਹਨੂੰ ਭੁਗਤਣਾ ਹੁੰਦਾ ਹੈ। ਹਾਂ, ਉਹਨਾਂ ਦੇ ਨਾਲ ਖੜਾਂਗੇ, ਖੂਨ ਡੁੱਲੂਗਾ, ਅਕਾਲੀਆਂ ਦਾ ਡੁੱਲੂਗਾ ਅਤੇ ਕਿਸਾਨਾਂ ਦਾ ਡੁੱਲੂਗਾ। ਇਹ ਤਾਂ ਬੈਠ ਕੇ ਆਪਦੀ ਸਿਆਸਤ ਖੇਡਣਗੇ, ਗੱਲਾਂ ਮਾਰਨਗੇ, ਬਿਆਨ ਦੇ ਦੇਣਗੇ ਅਤੇ ਵਿੱਚੋਂ ਰਲੇ ਹੋਣਗੇ। ਤੁਸੀਂ ਕਹਿ ਰਹੇ ਹੋ ਕਿ ਭਾਜਪਾ ਦੇ ਨਾਲ ਫਰਕ ਨਹੀਂ ਪੈਣਾ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਬੀਬਾ ਜੀ ਤੁਹਾਨੂੰ ਤਾਂ ਪਤਾ ਹੋਣਗੇ ਭਾਜਪਾ ਦੀ ਉੱਪਰਲੇ ਲੈਵਲ ਦੀ ਲੀਡਰਸ਼ਿਪ ਕਹਿੰਦੇ ਪੰਜਾਬ ਦੇ ਵਿੱਚ ਆ ਰਹੀ ਆ, ਲੰਬੇ ਜਿਹੜੇ ਦੌਰੇ ਜਿਹੜੇ ਪੰਜਾਬ ਦੇ ਹੋਣੇ ਨੇ, ਰੈਲੀਆਂ ਪੰਜਾਬ ਦੇ ਵਿੱਚ ਹੋਣੀਆਂ ਨੇ, ਕਹਿੰਦੇ ਪੂਰਾ ਜ਼ੋਰ ਪੰਜਾਬ 'ਤੇ ਇਸ ਵਾਰੀ ਲਾ ਰਹੇ, ਖਾਸ ਕਰ ਬਠਿੰਡਾ ਸੀਟ 'ਤੇ ਵੀ। ਹਾਂ, ਉਹ ਤਾਂ ਹਰ ਵਾਰੀ ਆਉਂਦੇ ਨੇ, 2022 'ਚ ਵੀ ਆਏ ਸੀਗੇ, ਮੇਰਾ ਖਿਆਲ ਜ਼ਿਆਦਾਤਰ ਜ਼ਮਾਨਤਾਂ ਜ਼ਬਤੀ ਹੋਈਆਂ ਸੀਗੀਆਂ ਅਤੇ ਹੁਣ ਵੀ ਆ ਜਾਣ ਪੂਰਾ ਜ਼ੋਰ। ਸਾਰਿਆਂ ਨੂੰ ਇੱਕ ਹੱਕ ਹੁੰਦਾ ਅਤੇ ਜੇ ਇਹਨਾਂ ਨੂੰ ਅਜੇ ਵੀ ਨਹੀਂ ਸਮਝ ਆਈ ਕਿ ਘਰੋਂ ਬਾਹਰ ਨਿਕਲਦੇ ਸਾਰੇ ਕਿਸਾਨ ਇਹਨਾਂ ਨੂੰ ਘੇਰ ਰਹੇ ਨੇ, ਜਿਹਨਾਂ ਬੰਦਿਆਂ ਨੂੰ ਤੁਸੀਂ ਦਿੱਲੀ ਨਹੀਂ ਜਾਣ ਦਿੱਤਾ, ਉਹ ਕਹਿੰਦੇ ਸਾਡੇ ਪਿੰਡ 'ਚ ਨਾ ਵੜੋ। ਜੇ ਤਾਂ ਇਹਨਾਂ ਦੇ ਕੈਂਡੀਡੇਟਸ ਨੂੰ ਅੰਦਰ ਨਹੀਂ ਵੜਨ ਦੇ ਰਹੇ ਤਾਂ ਆ ਜਾਣ, ਜਿਹੜੇ ਦੂਜੇ ਆਉਣਗੇ। ਫਿਰ ਫਿਰੋਜ਼ਪੁਰ 'ਚ ਹੋਇਆ ਸੀ ਜਿਹੜਾ ਹੋਇਆ ਸੀ। ਤੁਸੀਂ ਕਿਸਾਨਾਂ ਦੇ ਵਿਰੋਧ ਨੂੰ ਸਹੀ ਮੰਨਦੇ ਹੋ? ਉਹ ਕਹਿੰਦੇ ਨੇ ਕਿਉਂਕਿ ਸ਼ਿਕਾਇਤ ਵੀ ਸੁਨੀਲ ਜਾਖੜ ਨੇ ਦਿੱਤੀ ਆ ਸ਼ਿਕਾਇਤ। ਕਿਉਂ ਕਿਉਂ ਬਿਲਕੁਲ ਕੌਣ ਸਹੀ ਨਹੀਂ ਮੰਨਦਾ? ਉਹ ਕਹਿੰਦੇ ਸਾਨੂੰ ਤੁਸੀਂ ਇਹਨਾਂ ਦੇ ਨਾਲ ਕੀ ਕੀਤਾ ਹੈ? ਤੁਸੀਂ ਇਹਨਾਂ ਨੂੰ ਚੱਕਿਆ ਉੱਥੋਂ, ਯੂਪੀ ਦੀ ਇਲੈਕਸ਼ਨਸ ਆ ਰਹੀਆਂ ਸੀਗੀਆਂ ਤਾਂ ਤੁਸੀਂ ਝੁੱਕੇ ਤਾਂ ਕਾਲੇ ਕਾਨੂੰਨ ਤੁਸੀਂ ਵਾਪਸ ਲਿੱਤੇ, ਨਾਲੇ ਇਹਨਾਂ ਨੂੰ ਲਿਖਤ 'ਚ ਤੁਸੀਂ ਅਸ਼ੋਰੈਂਸ ਦਿੱਤੀ ਕਿ ਹਾਂ ਜੀ ਕਮੇਟੀ ਬਣਾਈ ਜਾਊਗੀ, ਜਿਸ ਕਮੇਟੀ ਵਿੱਚ ਤੁਸੀਂ ਹੋਵੋਗੇ ਉਹਦੇ ਵਿੱਚ MSP ਨੂੰ ਇੱਕ ਲੀਗਲ ਗਾਰੰਟੀ ਬਣਾਇਆ ਜਾਊਗਾ। ਹੁਣ 3 ਸਾਲ ਬਾਅਦ ਤੁਸੀਂ ਨਾ ਇਹਨਾਂ ਨੂੰ ਪੁੱਛੋ ਅਤੇ ਉਸ ਕਮੇਟੀ 'ਚ ਪਾ ਦਿਓ ਸਾਰੇ ਆਪਣੇ ਹੱਥ ਠੋਕੇ ਜਿਹੜੇ ਹਾਂ 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 ਪਹਿਲਾਂ ਹੀ ਕਰਦੇ ਸੀਗੇ। ਕਿਸਾਨਾਂ ਨਾਲ ਗੱਲ ਨਾ ਕਰੋ, ਹੁਣ MSP ਦੇ ਨੇੜੇ ਨਾ ਆਓ, ਕਿਉਂਕਿ ਇਲੈਕਸ਼ਨਾਂ ਮੁੱਕ ਗਈਆਂ ਤਾਂ ਇਲੈਕਸ਼ਨ ਤਾਂ ਆਉਂਦੀਆਂ ਹੀ ਰਹਿੰਦੀਆਂ ਨੇ ਨਾ, ਸੋਨ ਆ ਗਈ, ਫਿਰ ਇਲੈਕਸ਼ਨਾਂ, ਫਿਰ ਧਰਨੇ 'ਚ ਬੈਠੇ ਅਤੇ ਹੁਣ ਕਹਿੰਦੇ ਦਿੱਲੀ ਨਾ ਐਂਟਰ ਕਰੋ, ਬਲਕਿ ਅਥਰੂ ਗੈਸ ਦੇ ਨਾਲ ਪਤਾ 10 ਕਿਸਾਨ ਤਾਂ ਮਾਰਤੇ, ਕਿਉਂਕਿ ਉਹ ਜ਼ਹਿਰੀ ਗੈਸ ਦੇ ਨਾਲ ਘਰ ਜਾ ਕੇ ਮਰੇ ਵਿਚਾਰੇ ਕਿਸਾਨ, ਅਤੇ ਜਿਸ ਤਰੀਕੇ ਦੇ ਨਾਲ ਤਸ਼ਾ ਦਿਓ ਟਰੈਕਟਰ ਭੰਨਤੇ ਮੰਡਾ ਮਾਰਤਾ, ਤਾਂ ਕਿਹੜੇ ਮੂੰਹ ਦੇ ਨਾਲ ਹੁਣ ਆਉਂਦੇ ਨੇ ਵੋਟਾਂ ਮੰਗਣ ਵਾਸਤੇ? ਕੋਈ ਪੰਜਾਬੀ ਕੋਈ ਇੰਨਾ ਵੀ ਬਦਲਿਆ ਹੋਇਆ ਨਹੀਂ ਹੈ ਕਿ ਲਓ ਜੀ ਸਾਡਾ ਪਾਣੀ ਵੀ ਲੈ ਜਾਓ, ਸਾਨੂੰ ਕੁੱਟ ਦਿਓ, ਸਾਡੇ ਧਾਰਮਿਕ ਸਥਾਨ ਵੀ ਲੈ ਜਾਓ। ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਇਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਸਾਡੇ 9ਵੇਂ ਪਾਤਸ਼ਾਹ ਨੇ ਵੱਡੀ ਸ਼ਹੀਦੀਆਂ ਦਿੱਤੀਆਂ ਸੀ, ਜਿਹਦੇ ਕਰਕੇ ਇਹਨਾਂ ਦਾ ਧਰਮ ਬਚਿਆ ਰਿਹਾ। ਅਤੇ ਹੁਣ ਇਸ ਪੰਥ ਦੇ ਉੱਤੇ ਤੁਸੀਂ ਗੱਲਾਂ ਤਾਂ ਵੱਡੀਆਂ ਵੱਡੀਆਂ ਕਰਦੇ ਹੋ, ਮੱਥੇ ਟੇਕਦੇ ਹੋ, ਲੇਕਿਨ ਕੁਛ ਉਹ ਕੁਰਬਾਨੀ ਵੀ ਤਾਂ ਯਾਦ ਕਰੋ। ਅੱਜ ਉਸ ਦੇ ਕੌਮ ਦੇ ਨਾਲ ਤੁਸੀਂ ਕੀ ਕਰ ਰਹੇ ਹੋ? ਸਾਡੇ ਉੱਤੇ ਤਾਂ ਰੱਬ ਰਾਖਾ ਹੈਗਾ ਹੀ ਨਾ, ਸਾਡਾ ਮਤ ਪੱਤ ਦਾ ਰਾਖਾ ਤਾਂ ਆਪ ਵਾਹਿਗੁਰੂ ਹੈ। ਸੋ ਇਹ ਇਹਨਾਂ ਦੀ ਚਾਲਾਂ ਨਹੀਂ ਚੱਲਣਗੀਆਂ, ਸੱਚੇ ਮਨ ਦੇ ਨਾਲ ਸਹੀ ਕੰਮ ਕਰਨਾ ਚਾਹੀਦਾ ਤੇ ਵਾਹਿਗੁਰੂ ਹਮੇਸ਼ਾ ਸਹੀ ਹੁੰਦਾ। ਬੀਬੀ ਜੀ ਮੁਕਾਬਲੇ ਦੇ ਵਿੱਚ ਕਿਹਨਾਂ ਨੂੰ ਮੰਨਦੇ? ਕਿਹਨਾਂ ਨੂੰ? ਕੀ ਇਹ ਤਾਂ 3 ਇਕੱਠੇ ਹੀ ਨੇ? ਇਹ ਤਾਂ 3 ਇਕੱਠੇ ਨੇ। ਤੁਸੀਂ ਇਕੱਲੇ 3 ਇਕੱਠੇ? ਤਾਂ ਇਹ 3ੋਂ ਇਕੱਠੇ ਨੇ, ਇਹਨਾਂ ਇਕੱਠਾ ਹੋਣਾ ਪਿਆ। ਜਿਹੜਾ ਕਾਂਗਰਸ ਤੇ ਝਾੜੂ ਇੱਕ ਦੂਜੇ ਨੇ ਗਾਲਾਂ ਕੱਢਦਾ ਸੀ, ਹੁਣ ਕੁਰਸੀ ਦੇ ਖਾਤਰ ਇਕੱਠੇ ਹੋ ਗਏ। ਆਹ ਗਵਾਂਢ 'ਚ ਡੱਬ ਵਾਲੀ 'ਚ ਇੱਕ ਝੰਡੇ ਦੇ ਥੱਲੇ, ਉਹ ਰਾਜਸਥਾਨ ਉਸ ਪਾਸੇ ਇੱਕ ਝੰਡੇ ਦੇ ਥੱਲੇ, ਸਾਡੇ ਸੂਬੇ ਦੀ ਰਾਜਧਾਨੀ 'ਚ ਇੱਕ ਝੰਡੇ ਦੇ ਥੱਲੇ, ਆਹੀ ਮੁੱਖ ਮੰਤਰੀ ਉੱਥੇ ਕਾਂਗਰਸੀਆਂ ਦੇ ਕਾਮਨ ਕੈਂਡੀਡੇਟ ਨਾਲ ਪ੍ਰਚਾਰ ਕਰ ਰਿਹਾ, ਅਤੇ ਲੋਕਾਂ ਨੂੰ ਅਜੇ ਵੀ ਮੂਰਖ ਸਮਝੇ ਕਿ ਇੱਥੇ ਅਸੀਂ ਆਡਾਂ? ਕਿੰਨਾ ਬੇਵਕੂਫ ਬਣਾਓਗੇ ਤੁਸੀਂ ਲੋਕਾਂ ਨੂੰ? ਸਾਰੇ ਦੇਸ਼ 'ਚ ਤੁਸੀਂ ਇਕੱਠੇ ਹੋ ਗਏ, ਸਾਂਝੀ ਸਰਕਾਰ ਬਣਾਉਣ ਦੀ ਗੱਲ ਕਰਦੇ ਹੋ, ਆਂਢ ਗੁਆਂਢ 'ਚ ਸੂਬਿਆਂ 'ਚ ਇਕੱਠੇ, ਅਤੇ ਇੱਥੇ ਅਸੀਂ ਵੱਖ ਹਾਂ? ਲੋਕ ਇੰਨੇ ਮੂਰਖ ਵੀ ਤਾਂ ਨਹੀਂ ਹੈਗੇ ਨਾ। ਸੋ ਇਹ ਤਾਂ ਸਾਰੇ ਇਕੱਠੇ ਨੇ, ਇੱਥੇ ਵੀ ਇਕੱਠੇ ਨੇ,
ਉੱਥੇ ਵੀ ਇਕੱਠੇ ਨੇ, ਸੋ ਕੰਪੀਟੀਸ਼ਨ ਤੇ ਤਿੰਨੋਂ ਇਕੱਠੇ ਨੇ, ਇਕੱਠੇ ਹੋਣਗੇ ਕੁਰਸੀ ਤਾਂ ਪਹੁੰਚਣ ਵਾਸਤੇ, ਕਿਉਂਕਿ ਇਕੱਲੇ ਇਕੱਲੇ ਤਾਂ ਪਹੁੰਚ ਨਹੀਂ ਸਕਦੇ। ਹੈ ਕੋਈ ਵੀ ਤੋਂ ਇੱਕ ਪਾਸੇ ਤਿੰਨ ਨੇ ਤੇ ਇੱਕ ਪਾਸੇ ਇਕੱਲੇ ਬੀਬਾ ਜੀ ਜਾਂ ਇਕੱਲਾ ਸ਼੍ਰੋਮਣੀ ਕਲਦਲ? ਤਾਂ ਪਹਿਲੇ ਵੀ ਹੋ ਚੁੱਕਿਆ, ਕੋਈ ਨਵੀਂ ਗੱਲ ਨਹੀਂ ਹੈ। ਪਹਿਲੀ ਹੋ ਚੁੱਕੀ, ਪਹਿਲੀ ਅਕਾਲੀ ਦਲ ਬਾਦਲ ਸਾਹਿਬ ਤੋਂ ਹਮੇਸ਼ਾ ਸਿੱਖਿਆ ਹੈ ਕਿ ਤੁਸੀਂ ਆਪ ਦੇ ਕੰਮਾਂ ਦੇ ਵੱਲ ਧਿਆਨ ਦਿਓ, ਕਿਸੇ ਹੋਰ ਦੇ ਕੰਮ, ਇਹ ਹੁਣ ਲੋਕਾਂ ਦੇ ਕੋਲ ਜਾਣਗੇ ਮੈਨੂੰ ਭੰਡਣ ਜਾਂ ਮੇਰੀ ਪਾਰਟੀ ਨੂੰ ਜਾਂ ਮੇਰੇ ਪਰਿਵਾਰ ਨੂੰ ਭੰਡਣ ਤੋਂ ਇਲਾਵਾ, ਇਹ ਕੋਈ ਕੰਮ ਤਾਂ ਗਿਣਾਉਣ, ਕੰਮਾਂ 'ਤੇ ਤਾਂ ਆਉਂਦੇ ਹੀ ਨਹੀਂ ਹੈਗੇ, ਕਿਉਂਕਿ ਕੰਮ ਕੀਤਾ ਹੋਇਆ ਤਾਂ ਤਾਂ ਹੀ ਤਾਂ ਕੰਮ ਗਿਣਾਉਣਗੇ ਨਾ, ਤਿੰਨੋਂ ਜਣੇ ਆ ਜਾਣ। ਬੀਬੀ ਜੀ ਤਾਂ ਬਲਕਿ ਮੇਰੇ ਪਿੱਛੇ BDPO ਹੁੰਦੇ ਸੀਗੇ ਪਿਛਲੀ ਕਤਾਰ 'ਚ, DC ਦੇ ਨਾਲ ਬੈਠ ਕੇ ਤਾਂ ਸਾਰੇ ਕੰਮ ਤਾਂ ਆ ਹੀ ਨੋਟ ਕਰਦੇ ਸੀ ਪਿੰਡ ਪਿੰਡ 'ਚ, ਜਿਹੜੇ ਮੈਂ ਕਰਵਾਉਂਦੀ ਇਹਨਾਂ ਨੂੰ ਤਾਂ ਪਤਾ ਹੈ, ਪਰ ਉਹ ਕੰਮਾਂ 'ਚ ਤਾਂ ਆਉਣਗੇ ਨਹੀਂ, ਕਿਉਂਕਿ ਭਾਵੇਂ ਜਿੱਥੇ ਵੀ ਬੈਠੇ ਸੀ। ਹੁਣ ਮੈਂ ਵੀ ਜੇ ਨੰਨੀ ਛਾਂ ਦਾ ਮੈਂ ਚਲਾਇਆ, ਮੈਨੂੰ ਕਿਸੇ ਨੇ ਕਿਹਾ ਤਾਂ ਨਹੀਂ ਸੀ ਨਾ, ਇਹ ਮੇਰੀ ਆਪਣੀ ਸੋਚ ਸੀਗੀ ਕਿ ਮੈਂ ਇਹ ਸੁਧਾਰ ਕਰਨਾ ਚਾਹੁੰਦੀ ਹਾਂ। ਚਲੋ ਕਰਦੇ ਕਰਦੇ ਮੈਨੂੰ ਇੱਕ ਪਲੈਟਫਾਰਮ ਮਿਲ ਗਿਆ MP ਦਾ, MP ਦਾ ਪਲੈਟਫਾਰਮ ਮਿਲ ਕੇ ਭਾਵੇਂ ਮੇਰੀ ਸਰਕਾਰ ਸੀ, ਲੇਕਿਨ ਨਾ ਮੈਂ ਸਰਕਾਰੀ ਕੋਈ ਚੀਜ਼ ਨੂੰ ਯੂਜ਼ ਕੀਤਾ, ਆਪਣੀ ਕਮਾਈ ਤੋਂ ਜੇ ਮੈਂ ਇੰਨੇ 250-300 ਸੈਂਟਰ ਖੋਲ੍ਹਤੇ ਅਤੇ 13,000 ਧੀਆਂ ਨੂੰ ਸਿਖਲਾਈ ਦੇ ਕੇ, ਮਸ਼ੀਨਾਂ ਦੇ ਕੇ ਉਹਨਾਂ ਨੂੰ ਪੈਰਾਂ 'ਚ ਖੜਾ ਕਰਤਾ, ਨਾ ਸਰਕਾਰ ਦੀ ਕੋਈ ਮਦਦ ਲਿੱਤੀ, ਨਾ ਕਿਸੇ ਹੋਰ, ਆਪਣੀ ਕਮਾਈ ਤੋਂ ਕੀਤਾ ਕਿ ਇਹਨਾਂ ਨੇ ਮੈਨੂੰ ਇੱਥੇ ਤਾਂ ਪਹੁੰਚਾਇਆ, ਮੈਂ ਇਹਨਾਂ ਨੂੰ ਅੱਗੇ ਲੈ ਕੇ ਜਾਵਾਂ। ਸੋ ਇਹਨਾਂ ਦੇ ਕੋਲ ਵੀ ਅਹੁਦੇ ਸੀਗੇ, ਜਦ ਅਹੁਦੇ ਸੀਗੇ ਉਹਨਾਂ ਨੂੰ ਕਿਸ ਚੀਜ਼ ਵਾਸਤੇ ਯੂਜ਼ ਕੀਤਾ ਦੱਸਣ, ਪਰ ਉਹ ਨਹੀਂ ਦੱਸਣਗੇ, ਕਿਉਂਕਿ ਭਾਵੇਂ ਸਰਕਾਰ ਸੀ ਭਾਵੇਂ ਅਹੁਦਾ ਸੀਗਾ, ਉਹ ਸਿਰਫ ਇਹਨਾਂ ਦੀ ਸਿਆਸਤ, ਵੋਟਾਂ ਤਾਂ ਹੀ ਸੀਮਿਤ ਹੈ, ਮੌਕਾ ਪ੍ਰਸਤੀ ਤਾਂ ਹੀ। ਅੱਜ ਦਲ ਬਦਲੂ ਆਏ ਨੇ, ਜਿਹੜੇ ਦਲ ਬਦਲ ਸਕਦੇ ਨੇ ਤਾਂ ਕੀ ਉਹ ਲੋਕਾਂ ਦੇ ਨਾਲ ਖੜਨਗੇ? ਇਹ ਤਾਂ ਕੱਲ੍ਹ ਕਿੱਥੇ ਪਾਰਲੀਮੈਂਟ 'ਚ ਜਾ ਕੇ ਪੰਜਾਬ ਦਾ ਹੱਕ ਛੱਡੋ, ਤਾਂ ਹੀ ਤਾਂ ਕਿਹੜਾ ਹੁਣ ਉਹ ਆਮ ਆਦਮੀ ਪਾਰਟੀ ਦਾ ਰਿੰਕੂ, ਤੁਸੀਂ ਰਿੰਕੂ ਪਾਸਵਰਡ ਦਿੱਤਾ ਸੀ ਜਿਹਨੂੰ, ਦੇਖੋ ਕਿਹੜੀ ਪਾਰਟੀ ਤੋਂ ਆਇਆ, ਕਿੱਥੇ ਗਿਆ, ਬਾਈ ਇਲੈਕਸ਼ਨ 'ਚ ਤਾਂ ਕਿੱਥੇ ਚਲੇ ਗਿਆ ਫਾਇਦਾ ਇਹਨਾਂ ਦੇ ਤਾਂ ਕੋਈ, ਜਿੱਦਾਂ ਜਿਵੇਂ ਕਹਿੰਦਾ ਸਾਈਕਲ ਦਾ ਵੀ ਸਟੈਂਡ ਹੁੰਦਾ, ਇਹਨਾਂ ਦਾ ਕੀ ਸਟੈਂਡ ਹੈਗਾ? ਘੱਟ ਤੋਂ ਘੱਟ ਬਾਦਲ ਸਾਹਿਬ ਤੋਂ ਆਪਾਂ ਇੰਨਾ ਤਾਂ ਸਿੱਖਿਆ ਨਾ, ਜਿਨ੍ਹਾਂ ਨੇ ਸਾਰੀ ਉਮਰ 70 ਸਾਲ ਮਾਂ ਪਾਰਟੀ ਦੇ ਨਾਲ, ਮਾਂ ਨਹੀਂ ਕਹਿੰਦੇ ਕੋਈ ਬਦਲਦਾ, ਜਿਹੜੇ ਹਲਕੇ 'ਚ ਖੜ ਗਏ, ਹਾਰੇ ਜਿੱਤੇ ਖੜੇ ਰਹੇ, ਹਾਰ ਕੇ ਵੀ ਤੀਜੇ ਦਿਨ ਜਾ ਕੇ ਇਹਨਾਂ ਨੇ ਧਨਵਾਦੀ ਦੌਰਾ ਸ਼ੁਰੂ ਕੀਤਾ। ਇਹ ਖੁੱਡੀਆਂ ਸਾਹਿਬ ਨੇ ਧਨਵਾਦੀ ਦੌਰਾ ਅੱਜ ਤਾਈਂ ਕੀਤਾ ਹੈ ਕਿਤੇ ਜਿੱਤਣ ਤੋਂ ਬਾਅਦ ਵੀ? ਉਹ ਤਾਂ ਹਾਰ ਕੇ ਵੀ ਲੋਕਾਂ ਦੇ ਵਿੱਚ ਰਹੇ, ਇਹ ਜਿੱਤ ਕੇ ਲੋਕਾਂ ਦੇ ਵਿੱਚ ਕਿੰਨਾ ਜਾਂਦੇ, ਕੀ ਕੰਮ ਕਰਦੇ ਨੇ? ਜਿਵੇਂ ਤੁਸੀਂ ਕਿਹਾ ਕਿ ਮੇਰੇ ਪਰਿਵਾਰ 'ਤੇ ਟਿੱਪਣੀ ਕਰਨਗੇ, ਮੈਂ ਆਖਰੀ ਸਵਾਲਾਂ 'ਤੇ ਆ ਰਿਹਾ, ਤਾਂ ਤੁਹਾਨੂੰ ਕੀ ਲੱਗਦਾ ਕਿ ਨਿੱਜੀ ਟਿੱਪਣੀ ਜਿਹੜੀ ਆ ਉਹ ਸਿਆਸਤ ਦੇ ਵਿੱਚ ਉਹਨੂੰ ਕਿੰਨਾ ਸਹੀ ਮੰਨਦੇ ਹੋ? ਕਿਉਂਕਿ ਕਿੱਕਲੀਆਂ ਦੀ ਗੱਲ ਕਰਦੇ ਹੋ ਤੁਸੀਂ, ਨੰਨੀ ਛਾਂ ਦੀ ਗੱਲ ਕਰੀਏ ਉਹ 'ਤੇ ਵੀ ਤੰਜ ਕੱਸਦੇ ਨੇ, ਸਿਆਸਤ ਦੇ ਵਿੱਚ ਨਿੱਜੀ ਟਿੱਪਣੀਆਂ ਨੂੰ ਕਿੰਨਾ ਸਹੀ ਮੰਨਦੇ ਹੋ? ਨਹੀਂ, ਮੈਂ ਤਾਂ ਇਹਨੂੰ ਸਹੀ ਨਹੀਂ ਮੰਨਦੀ, ਅਤੇ ਮੇਰੇ ਵਾਸਤੇ ਰੋਲ ਮਾਡਲ ਬਾਦਲ ਸਾਹਿਬ ਨੇ ਜੀ, ਕਦੇ ਨਿੱਜੀ ਟਿੱਪਣੀ ਕੀਤੀ ਨਹੀਂ, ਅੱਜ ਉਹਨਾਂ ਦੀ ਇੱਜ਼ਤ ਅਕਰੋਸ ਪਾਰਟੀ ਲਾਈਨਸ ਕਰਦੇ ਨੇ ਜੀ, ਅਤੇ ਉਹਨਾਂ ਦੀ ਇੱਜ਼ਤ ਅਕਰੋਸ ਪਾਰਟੀ ਲਾਈਨਸ, ਅਕਰੋਸ ਕੰਟਰੀ, ਅਕਰੋਸ ਗਲੋਬ, ਦੁਨੀਆ ਭਰ ਕਰਦੀ ਉਹਨਾਂ ਦੀ ਇੱਜ਼ਤ ਜੀ। ਇਹਨਾਂ ਦੀ ਇੱਜ਼ਤ ਕੌਣ, ਮੈਨੂੰ ਲੱਗਦਾ ਆਪਣੇ ਵੀ ਨਹੀਂ ਕਰਦੇ ਹੋਣਗੇ। ਇਹਦੀ ਆਪਦੀ ਧੀ ਕੀ ਕਹਿੰਦੀ ਹੈ, ਜਿਹਦੇ ਪਰਿਵਾਰ 'ਚ ਇੱਜ਼ਤ ਨਹੀਂ, ਨਾ ਤੇਰੀ ਭਰ ਵਾਲੀ ਕਰੇ, ਨਾ ਤੇਰੀ ਧੀ ਕਰੇ, ਜੇ ਜਵਾਨ ਬੱਚਿਆਂ ਹੀ ਤੇਰੀ ਇੱਜ਼ਤ ਨਹੀਂ ਕਰਦੇ ਤਾਂ ਸਮਾਜ ਨੇ ਤੁਹਾਡੀ ਕੀ ਇੱਜ਼ਤ ਕਰਨੀ ਹੈ? ਸੋ ਆਏ ਸਾਡੇ ਵਾਸਤੇ ਰੋਲ ਮਾਡਲ ਬਾਦਲ ਸਾਹਿਬ ਨੇ, ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੀ ਲੀਹਾਂ 'ਚ ਚੱਲੀਏ, ਕਿਉਂਕਿ ਇੱਕ ਬਹੁਤ ਵਧੀਆ ਇਗਜ਼ਾਮਪਲ ਸੈੱਟ ਕਰਕੇ ਗਏ ਨੇ, ਬਹੁਤ ਸਾਰੀ ਇੱਜ਼ਤ ਕਮਾ ਕੇ, ਬਹੁਤ ਸਾਰਾ ਲੋਕਾਂ ਦਾ ਪਿਆਰ ਸਾਡੇ ਝੋਲੀ 'ਚ ਸੌਂਪ ਕੇ ਗਏ ਨੇ। ਮੇਰੇ ਵਰਗੇ ਜਿਹਦੀ ਕੋਈ ਸਿਆਸੀ ਕੰਟਰੀਬਿਊਸ਼ਨ ਵੀ ਨਹੀਂ ਹੈ, ਪਾਰਲੀਮੈਂਟ 'ਚ ਜਦ ਮੈਂ ਗਈ ਇੰਨੀ ਇੱਜ਼ਤ ਮੈਨੂੰ ਮਾਣ ਮਿਲਿਆ ਕਿਉਂਕਿ ਮੈਂ ਬਾਦਲ ਸਾਹਿਬ ਦੀ ਨੂੰਹ ਸੀ। ਸੋ ਇਹ ਇੱਕ ਕਮਾਈ ਹੁੰਦੀ ਹੈ ਜਿਹੜਾ ਬੰਦਾ ਦੇ ਕੇ ਜਾਂਦਾ ਹੈ, ਇੱਜ਼ਤ ਕਮਾਉਣੀ ਬੜੀ ਔਖੀ ਹੁੰਦੀ ਹੈ, ਕਿਸੇ ਨੂੰ ਛਿੱਟੇ ਸਿੱਟਣੇ ਬੜੇ ਸੌਖੇ ਹੁੰਦੇ ਨੇ, ਲੇਕਿਨ ਜਿਹੜੇ ਲੋਕ ਸ਼ੀਸ਼ੇ ਦੇ ਘਰਾਂ 'ਚ ਰਹਿੰਦੇ ਨੇ ਉਹਨਾਂ ਨੂੰ ਪਹਿਲੇ ਆਪ ਦੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ, ਦੂਜਿਆਂ ਦੇ ਉੱਤੇ
ਡਲੇ ਸਿੱਟਣ ਤੋਂ ਪਹਿਲਾਂ। ਬਾਦਲ ਸਾਹਿਬ ਦੀ ਗੱਲ ਕਰੀਏ, ਮੈਂ ਆਖਰੀ ਸਵਾਲ ਲੈਣਾ ਚਾਹੂੰਗਾ। ਮੈਂ ਇੱਕ ਇੰਟਰਵਿਊ ਤੁਹਾਡੀ ਦੇਖ ਰਿਹਾ ਸੀ, ਹਾਲਾਂਕਿ ਬਾਦਲ ਸਾਹਿਬ ਦੀ ਘਾਟਤਾ ਹਰ ਸਿਆਸਤਦਾਨ ਜਿਹੜਾ ਉਹ ਮਹਿਸੂਸ ਕਰ ਰਿਹਾ। ਤੁਸੀਂ ਉਸ ਕਹਿ ਰਹੇ ਸੀ ਕਿ ਮੈਂ ਚੋਣ ਕੰਪੇਨ ਇਸ ਵਾਰੀ ਬਾਦਲ ਸਾਹਿਬ ਦੇ ਆਸ਼ੀਰਵਾਦ ਤੋਂ ਬਿਨਾਂ ਜਿਹੜੀ ਹੈਗੀ ਆ ਉਹ ਸ਼ੁਰੂ ਕਰ ਰਹੀ ਹਾਂ, ਘਾਟ ਮਹਿਸੂਸ ਕਰ ਰਹੇ ਹੋ ਕਿ ਜੇਕਰ ਉਹ ਹੁੰਦੇ ਤਾਂ ਕੁਛ ਵੱਖਰਾ ਹੀ ਰੋਹ ਵੱਖਰਾ ਹੀ ਮੇਰੇ ਜੋਸ਼ ਹੋਣਾ ਸੀ? ਹਾਂਜੀ, ਨਹੀਂ ਉਹਨਾਂ ਦੀ, ਹਾਲਾਂਕਿ ਉਹ ਪੋਲੀਟੀਕਲੀ 5-7 ਸਾਲਾਂ ਤੋਂ ਐਕਟਿਵ ਨਹੀਂ ਸੀਗੇ, ਉਹਨਾਂ ਦਾ ਸਰੀਰ ਵੀ ਨਹੀਂ ਅਲਾਓ ਕਰਦਾ ਸੀ, ਲੇਕਿਨ ਉਹਨਾਂ ਦੇ ਇੱਥੇ ਹੋਣਾ ਹੀ ਬਹੁਤ ਵੱਡਾ ਸਹਾਰਾ ਸੀਗਾ ਅਤੇ ਹਰ ਇਲੈਕਸ਼ਨ 'ਚ ਉਹ ਮੇਰੇ ਕਵਰਿੰਗ ਕੈਂਡੀਡੇਟ ਵੀ ਹੁੰਦੇ ਸੀ ਅਤੇ ਕਰਦਾ ਇੱਕ ਰੂਟੀਨ ਹੀ ਸੀ, ਸਵੇਰੇ ਕਿਤੇ ਜਾਣ ਤੋਂ ਪਹਿਲੇ ਉਹਨਾਂ ਦਾ ਆਸ਼ੀਰਵਾਦ ਲੈਣਾ, ਸ਼ਾਮ ਨੂੰ ਆ ਕੇ ਉਹਨਾਂ ਨਾਲ ਸਾਰੀ ਗੱਲਾਂ ਡਿਸਕਸ ਕਰਨੀਆਂ, ਕੋਈ ਚੀਜ਼ ਦਾ ਫੈਸਲਾ ਲੈਣ ਤੋਂ ਪਹਿਲੇ ਉਹਨਾਂ ਦੀ ਸਲਾਹ ਲੈਣੀ। ਸੋ ਕਿਉਂਕਿ 70 ਸਾਲ ਉਹਨਾਂ ਹਰੇਕ ਚੀਜ਼ ਦਾ ਤਜੁਰਬਾ ਸੀਗਾ, ਇੱਕ ਇੱਕ ਚੀਜ਼ ਜੜ ਤੋਂ ਪਕੜ ਕੇ ਮਿੰਟ 'ਚ ਤੁਹਾਨੂੰ ਹੱਲ ਦੱਸ ਦਿੰਦੇ ਸੀਗੇ। ਸੋ ਓਬਵੀਅਸਲੀ ਉਹਨਾਂ ਦੀ ਘਾਟ ਤਾਂ ਖਾਸ ਤੌਰ 'ਤੇ ਜਦ ਉਹਨਾਂ ਦੇ ਹਲਕੇ 'ਚ ਜਾਂਦੀ ਹਾਂ ਅਤੇ ਉੱਥੇ ਹਰੇਕ ਬੰਦਾ ਜਿਹੜਾ ਬੈਠਿਆ, 3-3 ਪੀੜ੍ਹੀਆਂ ਤੋਂ ਬਾਦਲ ਸਾਹਿਬ ਦੇ ਨਾਲ ਉਹਨਾਂ ਦਾ ਇੱਕ ਨਿੱਜੀ ਸੰਬੰਧ, ਇੱਕ ਪਰਿਵਾਰਿਕ ਸੰਬੰਧ ਹੈਗਾ, ਹਰੇਕ ਦਾ ਬਾਪੂ, ਮਤਲਬ ਉਹਨਾਂ ਦਾ ਨਾਂ ਲੈਂਦੇ ਜਿੱਥੇ ਮੇਰੀ ਅੱਖਾਂ 'ਚ ਅਥਰੂ ਆ ਜਾਂਦੇ ਨੇ, ਮੇਰੇ ਨਾਲ ਅੱਧੀ ਸੰਗਤ ਰੋਂਦੀ ਹੈ, ਇਹੋ ਜਿਹਾ ਪਿਆਰ ਉਹਨਾਂ ਦੇ ਨਾਲ। ਸੋ ਉਹਨਾਂ ਦੇ ਹਲਕੇ 'ਚ ਇੱਕ ਇੱਕ ਚੀਜ਼ ਬਣਾਈ ਹੋਈ ਉਹਨਾਂ ਤੋਂ, ਅਤੇ ਜਿੰਨਾ ਉਹ ਆਪਣੇ ਪੰਜਾਬ ਨੂੰ ਪਿਆਰ ਕਰਦੇ ਸੀ, ਉਹ ਪੂਰੇ ਪੰਜਾਬ ਦਾ ਬਰਾਬਰ ਆਪਣੇ ਲੰਮੀ ਦੇ ਹਲਕੇ ਦੇ ਲੋਕਾਂ ਦੇ ਨਾਲ, ਕੋਈ ਲੰਮੀ 'ਚ ਜੇ ਪਤਾ ਲੱਗ ਜਾਏ ਫਸਲ ਖਰਾਬ ਹੋ ਗਈ ਜਾਂ ਮੀਂਹ ਦੇ ਨਾਲ ਨੁਕਸਾਨ ਹੋ ਗਿਆ, ਬਤੌਰ ਮੁੱਖ ਮੰਤਰੀ ਜਿੱਥੇ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਸੀ, ਹੋਰ ਕਿਹੜਾ ਮੁੱਖ ਮੰਤਰੀ ਗਿਆ? ਇਹ ਤਾਂ ਕਹਿੰਦਾ ਸੀ ਲੋਕਾਂ ਦੇ ਵਿੱਚ ਰਹੂੰਗਾ, 2.5 ਸਾਲ 'ਚ ਲੋਕਾਂ ਦੇ ਵਿੱਚ ਕਦੇ ਨਜ਼ਰ ਆਇਆ? ਇੱਕ ਉਹ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ, ਲੇਕਿਨ ਮੁੱਖ ਮੰਤਰੀ ਬਣ ਕੇ ਵੀ ਆਪ ਦੇ ਹਲਕੇ ਵਾਸਤੇ ਹਰ ਮਹੀਨੇ ਆ ਕੇ ਕੋਈ ਪਿੰਡ ਨਹੀਂ ਛੱਡਦੇ ਸੀ, ਹਰੇਕ 'ਚ ਗੇੜਾ ਲਾਉਂਦੇ, ਕਿਸੇ ਦਾ ਸੁੱਖ ਦੁੱਖ ਹੋਏ ਉੱਥੇ ਤਾਂ ਵੀ ਬਤੌਰ ਮੁੱਖ ਮੰਤਰੀ ਪਹੁੰਚਦੇ ਸੀ। ਸੋ ਪਹੁੰਚਦੇ ਵੀ ਉਹ ਵੀ 5 ਮਿੰਟ ਪਹਿਲੇ, ਅਤੇ ਉਹਨਾਂ ਦੇ ਨਾਲ ਆਮ ਉਹਨਾਂ ਦੀ ਤਰ੍ਹਾਂ ਬੈਠ ਕੇ ਉਹਨਾਂ ਦੀ ਰੋਟੀ ਖਾਣੀ, ਉਹਨਾਂ ਦੀ ਚਾਹ ਪੀਣੀ। ਸੋ ਲੋਕਾਂ ਦੀ ਇੰਨੀ ਅਟੈਚਮੈਂਟ ਉਹਨਾਂ ਦੇ ਨਾਲ ਸੀ ਕਿ ਅੱਜ ਉਹਨਾਂ ਨੂੰ ਸਾਰੇ ਹੀ ਮਿਸ ਕਰਦੇ ਨੇ, ਅਤੇ ਮੈਂ ਤਾਂ, ਸਾਡਾ ਪਰਿਵਾਰ ਤਾਂ ਕਰਦਾ ਹੀ ਹੈ, ਮੇਰੇ ਬੱਚੇ, ਮੈਂ, ਬੱਚਿਆਂ ਦਾ ਤਾਂ ਆਹ ਵੀ ਹੈ ਕਿ ਉਹਨਾਂ ਦੇ ਕਮਰੇ ਤੋਂ ਇੱਕ ਵੀ ਚੀਜ਼ ਹਟਾ ਦਿਓ, ਲੜਦੇ ਨੇ ਕਿ ਸਾਡੇ ਦਾਦਾ ਜੀ ਦੀ ਚੀਜ਼ ਤੁਸੀਂ ਛੇੜੀ ਕਿਉਂ, ਇੱਥੋਂ ਹਟਾਈ ਕਿਉਂ। ਹਲਕੇ ਦੇ ਲੋਕ ਗੱਲਾਂ ਵੀ ਦੱਸਦੇ ਹੋਣਗੇ ਫਿਰ ਉਹਨਾਂ ਦੀਆਂ? ਕੁਝ ਬਹੁਤ ਸਾਰੀ ਗੱਲਾਂ ਦੱਸਦੇ ਨੇ, ਬੀਬੀਆਂ ਕਿੰਨਾ ਕੁਛ ਦੱਸਦੀਆਂ ਨੇ, ਮੇਰੀ ਜਾਨ ਬਚਾਤੀ ਬਾਦਲ ਸਾਹਿਬ ਨੇ ਕਰੋਨਾ ਦੇ ਵੇਲੇ, ਮੈਨੂੰ 10 ਵਾਰੀ ਫੋਨ, ਮੇਰਾ ਹਸਪਤਾਲ 'ਚ ਐਡਮਿਟ ਕਰਾਇਆ, ਮੇਰੀ ਆ ਧੀ ਦੀ ਇਹਨੇ ਪੜ੍ਹਾਈ ਕਰਾਈ, ਕਿੰਨੇ ਸਾਰੇ ਆਉਂਦੇ ਨੇ, ਬਹੁਤ ਸਾਰੇ ਸਾਡੇ ਪਰਿਵਾਰ ਦੇ, ਸਾਡੇ ਦਾਦਾ ਜੀ ਨੇ ਜੇਲਾਂ ਕੱਟੀਆਂ, ਸਾਡੇ ਪਿਓ ਨੇ ਜੇਲਾਂ ਕੱਟੀਆਂ, ਬਾਦਲ ਸਾਹਿਬ ਸਾਡੇ ਘਰ ਆ ਕੇ ਉਹਨਾਂ ਨੂੰ ਸਾਡੀ ਸਾਗ ਬੜੀ ਪਸੰਦ ਸੀ, ਕੋਈ ਕਿੰਨੀ ਸਾਰੀ ਕਹਾਂ। ਸੋ ਮੈਨੂੰ ਇੱਕ ਤਰੀਕੇ ਦੇ ਨਾਲ ਜਿਹੜੀ ਘਾਟ ਬਾਦਲ ਸਾਹਿਬ ਦੀ ਘਰੋਂ ਮਹਿਸੂਸ ਹੁੰਦੀ ਹੈ, ਜਦ ਮੈਂ ਲੰਬੀ ਹਲਕੇ 'ਚ ਜਾਂਦੇ ਆ, ਉਹ ਬਜ਼ੁਰਗ ਜਿਹੜੇ ਇਹਨਾਂ ਦੇ ਹਾਨੀ ਸੀਗੇ, ਜਿਨ੍ਹਾਂ ਦੇ ਉਮਰਾਂ ਇਹਨਾਂ ਦੇ ਨਾਲ ਕੱਟ, ਉਹਨਾਂ ਦੇ ਵਿੱਚ ਮੈਨੂੰ ਬਾਦਲ ਸਾਹਿਬ, ਮੈਂ ਹੁਣ ਉਹਨਾਂ ਦੇ 'ਚ ਲੱਭਦੀ ਹਾਂ, ਉਹ ਦਿਸਦੇ ਨੇ ਅਤੇ ਲੋਕਾਂ ਦੀ ਅੱਖਾਂ 'ਚ ਬਾਦਲ ਸਾਹਿਬ ਦੀ ਰੂਹ ਦਿਸਦੀ ਹੈ, ਅਤੇ ਤਾਂ ਹੀ ਤਾਂ ਸਾਰਿਆਂ ਦੇ ਅੱਖਾਂ 'ਚ ਪਾਣੀ ਆ ਜਾਂਦਾ ਹੈਗਾ, ਕਿਉਂਕਿ ਉਹ ਇਹਨਾਂ ਦੇ ਦਿਲਾਂ 'ਚ ਜ਼ਿੰਦਾ ਨੇ। ਅਤੇ ਜਿਹਦੇ ਹੰਕਾਰੇ ਹੋਏ, ਕਹਿੰਦੇ ਨਾ ਬਾਬੇ ਬੋੜ ਨੂੰ ਹਰਾਤਾ, ਕੀ ਹਰਾਤਾ, ਮੈਂ ਤਾਂ ਲੋਕਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਨਾ ਜਵਾਬ, ਜੇ ਸੱਚੀ ਸ਼ਰਧਾਂਜਲੀ ਬਾਪੂ ਬਾਦਲ ਨੂੰ ਉਹ ਹੋਊਗੀ ਕਿ ਜਿੰਨੇ ਵੋਟਾਂ ਉਹਨਾਂ ਦੇ ਹੁੰਦੀਆਂ ਨਹੀਂ ਪੈਂਦੀਆਂ ਸੀ, ਉਹਦੇ 4 ਗੁਣਾ ਉਹਨਾਂ 'ਤੇ ਹੋਣ ਤੋਂ ਬਾਅਦ, ਜਾਣ ਤੋਂ ਬਾਅਦ ਪੈ ਜਾਣ, ਤਾਂ ਕਿ ਇਹ ਹੰਕਾਰੇ ਵਾਲਿਆਂ ਨੂੰ ਪਤਾ ਲੱਗ ਜਾਏ ਕਿ ਤੁਹਾਡੀ ਸੇਵਾ ਤਾਂ ਕੀ ਉਹਨਾਂ ਦੀ ਚਿੱਚੀ ਦੀ ਬਰਾਬਰ ਵੀ ਨਹੀਂ, ਕਿੱਥੇ ਉਹ ਤਾਂ ਕਿੱਥੇ ਤੁਸੀਂ। ਮੈਂ ਉਹਨਾਂ ਨੇ ਕਦੇ ਨਹੀਂ ਪੁੱਛਿਆ ਕਿਸੇ ਨੂੰ ਸਹੂਲਤ ਦਿੰਦੇ ਹੋਏ ਕਿ ਵੀ ਕਿਹੜੀ ਪਾਰਟੀ ਨੂੰ ਤੂੰ ਕਰਦਾ, ਜਾਂ ਮੁਆਵਜ਼ਾ ਦਿੰਦੇ ਕਿਹੜੀ ਪਾਰਟੀ ਨੂੰ, ਜਾਂ ਤੂੰ ਮੇਰੇ ਕੋਲ ਅੱਛਾ ਮਦਦ ਵਾਸਤੇ ਤੂੰ ਕਿਹੜੀ ਪਾਰਟੀ, ਵਿਰੋਧੀ ਹੋਏ ਜੋ ਵੀ ਹੋਏ ਉਹਦੇ ਵਾਸਤੇ ਆਪਣੇ ਸੀਗੇ। ਸੋ ਹੁਣ ਲੋਕਾਂ ਨੂੰ ਵੀ ਚਲੋ ਇਹ ਉਹਨਾਂ ਦੀ ਕੀਤੀ ਹੋਈ ਸੋਇਆ ਦੇ ਉੱਤੇ ਮੋਹਰ ਲਾਉਣੀ ਚਾਹੀਦੀ ਹੈ, ਤਾਂ ਕਿ ਲੋਕ ਯਾਦ ਰੱਖਣ
ਇਹ ਨਹੀਂ ਕਿ ਝੂਠ ਕਿਵੇਂ ਜਿੱਤ ਗਿਆ, ਸੇਵਾ ਜਿੱਤੀ ਬਾਦਲ ਸਾਹਿਬ। ਬੀਬੀ ਜੀ, ਸੁਨੇਹਾ ਲੈਣਾ ਚਾਹੂੰਗਾ ਬਠਿੰਡਾ ਵਾਸੀਆਂ ਦੇ ਲਈ, ਕੀ ਕਹੋਗੇ ਬਠਿੰਡਾ ਵਾਸੀਆਂ ਨੂੰ, ਅਪੀਲ? ਬਠਿੰਡਾ ਵਾਸੀਆਂ ਨੂੰ ਮੈਂ ਇਹੀ ਕਹਾਂਗੀ ਕਿ ਇਸ ਇਲਾਕੇ ਦੀ ਤਰੱਕੀ, ਇਸ ਇਲਾਕੇ ਦੇ ਲੋਕਾਂ ਦੀ ਤਰੱਕੀ ਸਾਡੀ ਆਪਣੀ ਤਰੱਕੀ ਹੈ। ਇਹ ਜਿਵੇਂ ਲੰਬੀ ਹਲਕੇ ਦੇ ਲੋਕ ਬਾਦਲ ਸਾਹਿਬ ਵਾਸਤੇ ਇੱਕ ਹਲਕਾ ਨਹੀਂ ਸੀ, ਇੱਕ ਪਰਿਵਾਰ ਸੀ, ਅਤੇ 15 ਸਾਲ ਮੈਂ ਵੀ ਇਸ ਇਲਾਕੇ 'ਚ ਸੇਵਾ ਕੀਤੀ, ਮੇਰੇ ਵਾਸਤੇ ਇਹ ਹਲਕਾ ਵੀ ਇੱਕ ਪਰਿਵਾਰ ਬਣ ਗਿਆ। ਇਸ ਇਲਾਕੇ ਦੇ ਸੁੱਖ ਦੁੱਖ ਵਿੱਚ, ਇਹਦੇ ਵਿਕਾਸ ਵਿੱਚ, ਇਹਦੀ ਤਰੱਕੀ ਵਿੱਚ ਦਿਨ ਰਾਤ ਪਸੀਨਾ ਬਹਾਇਆ ਇਸ ਇਲਾਕੇ ਨੂੰ ਅੱਗੇ ਲਿਜਾਣ ਵਾਸਤੇ। ਸੋਚਿਆ ਨਹੀਂ ਸੀ ਕਿ 2017 ਵਿੱਚ ਲੋਕ ਸਰਕਾਰ ਬਦਲ ਦੇਣਗੇ ਅਤੇ ਵਿਕਾਸ ਉੱਥੇ ਹੀ ਰੁਕ ਜੂਗਾ, ਕਿਉਂਕਿ ਬਹੁਤ ਸਾਰੇ ਹੋਰ ਪਲਾਨ ਸੀਗੇ। ਡੋਮੈਸਟਿਕ ਏਅਰਪੋਰਟ ਆਏ, ਇਹਨੂੰ ਇੰਟਰਨੈਸ਼ਨਲ ਏਅਰਪੋਰਟ ਬਣਾਈਏ, ਵੱਡੇ ਵੱਡੇ ਜਹਾਜ਼ ਇੱਥੇ ਉਤਰਨ, ਏਮਸ ਦੇ ਕਰਕੇ ਇੱਥੇ ਇੱਕ ਮੈਡੀਕਲ ਹੱਬ ਬਣ ਜਾਏ ਜਿੱਥੇ ਦੇਸ਼ ਭਰ ਦੇ ਲੋਕ ਆ ਕੇ, ਦੁਨੀਆ ਤੋਂ ਵੀ ਲੋਕ ਆ ਕੇ ਇੱਥੇ ਟ੍ਰੀਟਮੈਂਟ ਲੈਣ। ਸਾਡਾ ਤਖ਼ਤ ਸਾਹਿਬ ਮੇਰੇ ਹਲਕੇ 'ਚ ਵਿਰਾਜਮਾਨ ਹੈ, ਸਭ ਤੋਂ ਵੱਡੀ ਮਾਣ ਦੀ ਗੱਲ ਮੇਰੇ ਵਾਸਤੇ ਆ, ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸੁਖਬੀਰ ਜੀ ਤੋਂ ਸੇਵਾ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਉਹ ਸੁੰਦਰੀਕਰਨ ਜਿੱਥੇ ਦੁਕਾਨਦਾਰ ਕਹਿੰਦੇ ਨੇ 20,000 ਮਹੀਨੇ ਕਮਾਉਂਦੇ ਸੀ, ਹੁਣ 80,000 ਰੁਪਏ ਮਹੀਨੇ ਕਮਾਉਂਦੇ ਹਾਂ, ਇੰਨੀ ਤਰੱਕੀ ਉੱਥੇ ਆਈ। ਉਹੋ ਜਿਹਾ ਕੰਮ ਗੁਰੂ ਸਾਹਿਬ ਸਾਨੂੰ ਕਲਗੀਧਰ ਪਿਤਾ ਬਖਸ਼ਿਸ਼ ਕਰਨ ਕਿ ਤਲਵੰਡੀ ਸਾਹਿਬ ਉਹ 'ਚ ਵੀ ਆਪਾਂ ਕਰ ਸਕੀਏ, ਜਿਹਦੇ ਨਾਲ ਦੁਨੀਆ ਅਤੇ ਦੇਸ਼ ਭਰ ਦੇ ਲੋਕ ਜਿਵੇਂ ਨਤਮਸਤਕ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਂਦੇ, ਇੱਥੇ ਵੀ ਨਤਮਸਤਕ ਹੋਣ। ਦਸਮ ਪਿਤਾ ਦਾ ਅਸੀਂ ਇੱਥੇ ਗੁਰਪੁਰਬ ਜਦ ਮਨਾਉਣ ਵਾਸਤੇ ਇਹੋ ਇੰਨੀ ਰੌਣਕਾਂ ਇੱਥੇ ਵੀ ਲੱਗਣ, ਦੁਨੀਆ ਭਰ ਦੇ ਲੋਕ ਆਉਣ, ਜਿਹਦੇ ਨਾਲ ਇਸ ਇਲਾਕੇ ਦਾ ਵੀ ਵਪਾਰ ਵਧੇ। ਅਤੇ ਫਿਰ ਮਾਨਸੇ ਜ਼ਿਲ੍ਹੇ 'ਚ ਜਿੱਥੇ ਆਪਾਂ ਬਠਿੰਡੇ ਜੋ ਕਰਕੇ ਮਾਨਸੇ 'ਚ ਜਾਂਦੇ, ਉੱਥੇ ਮੇਰਾ ਸੁਪਨਾ ਸੀ ਕਿ ਬਹੁਤ ਵੱਡਾ ਇੰਟਰਨੈਸ਼ਨਲ ਲੈਵਲ ਦਾ ਜੇ ਕੋਈ ਸਟੇਡੀਅਮ ਹੋਏ ਤਾਂ ਕਿ ਬੱਚੇ ਖੇਡਾਂ ਦੇ ਨਾਲ ਜੁਲੇ, ਕੋਈ ਚੰਗੇ ਇੰਟਰਨੈਸ਼ਨਲ ਮੈਚਿਸ ਜਿਵੇਂ ਸੁਖਬੀਰ ਜੀ ਕਬੱਡੀ ਕਰਾਉਂਦੇ ਸੀ, ਉਸ ਤਰ੍ਹਾਂ ਕ੍ਰਿਕਟ ਦੇ ਵੀ ਮੈਚਿਸ ਹੋਣ, ਮੈਡੀਕਲ ਕਾਲਜ ਵੀ ਉੱਥੇ ਹੋਏ, ਖਾਸ ਤੌਰ 'ਤੇ ਕੋਈ ਇਹੋ ਜਿਹੀ ਇੰਡਸਟਰੀ ਉੱਥੇ ਹੋਏ ਟੈਕਸਟਾਈਲ ਦੇ ਨਾਲ ਰਿਲੇਟਡ ਜਿੱਥੇ ਔਰਤਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲੇ। ਸੋ ਇਹ ਜਿਹੜਾ ਇਲਾਕੇ ਨੂੰ ਬੈਕਵਰਡ ਏਰੀਆ ਕੀ ਕਿਹਾ ਜਾਂਦਾ ਸੀ, ਅੱਜ ਬਾਦਲ ਸਾਹਿਬ ਦੀ ਦੇਣ ਸਦਕਾ ਇਹ ਬਠਿੰਡਾ ਮੇਰੇ ਹਿਸਾਬ ਨਾਲ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ ਦੇ ਕੰਪਟੀਸ਼ਨ ਕਰਕੇ ਇਹ ਵੀ ਰਾਜਧਾਨੀ ਬਣ ਸਕਦੀ ਹੈ, ਕਿਸੇ ਤਰੀਕੇ ਤੋਂ ਪਿਛੜਾ ਨਹੀਂ ਰਿਹਾ। ਇੱਕ ਵਾਰੀ ਇੱਕ ਸਮੇਂ 'ਚ ਇਹਨੂੰ ਇੱਕ ਪਨਿਸ਼ਮੈਂਟ ਪੋਸਟਿੰਗ ਦੀ ਜਗ੍ਹਾ ਮੰਨਿਆ ਜਾਂਦਾ ਸੀ, ਅਤੇ ਹੁਣ ਤਾਂ ਸਾਡਾ ਬਠਿੰਡਾ, ਹੁਣ ਮੇਰੀ ਬੇਟੀਆਂ ਜਿਹੜੀ ਡੋਰ ਟੂ ਡੋਰ ਕੱਢ ਰਹੀ ਸੀ, ਉਹ ਮੈਨੂੰ ਕਹੇ ਮਾਮਾ ਤੁਹਾਨੂੰ ਪਤਾ ਹੈ ਦਿੱਲੀ ਤੋਂ ਵਿਆਹ ਕੇ ਕੁੜੀਆਂ ਇੱਥੇ ਆ ਕੇ ਵਸੀਆਂ ਨੇ। ਮਤਲਬ ਉਹ ਸਰਪ੍ਰਾਈਜ਼ ਸੀ ਕਿ ਕੋਈ ਦਿੱਲੀ ਛੱਡ ਕੇ ਇੱਥੇ ਆ ਕੇ ਵੱਸ ਸਕਦਾ ਹੈ। ਕਈ ਲੇਡੀਜ਼ ਹੁਣ ਇਹੋ ਜਿਹੀ ਹੈਗੀਆਂ ਕਿ ਪੋਸਟਿੰਗ ਤੋਂ ਬਾਅਦ ਸਾਡਾ ਘਰ ਤਾਂ ਸੀਗਾ ਲੁਧਿਆਣੇ, ਲੇਕਿਨ ਅਸੀਂ ਲੁਧਿਆਣੇ ਛੱਡ ਕੇ ਬਠਿੰਡੇ ਆਏ ਹਾਂ। ਸੋ ਬੜੀ ਮਾਣ ਦੀ ਗੱਲ ਹੈ ਕਿ ਹੁਣ ਸਾਡੇ ਬਠਿੰਡੇ 'ਚ ਵੀ ਇਹੋ ਜਿਹੀ ਸਹੂਲਤਾਂ ਹੋ ਗਈਆਂ, ਇਹੋ ਜਿਹਾ ਮਾਹੌਲ ਕਿ ਲੋਕ ਇੱਥੇ ਆ ਕੇ ਵਸਣਾ ਚਾਹੁੰਦੇ ਆ। ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ 'ਤੇ ਥਰਮਲ ਪਲਾਂਟ ਸੀਗਾ ਜਿਹਦੇ ਨਾਲ ਬਠਿੰਡਾ ਵਸਿਆ, ਦੁੱਖ ਦੀ ਗੱਲ ਹੈ ਕਿ ਕਾਂਗਰਸੀਆਂ ਨੇ ਚੱਕ ਕੇ ਬੰਦ ਕਰਤਾ, ਲੇਕਿਨ ਚਲੋ ਹੁਣ ਬੰਦ ਹੋ ਗਿਆ ਤਾਂ ਕੋਈ ਇੱਥੇ ਕੋਈ ਵਧੀਆ ਇਹੋ ਜਿਹੀ ਚੀਜ਼ ਬਣੇ ਜਿਵੇਂ ਬਾਦਲ ਸਾਹਿਬ ਨੇ ਵਿਰਾਸਤ 'ਤੇ ਖਾਲਸਾ ਬਣਾਇਆ, ਕੋਈ ਇਹੋ ਜਿਹੀ ਵਧੀਆ ਚੀਜ਼ ਇੱਥੇ ਅਸੀਂ ਬਣਾਈਏ। ਸੋ ਇਹ ਸਾਰੇ ਸੁਪਨੇ ਹੈਗੇ, ਲੇਕਿਨ ਇਹਨਾਂ ਨੂੰ ਪੂਰਾ ਕਰਨ ਵਾਸਤੇ ਲੋਕਾਂ ਨੂੰ ਉਹੀ ਸਾਨੂੰ ਬਲ ਬਖਸ਼ ਸਕਦੇ ਨੇ, ਕਿਉਂਕਿ ਕੰਮ ਤਾਂ ਹੀ ਆਉਂਦੇ ਜਦ ਸਰਕਾਰ ਆਉਂਦੀ ਹੈ। ਇੱਕ ਮੈਂਬਰ ਆਫ ਪਾਰਲੀਮੈਂਟ ਦੇ ਬੱਸ 'ਚ ਕੀ ਹੈ, ਮੈਂ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਹਾਂ, ਜਿੱਥੇ ਸ਼ਾਇਦ ਹਰੇਕ ਮੈਂਬਰ ਆਫ ਪਾਰਲੀਮੈਂਟ ਦੁਆ ਕਰਦਾ ਹੋਊਗਾ ਕਿ ਮੈਂ ਆਪਣੇ ਹਲਕੇ 'ਚ ਕੁਛ ਕਰ ਜਾਂ, ਅਤੇ ਮੇਰੇ ਹਲਕੇ 'ਚ ਮੈਨੂੰ ਇੱਕ ਰਿਫਾਇਨਰੀ ਖੋਲ੍ਹਣ ਦਾ ਮੌਕਾ ਗੁਰੂ ਸਾਹਿਬ ਨੇ ਦਿੱਤਾ, ਇੱਕ ਸੈਂਟਰਲ ਯੂਨੀਵਰਸਿਟੀ ਖੋਲ੍ਹਣ ਦਾ ਮੌਕਾ ਦਿੱਤਾ, ਇੱਕ ਏਮਸ ਵਰਗਾ ਹਸਪਤਾਲ ਖੋਲ੍ਹਣ ਦਾ ਮੌਕਾ ਦਿੱਤਾ। ਹਾਲਾਂਕਿ ਆਪਣੇ ਹਲਕੇ 'ਚ ਮੈਂ ਨਹੀਂ ਲੈ ਕੇ ਆਈ, ਲੇਕਿਨ ਇੰਡੀਅਨ ਇੰਸਟੀਟਿਊਟ ਆਫ ਮੈਨੇਜਮੈਂਟ ਵੀ ਅੰਮ੍ਰਿਤਸਰ ਵਾਸਤੇ ਉਹ ਵੀ ਮੈਂ ਲੈ ਕੇ ਆਈ ਸੀ, ਹਾਰਟੀਕਲਚਰ ਇੰਸਟੀਟਿਊਟ ਵੀ ਮੈਂ ਲੈ ਕੇ ਆਈ ਸੀ, ਉਹ ਵੀ ਉੱਥੇ ਗਿਆ।
ਸੋ ਇਹ ਸਾਰੀ ਚੀਜ਼ਾਂ ਇੱਕ ਡ੍ਰੀਮ ਹੁੰਦੀ ਹੈ ਹਰੇਕ ਐਮ ਪੀ ਦੀ ਕਿ ਮੈਂ ਆਪਣੇ ਹਲਕੇ ਵਾਸਤੇ ਆ ਕਰ ਜਾਂ ਅਤੇ ਪਰਮਾਤਮਾ ਦੀ ਸ਼ੁਕਰਾਨਾ ਕਰਦੀ ਹਾਂ ਕਿ ਇਹ ਸੇਵਾ ਉਹਨਾਂ ਨੇ ਲੈ ਲਈ। ਇਨਸਾਨ ਦੇ ਬਸ 'ਚ ਕੀ ਹੁੰਦਾ ਹੈ, ਮਾਲਕ ਦੀ ਰਹਿਮਤ ਹੈਗੀ ਜਾਂ ਬਾਦਲ ਸਾਹਿਬ ਦੀ ਮਿਹਨਤ ਹੈਗੀ। ਬੀਬੀ ਜੀ, ਤੁਹਾਡੇ ਆਉਣ ਵਾਲੇ ਸਮੇਂ ਦੇ ਲਈ ਸ਼ੁਭਕਾਮਨਾਵਾਂ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ, ਤੁਹਾਡਾ ਧੰਨਵਾਦ ਜੀ ਬਹੁਤ। ਸੋ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਸੀਟ ਬਠਿੰਡਾ ਤੋਂ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਹੋ ਰਹੀ ਸੀ। ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ। ਜੁੜੇ ਰਹੋ ਆਰ ਐੱਮ ਬੀ ਟੈਲੀਵਿਜ਼ਨ ਦੇ ਨਾਲ। ਹੁਣ ਆਪਣੇ ਦੋਸਤ ਜਸ ਕਰੇ ਵਾਉਂਦੇ ਹੋ ਇਜਾਜ਼ਤ, ਧੰਨਵਾਦ ਜੀ।